ਸਵਾਗਤ ਹੈ ਜੀ ਰੇਡੀਓ ਵਿਰਸਾ ਤੇ ਆਪ ਜੀ ਦਾ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਹਰ ਮੰਗਲਵਾਰ ਦੀ ਤਰ੍ਹਾਂ। ਅੱਜ ਵੀ ਤਕਰੀਬਨ ਡੇਢ ਘੰਟਾ ਆਪਾਂ ਤੁਹਾਡੇ ਨਾਲ ਰਹਾਂਗੇ ਸਟੂਡੀਓ ਦੇ ਵਿੱਚ। ਤੁਸੀਂ ਕੋਈ ਗੱਲਬਾਤ ਕਰਨੀ ਹੋਈ ਚੱਲਦੇ ਪ੍ਰੋਗਰਾਮ ਦੇ ਵਿੱਚ ਤਾਂ ਸਟੂਡੀਓ ਦੇ ਨੰਬਰ ਤੁਸੀਂ ਨੋਟ ਕਰ ਲਓ 09-2770107 ਅਤੇ 2770108 'ਤੇ ਫੋਨ ਕਰਕੇ ਤੁਸੀਂ ਆਪਣੀ ਜੋ ਗੱਲਬਾਤ ਹੈ ਉਹ ਕਰ ਸਕਦੇ ਹੋ। ਤਰੀਕ ਅੱਜ ਹੈਗੀ ਹੈ 4 ਫਰਵਰੀ ਦਿਨ ਮੰਗਲਵਾਰ ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਵੀਰ ਅੰਗਰੇਜ਼ ਸਿੰਘ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਤੁਸੀਂ ਫੇਸਬੁੱਕ 'ਤੇ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਭਾਜੀ ਹਰਨੇਕ ਸਿੰਘ ਦੀ ਜੋ ID ਹੈ ਉਹਦੇ 'ਤੇ ਪ੍ਰੋਗਰਾਮ ਸ਼ੇਅਰ ਕੀਤਾ ਹੋਏਗਾ ਅਤੇ ਉਹਦੇ 'ਤੇ ਤੁਸੀਂ ਦੇਖ ਸਕਦੇ ਹੋ। ਯੂਟਿਊਬ ਉੱਤੇ ਜੋ ਸਾਡਾ ਚੈਨਲ ਹੈ ਹਰਨੇਕ ਸਿੰਘ ਨਿਊਜ਼ੀਲੈਂਡ ਅਪਗ੍ਰੇਡ TV ਉਹਦੇ 'ਤੇ ਵੀ ਇਹ ਪ੍ਰੋਗਰਾਮ ਦੇਖਿਆ ਜਾ ਸਕਦਾ ਹੈ। ਅਤੇ ਜਿਹੜੇ ਵੀਰ ਭੈਣ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਨਾਲ ਦੀ ਨਾਲ ਸ਼ੇਅਰ ਕਰ ਦਿਓ ਪ੍ਰੋਗਰਾਮ ਤਾਂ ਕਿ ਜਿਹੜੇ ਤੁਹਾਡੀ ID ਦੇ ਵਿੱਚ ਨੇ ਉਹ ਵੀ ਪ੍ਰੋਗਰਾਮ ਇਹ ਦੇਖ ਸਕਦੇ ਨੇ। ਫਿਰ ਬਾਕੀ ਗੱਲਬਾਤ ਦਾ ਵਿਸ਼ਾ ਆਪਣਾ ਅੱਜ ਟਕਸਾਲੀਆਂ ਬਾਰੇ, ਜੋ ਕੱਲ੍ਹ ਉੱਥੇ ਗਿੱਦੜਾਣੀ ਪਿੰਡ ਦੇ ਵਿੱਚ ਜੋ ਦੀਵਾਨ ਸੀਗੇ ਭਾਈ ਸਾਹਿਬ ਦੇ, ਕੱਲ ਸ਼ੁਰੂ ਸੀਗੇ 3, 4 ਤੇ 5 ਤਰੀਕ ਦੇ ਦੀਵਾਨ ਸੀਗੇ ਤੇ ਉਹਨਾਂ ਦੇ ਰਿਗਾਰਡਿੰਗ ਜ਼ਿਆਦਾ ਗੱਲਬਾਤ ਆ ਕਰਨ ਵਾਲੀ, ਜੋ ਜੋ ਵੀ ਉੱਥੇ ਉਹ ਖਲਲ ਜਿਹੜਾ ਅਮਰੀਕ ਸਿੰਘ ਜੀ ਨਾਲੇ ਹੁਣੀ ਪਾਇਆ ਆ ਕੇ ਹੈ, ਤਾਂ ਪਹਿਲਾਂ ਵੀ ਆਪਣੀ ਇਹ ਹਰਾਮਜ਼ਾਦਗੀ ਕਰਦੇ ਰਹਿੰਦੇ ਆ ਜਦੋਂ ਇੱਦਾਂ ਦੀ ਕੋਈ ਗੱਲਬਾਤ ਹੁੰਦੀ ਹੈ। ਪਹਿਲਾਂ ਵੀ ਜਿਹੜੇ 2-3 ਦੀਵਾਨ ਭਾਈ ਸਾਹਿਬ ਨੂੰ ਕੈਂਸਲ ਕਰਨੇ ਪਏ ਜਦੋਂ ਅੰਮ੍ਰਿਤਸਰ ਏਰੀਏ ਦੇ ਵਿੱਚ, ਤਰਨ ਤਾਰਨ ਏਰੀਏ ਦੇ ਵਿੱਚ ਤੇ ਇੱਕ ਗੁਰਦਾਸਪੁਰ ਏਰੀਏ ਦੇ ਵਿੱਚ ਇਸੇ ਵਜ੍ਹਾ ਨਾਲ ਕੈਂਸਲ ਹੋਏ ਸੀਗੇ। ਹੁਣ ਐਤਕੀ ਕੀ ਹੋਇਆ ਵੀ ਜਿਹੜੇ ਇੱਥੇ 3-4-5 ਤਰੀਕ ਦੇ ਦੀਵਾਨ ਸੀਗੇ ਇਹਦੇ ਵਿੱਚ ਇਹ ਬੰਦੇ ਮਾਝੇ ਤੋਂ ਚੱਲ ਕੇ ਮਤਲਬ ਉੱਥੇ ਸੰਗਰੂਰ ਗਏ ਰੋਕਣ ਦੇ ਲਈ। ਹੁੰਦੇ ਉਹੀ ਆ ਜਿਹੜੇ ਮਤਲਬ 15-20 ਜਿਹੜੀ ਮਲੰਗ ਪਾਰਟੀ ਇਕੱਠੀ ਹੋ ਕੇ ਉੱਥੇ ਪਹੁੰਚ ਜਾਂਦੀ ਆ ਤੇ ਐਤਕੀ ਵੀ ਉਹੀ ਹਾਲ ਸੀਗਾ ਵੀ ਅਸੀਂ ਸਾਨੂੰ ਸਾਡੇ ਕਿੰਤੂ ਆ, ਅਸੀਂ ਗੱਲਬਾਤ ਨਹੀਂ ਕਰਨ ਦੇਣੀ, ਜਿਹੜੇ ਕਿ ਪੱਜ ਉਹ ਆਮ ਤੌਰ ਤੇ ਲਾਉਂਦੇ ਹੁੰਦੇ ਆ। ਜਦਕਿ ਐਸੀ ਕੋਈ ਗੱਲਬਾਤ ਹੈ ਨਹੀਂ ਜਿਹੜੀ ਕਲੀਅਰ ਕਰਨ ਤੋਂ ਛੱਡੀ ਹੋਵੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੇ। ਗੱਲਾਂ ਬਾਤਾਂ ਸਾਰੀਆਂ ਕਲੀਅਰ ਆ, ਪਰ ਜਦੋਂ ਤੁਸੀਂ ਮਤਲਬ ਆਪਣੇ ਆਪ ਨੂੰ ਅਥਾਰਿਟੀ ਸਮਝ ਕੇ ਤੁਸੀਂ ਕਿੰਤੂ ਕਰਨਾ, ਤੁਸੀਂ ਗੱਲ ਨਹੀਂ ਕਰਨ ਦੇਣੀ, ਤਾਂ ਕੋਈ ਨਾ ਕੋਈ ਤੁਸੀਂ ਪੱਜ, ਕੋਈ ਨਾ ਕੋਈ ਐਕਸਕਿਊਜ਼ ਤਾਂ ਤੁਸੀਂ ਲੱਭਣਾ ਹੀ ਆ ਵੀ ਸਾਨੂੰ ਆਹ ਪਰੇਸ਼ਾਨੀ ਆ ਜੀ, ਸਾਡੇ ਨਾਲ ਬੈਠ ਕੇ ਗੱਲ ਕਰੇ ਇਹ ਗੁਰਬਾਣੀ ਬਾਰੇ ਗਲਤ ਬੋਲਦਾ, ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲਦੇ ਆ, ਅਕਾਲ ਤਖ਼ਤ ਬਾਰੇ ਗਲਤ ਬੋਲਦੇ ਆ, ਉਹੀ ਘਸੀਆਂ ਪਿੱਟੀਆਂ ਜਿਹੜੀਆਂ ਦਲੀਲਾਂ ਆ ਉਹਦੇ ਬਾਰੇ ਜਿੱਦਾਂ ਇਹਨਾਂ ਨੇ ਆਪਣੀ ਗੱਲਬਾਤ ਕੀਤੀ। ਦੂਜਾ ਜਿਹੜੇ ਨਿਹੰਗ ਸਿੰਘ ਸੀਗੇ ਉਹ ਵੀ ਇਕੱਠੇ ਹੋਏ ਸੀਗੇ 10-15 ਭੰਗ ਪੀਣੇ, ਉਹ ਵੀ ਕਹਿੰਦੇ ਸੀ ਅਸੀਂ ਬੋਰੀ ਦੇ ਵਿੱਚ ਪਾ ਕੇ ਕੁੱਟਾਂਗੇ, ਸੋਧਾ ਲਾਵਾਂਗੇ। ਮਤਲਬ ਜਿਹੜੀ ਅਜੱਡ ਪਾਉਣੇ ਦੀ ਹੱਦ ਹੁੰਦੀ ਹੈ ਹਨਾ, ਜਦੋਂ ਸਾਡੀ ਕੌਮ ਨੂੰ ਕੋਈ ਸਿੱਖਾਂ ਨੂੰ ਦੇਖਦਾ ਤਾਂ ਅਜੱਡ ਪਾਉਣੇ ਦੀ ਹੱਦ ਤੁਸੀਂ ਦੇਖਦੇ ਆ। ਅੱਜ ਦੁਨੀਆ ਜਿੱਥੇ ਖੜੀ ਆ, ਜਿੱਦਾਂ ਆਪਣੀ ਗੱਲਬਾਤ ਕਰਦੀ ਆ, ਕਿਤੇ ਵੀ ਅਸੀਂ ਦੁਨੀਆ ਦੇ ਹਾਣ ਦੇ ਨਹੀਂ ਪ੍ਰਤੀਤ ਹੁੰਦੇ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ। ਗੱਲਾਂ ਬਾਤਾਂ ਜਿਹੜੀਆਂ ਕਿ ਬੜੇ ਸਿੰਪਲ ਤਰੀਕੇ ਨਾਲ ਕੀਤੀਆਂ ਜਾ ਸਕਦੀਆਂ, ਹੋ ਸਕਦੀਆਂ, ਪਰ ਜਦੋਂ ਤੁਹਾਡੇ ਆਪਣੇ ਨਿੱਜੀ ਸਵਾਰਥ ਉਹਨਾਂ ਦੇ ਵਿੱਚ ਲੁਕੇ ਹੋਣ, ਜਦੋਂ ਤੁਹਾਡੀ ਬਦਮਾਸ਼ੀ ਕਰਨ ਦਾ ਤੁਹਾਨੂੰ ਝੱਲ ਚੜਿਆ ਹੋਵੇ, ਸਦੀਆਂ ਤੋਂ ਮਤਲਬ ਤੁਹਾਡਾ ਸਿੱਕਾ ਚੱਲਦਾ ਆਇਆ ਹੋਵੇ, ਤਾਂ ਕਿਤੇ ਨਾ ਕਿਤੇ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਤਾਂ ਧੱਕਾ ਕਰਨਾ ਤੇ ਆਪਣੇ ਤਰੀਕੇ ਨਾਲ ਕਰਨਾ। ਤੇ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਇਹਨਾਂ ਦੇ ਜਿਹੜਾ ਟਕਸਾਲੀਆਂ ਦੇ ਅਮਰੀਕ ਸਿੰਘ ਜਨਾਲੇ ਉਹਨਾਂ ਦੇ ਸਾਰੀ ਗੱਲਬਾਤ ਦੇ ਵਿੱਚ ਧੱਕਾ ਹੀ ਦਿਖਾਈ ਦਿੰਦਾ ਵੀ ਅਸੀਂ ਤੁਹਾਨੂੰ ਗੱਲਬਾਤ ਨਹੀਂ ਕਰਨ ਦੇਣੀ। ਪਰ ਚਲੋ ਦੀਵਾਨ ਦੀ ਜਿੱਥੇ ਤੱਕ ਗੱਲ ਸੀਗੀ, ਮਤਲਬ ਰੌਲਾ ਰੱਪਾ ਪਿਆ, ਪਰ ਭਾਈ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਪਹਿਲਾਂ ਸਵੇਰੇ ਵੀਡੀਓ ਪਾ ਦਿੱਤੀ ਉਹਦੇ ਬਾਰੇ ਵੀ ਆਹ ਹਾਲਾਤ ਨੇ ਤੇ ਆਪਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਜਾਂ ਮੰਗ ਕਰਾਂਗੇ ਵੀ ਉਹ ਹਾਲਾਤਾਂ ਨੂੰ ਕਾਬੂ ਦੇ ਵਿੱਚ ਰੱਖਣ ਤਾਂ ਕਿ ਆਪਾਂ ਸ਼ਾਂਤੀ ਦੇ ਨਾਲ, ਆਰਾਮ ਦੇ ਨਾਲ ਉੱਥੇ ਸੰਗਤਾਂ ਜਿਹੜੀਆਂ ਉਹ ਦੀਵਾਨ ਆ ਜਿਹੜੇ ਉਹ ਸੁਣ ਸਕਣ। ਹੋਇਆ ਵੀ ਚਲੋ ਉਸੇ ਤਰੀਕੇ ਨਾਲ, ਬਈ ਪ੍ਰਬੰਧ ਵਧੀਆ ਸੀਗੇ, ਪ੍ਰਸ਼ਾਸਨ ਨੇ ਸੋਹਣਾ ਪ੍ਰਬੰਧ ਕੀਤਾ ਤੇ ਦੀਵਾਨ ਬਹੁਤ ਵਧੀਆ ਤਰੀਕੇ ਨਾਲ ਉੱਥੇ ਹੋ ਗਿਆ, ਕੰਪਲੀਟ ਹੋ ਗਿਆ ਪਹਿਲੇ ਦਿਨ ਦੇ। ਤੇ ਜਿਹੜਾ ਪਿੰਡ ਲਾਗੇ ਸੀਗਾ ਉੱਥੇ ਉਹ ਬੈਠੇ ਸੀਗੇ ਆਪਣੇ ਗੁਰਦੁਆਰੇ ਦੇ ਵਿੱਚ, ਟਕਸਾਲੀ ਤੇ ਬਾਕੀ ਨਿਹੰਗ ਜਿਹੜੇ ਵੀ ਸੀਗੇ, ਤੇ ਬਾਹਰ 200-300-400 ਬੰਦਾ ਪੁਲਿਸ ਦਾ ਸੀਗਾ, ਉਹਨਾਂ ਨੇ ਮੇਰਾ ਖਿਆਲ ਖੰਘਣ ਵੀ ਨਹੀਂ ਦਿੱਤੇ, ਬੋਲਣਾ ਤਾਂ ਬਹੁਤ ਦੂਰ ਦੀ ਗੱਲ ਆ, ਉੱਥੇ ਆਪਣਾ ਉਹਨਾਂ ਨੇ ਰੱਖਿਆ। ਹੁਣ ਇਹ ਸਾਰੀ ਗੱਲਬਾਤ ਦੇ ਵਿੱਚੋਂ ਜੋ ਮੈਨੂੰ ਸਭ ਤੋਂ ਮਤਲਬ ਗੱਲ ਵਧੀਆ ਲੱਗੀ ਉਹ ਸੀਗੀ ਭਾਈ ਸਾਹਿਬ ਦਾ ਐਟੀਚਿਊਡ ਵੀ ਕਿਹੜੇ ਤਰੀਕੇ ਨਾਲ ਉਹਨਾਂ ਨੇ ਸਾਰੀ ਗੱਲਬਾਤ ਨੂੰ ਹੈਂਡਲ ਕੀਤਾ। ਹੁਣ ਜੇ ਕੱਲ ਤੁਸੀਂ ਵੀ ਦੀਵਾਨ ਸੁਣੇ ਆ ਹਨਾ, ਆਪਣੇ ਦੀਵਾਨ ਦੇ ਐਂਡ ਦੇ ਵਿੱਚ ਜਿਹੜੀਆਂ ਉਹਨਾਂ ਨੇ 10 ਮਿੰਟ ਗੱਲਾਂ ਕੀਤੀਆਂ,
ਉਹ 10 ਕੁ ਮਿੰਟ ਜਿੱਦਾਂ ਉਹਨਾਂ ਦੀ ਗੱਲਬਾਤ ਸੁਣ ਕੇ ਆਪਣੀ ਛਾਤੀ ਚੌੜੀ ਹੁੰਦੀ ਆ ਵੀ ਇਹ ਬੰਦਾ ਸਾਡਾ ਆਗੂ ਆ, ਇਹ ਬੰਦਾ ਸਾਨੂੰ ਲੀਡ ਕਰ ਰਿਹਾ। ਕਿਤੇ ਇੱਕ ਵਾਰ ਵੀ ਮਤਲਬ ਉਸ ਬੰਦੇ ਦੀ ਗੱਲਬਾਤ ਦੇ ਵਿੱਚੋਂ ਕਿਤੇ ਵੀ ਕੋਈ ਹਉਮੈ ਨਹੀਂ ਝਲਕਦੀ, ਕੋਈ ਵੀ ਹੰਕਾਰ ਨਹੀਂ ਝਲਕਦਾ, ਕਿਤੇ ਵੀ ਇੱਦਾਂ ਨਹੀਂ ਲੱਗ ਰਿਹਾ ਵੀ ਉਹ ਕੋਈ ਆਪਣੀ ਜਿੱਦ ਪਵਾਉਣੀ ਚਾਹੁੰਦੇ ਆ, ਕਿਤੇ ਇੱਦਾਂ ਨਹੀਂ ਲੱਗ ਰਿਹਾ ਵੀ ਉਹਨਾਂ ਨੂੰ ਕਾਹਲੀ ਆ ਕਿਸੇ ਗੱਲ ਦੀ ਮਤਲਬ। ਪਰ ਹਰ ਗੱਲ ਕਿੰਨੀ ਬੈਲੈਂਸ ਆ ਉਹਨਾਂ ਬਾਰੇ ਵੀ ਹਰ ਗੱਲ ਦੇ ਵਿੱਚ ਉਹ ਦੇਖਦੇ ਆ ਵੀ ਕੀ ਕੀਤਾ ਜਾ ਸਕਦਾ ਹਾਲਾਤਾਂ ਨੂੰ ਦੇਖ ਕੇ ਅਤੇ ਕੀ ਕੀਤਾ ਨਹੀਂ ਜਾ ਸਕਦਾ। ਕਿਤੇ ਵੀ ਇਹ ਪਰਵਾਹ ਨਹੀਂ ਹੈਗੀ ਵੀ ਮੇਰੀ ਕੋਈ ਬੇਇੱਜ਼ਤੀ ਹੋ ਜੂਗੀ ਕਿਸੇ ਗੱਲੋਂ ਜਾਂ ਕੋਈ ਮੈਨੂੰ ਖਤਰਾ ਆਇਆ ਉਹਦੇ ਕਰਕੇ ਵੀ ਮੈਂ ਸਟੈਪ ਬੈਕ ਕਰ ਜਾਵਾਂ ਕਿਸੇ ਗੱਲ ਦਾ। ਜੋ ਵੀ ਸੋਚ ਰਹੇ ਆ ਉਹ ਆਮ ਸਿੱਖ ਸੰਗਤ ਦਾ ਹੀ ਸੋਚ ਰਹੇ ਆ। ਹੁਣ ਜਿੱਥੇ ਤੱਕ ਦੀਵਾਨ ਲਾਉਣ ਦੀ ਗੱਲ ਆ ਉੱਥੇ ਉਹਨਾਂ ਨੂੰ ਪਤਾ ਆ ਵੀ ਜੇਕਰ ਇਹਨਾਂ ਇਹਨਾਂ ਗੁੰਡਿਆਂ ਦਾ ਦਬਾਅ ਅਸੀਂ ਇੱਦਾਂ ਹੀ ਮੰਨਦੇ ਰਹਾਂਗੇ ਤਾਂ ਗਾਂਹ ਗੱਡੀ ਕਿੱਦਾਂ ਚੱਲੂਗੀ। ਜਿਹੜੇ ਲੋਕ ਉਹਨਾਂ ਵੱਲ ਨੂੰ ਮਤਲਬ ਸੈਂਕੜੇ ਹਜ਼ਾਰਾਂ ਲੱਖਾਂ ਲੋਕ ਆ ਜਿਹੜੇ ਦੇਖਦੇ ਆ ਭਾਈ ਰਣਜੀਤ ਸਿੰਘ ਵੱਲ ਨੂੰ, ਜੇਕਰ ਉਹਨਾਂ ਦੇ ਵਿੱਚ ਇਹ ਇੰਪ੍ਰੈਸ਼ਨ ਜਾਊਗਾ ਬਈ ਇਹ ਗੁੰਡੇ ਆ ਗਏ ਆ ਚਾਰ ਤੇ ਆਪਾਂ ਦੀਵਾਨ ਨਹੀਂ ਲਾਉਣਾ, ਉਹ ਵੀ ਉੱਥੇ ਵੀ ਪ੍ਰੋਬਲਮ ਖੜੀ ਹੁੰਦੀ ਆ। ਠੀਕ ਹੈ, ਪਰ ਨਾਲ ਦੀ ਨਾਲ ਦੂਜੀ ਗੱਲ ਇਹ ਵੀ ਆ ਵੀ ਜੇ ਉੱਥੇ ਚਲੇ ਜਾਂਦੇ ਹਾਂ ਅਸੀਂ ਬਿਨਾਂ ਪ੍ਰਬੰਧਾਂ ਤੋਂ, ਉੱਥੇ ਵੱਢ ਟੁੱਕ ਹੁੰਦੀ ਆ। ਮੈਂ ਕਹਿੰਦਾ ਵੱਢ ਟੁੱਕ ਛੱਡੋ, ਇੱਕ ਬੰਦੇ ਦੇ ਵੀ ਸੱਟ ਲੱਗਦੀ ਆ, ਜ਼ਿੰਮੇਵਾਰ ਕਿਹਨੂੰ ਠਹਿਰਾਇਆ ਜਾਣਾ? ਭਾਈ ਸਾਹਿਬ ਨੂੰ। ਉਹ ਇਸ ਗੱਲ ਨੂੰ ਸਮਝਦੇ ਆ, ਉਹਨਾਂ ਨੂੰ ਪਤਾ ਵੀ ਇਹ ਜਿਹੜੀ ਕਤੀੜ ਆ 15-20-25-50 ਜਣੇ 100 ਜਣੇ ਇਹਨਾਂ ਕੋਲ ਗਵਾਉਣ ਲਈ ਨਹੀਂ ਹੈਗਾ ਕੁਛ, ਇਹ ਤਾਂ ਚਾਹੁੰਦੇ ਆ। ਗਵਾਉਣ ਲਈ ਤਾਂ ਦੂਰ ਦੀ ਗੱਲ ਆ, ਅਸਲ ਦੇ ਵਿੱਚ ਜਿਹੜੀ ਆਪਾਂ ਕੱਟ ਵੱਢ ਦੀ ਗੱਲ ਕਰਦੇ ਹਾਂ ਨਾ, ਅਸਲ ਮਨੋਰਥ ਇਹਨਾਂ ਦਾ ਇਹ ਆ ਬਈ ਸਾਡੇ ਸੱਟਾਂ ਲੱਗਣ ਤੇ ਅਸੀਂ ਜਾ ਕੇ ਗ੍ਰਾਹੀਆਂ ਕਰੀਏ, ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈਗਾ। ਦੇਖੋ ਤੁਸੀਂ ਆਪ ਦੇਖਦੇ ਆਏ ਆ ਟਕਸਾਲ ਦੀ ਜਿਹੜੀ ਕਾਰਗੁਜ਼ਾਰੀ ਆ, ਟਕਸਾਲ ਦੇ ਬੰਦਿਆਂ ਦੀ ਕਾਰਗੁਜ਼ਾਰੀ ਆ, ਥੋੜੇ ਮਹੀਨੇ ਪਿੱਛੇ ਚਲੇ ਜਾਓ ਤੇ ਥੋੜੇ ਸਾਲ ਪਿੱਛੇ ਚਲੇ ਜਾਓ, ਜਿੰਨਾ ਮਰਜ਼ੀ ਪਿੱਛੇ ਜਾ ਕੇ ਇਹਨਾਂ ਦੀ ਕਾਰਗੁਜ਼ਾਰੀ ਇਸ ਮਾਮਲੇ ਦੇ ਵਿੱਚ ਤੁਸੀਂ ਦੇਖ ਲਓ ਬਈ ਇਹਨਾਂ ਨੇ ਜਿਹੜੇ ਇਹਨਾਂ ਦੇ ਬੰਦੇ ਮਰੇ ਆ ਜਿਹਨਾਂ ਨੂੰ ਇਹ ਸ਼ਹੀਦ ਕਹਿੰਦੇ ਆ ਉਹਨਾਂ ਦੇ ਨਾਂ 'ਤੇ ਕੀਤਾ ਕੀ ਆ ਇਹਨਾਂ ਨੇ। ਜਿਹੜੇ ਆਹ ਤਕਰੀਬਨ 2-4 ਸਾਲ ਪਹਿਲਾਂ ਜੋਗਾ ਸਿੰਘ ਹੋ ਗਿਆ ਜਾਂ 1-2 ਹੋਰ ਵੀ ਇੱਦਾਂ ਹੋਏ ਆ ਬੰਦੇ ਇਹਨਾਂ ਦੇ ਨਿੱਜੀ ਲੜਾਈਆਂ ਦੇ ਵਿੱਚ, ਉਹਨਾਂ ਦੇ ਨਾਂ 'ਤੇ ਇਹਨਾਂ ਨੇ ਕਿੰਨੇ ਪੈਸੇ ਇਕੱਠੇ ਕੀਤੇ ਆ। ਜਿਹੜੇ ਧਰਨੇ ਲੱਗੇ ਆ ਉਹਨਾਂ ਦੇ ਨਾਂ 'ਤੇ ਇਹਨਾਂ ਨੇ ਕਿੰਨੇ ਪੈਸੇ ਇਕੱਠੇ ਕੀਤੇ। ਹਰ ਵਾਰ ਮਸਲਾ ਪੈਸੇ ਇਕੱਠੇ ਕਰਨ ਦਾ ਆ ਵੀ ਕਿੱਦਾਂ ਨਾ ਕਿੱਦਾਂ ਇਹ ਅਸਲ ਦੇ ਵਿੱਚ ਇਹਨਾਂ ਬੰਦਿਆਂ ਨੇ ਇੱਕ ਗੇਮ ਬਣਾਈ ਹੋਈ ਆ ਤੇ ਉਸ ਗੇਮ ਦੇ ਵਿੱਚ ਬਣੇ ਰਹਿਣ ਦੇ ਲਈ ਇਹਨਾਂ ਲਈ ਜ਼ਰੂਰੀ ਆ ਵੀ ਕੰਟਰੋਵਰਸੀ ਆ ਜਿਹੜੀ ਉਹ ਕ੍ਰੀਏਟ ਹੁੰਦੀ ਰਹੇ। ਜੇ ਆਪਣੇ ਆਪ ਦੇ ਵਿੱਚ ਕ੍ਰੀਏਟ ਨਹੀਂ ਹੁੰਦੀ, ਕਈ ਵਾਰ ਹੁੰਦਾ ਵੀ ਹਾਲਾਤ ਆਪ ਬਣ ਜਾਂਦੇ ਆ ਇੱਦਾਂ ਦੇ, ਕਈ ਘਟਨਾਵਾਂ ਇੱਦਾਂ ਦੀਆਂ ਹੋ ਜਾਂਦੀਆਂ, ਕੋਈ ਪੰਜਾਬ ਦੇ ਵਿੱਚ ਕੋਈ ਅਸ਼ਲੀਲਤਾ ਵਾਲੀ ਗੱਲ ਕੋਈ ਕਹਿ ਦਿੰਦਾ ਆ ਉੱਥੇ ਮੂੰਹ ਚੱਕ ਕੇ ਚਲੇ ਜਾਂਦੇ ਆ, ਕੋਈ ਬੇਅਦਬੀ ਕਰ ਦਿੰਦਾ ਉੱਥੇ ਮੂੰਹ ਚੱਕ ਕੇ ਚਲੇ ਜਾਂਦੇ ਆ, ਕੋਈ ਹੋਰ ਇੱਦਾਂ ਦਾ ਇੰਸੀਡੈਂਟ ਹੋ ਜਾਂਦਾ ਆ ਉੱਥੇ ਚਲੇ ਜਾਂਦੇ ਆ, ਉੱਥੇ ਤਾਂ ਇਹਨਾਂ ਦੀਆਂ ਮੌਜਾਂ ਲੱਗ ਜਾਂਦੀਆਂ ਵੀ ਦੇਖੋ ਵੀ ਘਟਨਾ ਵਾਪਰ ਗਈ ਆ ਤੇ ਹੁਣ ਅਸੀਂ ਜਾਵਾਂਗੇ ਤੇ ਆਪਣੀਆਂ ਉਗਰਾਹੀਆਂ ਦਾ ਜਿਹੜਾ ਇੰਤਜ਼ਾਮ ਕਰਾਂਗੇ। ਪਰ ਜਦੋਂ ਭਾਈ ਰਣਜੀਤ ਸਿੰਘ ਵਰਗੇ ਬੰਦੇ ਜਦੋਂ ਬੋਲਦੇ ਆ ਉਦੋਂ ਤਾਂ ਇਹਨਾਂ ਦੀਆਂ ਮੌਜਾਂ ਲੱਗ ਜਾਂਦੀਆਂ ਹਨਾ ਬਈ ਦੇਖੋ ਹੁਣ ਸਾਡੇ ਕੋਲ ਮੌਕਾ ਹੈਗਾ ਆ ਬਈ ਉੱਥੇ ਜਾ ਕੇ ਲੋਕਾਂ ਨੂੰ ਸੰਗਤ ਨੂੰ ਇਹ ਦੱਸੀਏ ਇਹ ਬੰਦਾ ਗੁਰਬਾਣੀ ਦੇ ਖਿਲਾਫ ਅਕਾਲ ਤਖ਼ਤ ਦੇ ਖਿਲਾਫ ਬੋਲ ਰਿਹਾ ਤੇ ਇਹਨੂੰ ਰੋਕਿਆ ਜਾਵੇ। ਹੁਣ ਉਹ ਹਾਸੇ ਵਾਲੀ ਗੱਲ ਇਹ ਆ ਬਈ ਉਹਨਾਂ ਦੀ ਗੱਲ ਦੀ ਸੁਣਵਾਈ ਹਲੇ ਹੋ ਰਹੀ ਆ, ਹੋ ਇੱਦਾਂ ਰਹੀ ਆ ਬਈ ਅਕਾਲ ਤਖ਼ਤ ਨੂੰ ਲੈ ਕੇ ਗੁਰਬਾਣੀ ਨੂੰ ਲੈ ਕੇ ਹਲੇ ਲੋਕੀ ਕਲੀਅਰ ਨਹੀਂ ਹੈਗੇ। ਹੁਣ ਜਦੋਂ ਇਹ ਮਤਲਬ ਆਪਣੀ ਗੱਲ ਕਰਦੇ ਆ, ਦੇਖੋ ਰਣਜੀਤ ਸਿੰਘ ਨੇ ਗੁਰਬਾਣੀ ਬਾਰੇ, ਸਰੋਵਰ ਬਾਰੇ, ਅੰਮ੍ਰਿਤ ਸੰਚਾਰ ਬਾਰੇ ਇੱਦਾਂ ਕਹਿ ਦਿੱਤਾ, ਉਹ ਲੋਕਾਂ ਦੇ ਵਿੱਚ ਹਲੇ ਕਲੈਰਿਟੀ ਨਾ ਹੋਣ ਦੀ ਵਜ੍ਹਾ ਨਾ ਲੋਕਾਂ ਨੂੰ ਇੱਦਾਂ ਸਮਝ ਨਹੀਂ ਆਉਂਦੀ। ਬਹੁਤਿਆਂ ਨੂੰ, ਬਹੁਤੇ ਹੈਗੇ ਵੀ ਆ ਜਿਹਨਾਂ ਨੂੰ ਆ ਗਈ ਆ, ਪਰ ਬਹੁਤੇ ਇੱਦਾਂ ਦੇ ਆ ਜਿਹੜੇ ਹਲੇ ਦੁਚਿੱਤੀ ਜੇ ਚ ਫਸ ਜਾਂਦੇ ਆ। ਉਹਨਾਂ ਨੂੰ ਲੱਗਦਾ ਬਈ ਭਾਈ ਸਾਹਿਬ ਦਾ ਪ੍ਰਚਾਰ ਤਾਂ ਬੜਾ ਵਧੀਆ ਆ, ਬਹੁਤ ਵਧੀਆ ਗੱਲਬਾਤ ਕਰਦੇ ਆ, ਫਿਰ ਮਤਲਬ ਇੱਦਾਂ ਦਾ ਸਰੋਵਰ ਬਾਰੇ, ਅਕਾਲ ਤਖ਼ਤ ਬਾਰੇ ਕਿਉਂ ਇੱਦਾਂ ਦਾ ਉਹਨਾਂ ਨੇ ਕੁਛ ਕਹਿ ਦਿੱਤਾ? ਉਹ ਜਿਹੜੇ ਦਿਮਾਗ ਆ ਹਨਾ, ਉਹ ਹੌਲੀ ਹੌਲੀ ਉਹਨਾਂ ਦੇ ਵਿੱਚ ਵਿਕਾਸ ਦੀ ਜਿਹੜੀ ਪ੍ਰਕਿਰਿਆ ਆ ਉਹ ਵਾਪਰਨੀ ਆ। ਇੱਦਾਂ ਨਾ ਅਸੀਂ ਉਹਨਾਂ ਤੋਂ ਐਕਸਪੈਕਟ ਕਰੀਏ ਵੀ ਟਕਸਾਲ ਵਾਲੇ ਜਾਂ ਕੋਈ ਹੋਰ ਜਿਹੜੇ ਡੇਰਿਆਂ ਵਾਲੇ ਆ ਉਹ ਇੱਕਦਮ ਕਹਿਣ ਜਾਂ ਸਾਡੇ ਬੰਦੇ ਮੋਹਰੇ ਇੱਕਦਮ ਠੋਕ ਕੇ ਜਵਾਬ ਦੇ ਦੇਣ ਵੀ ਭਾਈ ਰਣਜੀਤ ਸਿੰਘ ਤਾਂ ਸਹੀ ਕਰ ਰਹੇ ਆ, ਇੱਦਾਂ ਵਾਪਰਦਾ ਨਹੀਂ, ਇੱਦਾਂ ਸਮਾਜਾਂ ਦੇ ਵਿੱਚ ਇੱਦਾਂ ਨਹੀਂ ਵਾਪਰਦਾ ਹੈਗਾ, ਇਹਨਾਂ ਗੱਲਾਂ ਨੂੰ ਸਮਾਂ ਲੱਗਣਾ ਆ ਭਾਈ। ਜਿਹੜੀ ਦੇਖਣ ਵਾਲੀ ਜਿੱਦਾਂ ਮੈਂ ਗੱਲ ਪਹਿਲਾਂ ਵੀ ਤੁਹਾਨੂੰ ਮੈਨਸ਼ਨ ਕੀਤੀ ਸੀ, ਦੇਖੋ ਤੁਸੀਂ ਇਹ ਵੀ ਭਾਈ ਰਣਜੀਤ ਸਿੰਘ ਅੱਜ ਦੇ ਸਮੇਂ ਦੇ ਵਿੱਚ ਕਰ ਕੀ ਰਹੇ ਆ, ਸੋਚ ਕੀ ਰਹੇ ਆ, ਹਾਂਜੀ ਆਮ ਸੰਗਤ, ਆਮ ਪਬਲਿਕ, ਆਮ ਨੌਜਵਾਨੀ ਬਾਰੇ ਉਹਨਾਂ ਨੂੰ ਕਿੰਨਾ ਫਿਕਰ ਆ। ਤੇ ਇਹ ਜਿਹੜਾ ਸਾਡਾ ਅਸਲੀ ਜਿਹੜਾ ਮਨੋਰਥ ਆ ਜ਼ਿੰਦਗੀ ਦਾ, ਮਤਲਬ ਸੋਰੀ, ਆਹੀ ਸਾਡਾ ਮਨੋਰਥ ਉਹਨਾਂ ਨੂੰ ਫੋਲੋ ਕਰਨ ਦਾ ਜਿਹੜਾ ਮੇਨ ਆ ਸਾਡਾ ਏਮ ਹੋਣਾ ਚਾਹੀਦਾ, ਕਿਉਂਕਿ ਪਾਸਟ ਦੇ ਵਿੱਚ ਜਿੰਨੇ ਵੀ ਆਗੂ ਹੋਏ ਆ ਪੰਜਾਬ ਦੇ ਵਿੱਚ ਸੋ ਕਾਲਡ, ਉਹਨਾਂ ਨੇ ਗੁਰਬਾਣੀ ਦੇ ਨਾਂ ਤੇ ਆਪਣੇ ਇਮਾਰਤਾਂ ਦੇ ਨਾਂ ਤੇ ਨੌਜਵਾਨੀ ਦਾ ਜਿਹੜਾ ਕਾਣ ਆ ਉਹ ਕਰਵਾਇਆ। ਅੱਜ ਇੱਕ ਬੰਦਾ ਸਾਡੇ ਸਾਹਮਣੇ ਆਇਆ ਜਿਹੜਾ ਹਿੱਕ ਠੋਕ ਕੇ ਗੁਰਬਾਣੀ ਦਾ ਸਤਿਕਾਰ ਵੀ ਕਰਦਾ ਆ,
ਗੁਰਬਾਣੀ ਦੀਆਂ ਸਾਰੀਆਂ ਗੱਲਾਂ ਬਾਤਾਂ ਵੀ ਸਾਨੂੰ ਪ੍ਰੈਕਟੀਕਲ ਤੌਰ 'ਤੇ ਸਮਝਾਉਂਦਾ ਆ, ਪਰ ਜਦੋਂ ਪ੍ਰਾਇਓਰਿਟੀ ਦੀ ਗੱਲ ਆਉਂਦੀ ਆ ਨਾ, ਉਹ ਪ੍ਰਾਇਓਰਿਟੀ ਸਿੱਖ ਸੰਗਤ ਨੂੰ ਦਿੰਦਾ, ਨੌਜਵਾਨੀ ਨੂੰ ਦਿੰਦਾ, ਵੀ ਇਹਨਾਂ ਦਾ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ। ਠੀਕ ਆ, ਜਿਹੜੀ ਇਹਨਾਂ ਦੇ ਵਿੱਚ ਗੱਲਬਾਤ ਕਰਨੀ ਆ ਉਹ ਵੀ ਜ਼ਰੂਰੀ ਆ, ਅਤੇ ਕਿਸੇ ਨਾ ਕਿਸੇ ਤਰੀਕੇ ਗੱਲਬਾਤ ਤਾਂ ਮੈਂ ਆਪਣੀ ਪਹੁੰਚ ਦੀ ਕਰ ਦੂੰਗਾ, ਕੋਈ ਗੱਲ ਨਹੀਂ, ਪਰ ਇੱਦਾਂ ਨਹੀਂ ਹੋਊਗਾ ਵੀ ਮੇਰੇ ਕਰਕੇ ਇਹਨਾਂ ਬੰਦਿਆਂ ਨੂੰ ਕਦੇ ਕੋਈ ਨੁਕਸਾਨ ਹੋਊਗਾ। ਹਾਂਜੀ, ਵੈਸੇ ਵੀ ਨਾ ਜਿਹੜੇ ਤਰੀਕੇ ਦੇ ਨਾਲ ਭਾਈ ਸਾਹਿਬ ਨੇ, ਚਲੋ ਤੁਸੀਂ ਦੱਸ ਹੀ ਤਾਂ ਰਾਤ ਹੈਂਡਲ ਕੀਤਾ ਆ, ਉਹਨੂੰ ਦੇਖ ਕੇ ਹੁਣ ਪਿੱਛੇ ਜੇ ਨਾ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਸਰੋਤੇ ਆਏ ਸੀਗੇ, ਉਹ ਆ ਕੇ ਦੱਸਣ ਲੱਗੇ ਸੀਗੇ ਵੀ 35,000 ਦਾ ਪਿੰਡਰਾਂ ਵਾਲੇ ਦੇ ਕਰਕੇ ਸਾਡੇ ਤੇ ਇੱਦਾਂ 35,000 ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਤੇ। ਹੁਣ ਜੇ ਇੱਕ ਪਾਸੇ ਨਾ ਤੁਸੀਂ ਭਾਈ ਸਾਹਿਬ ਦਾ ਦੇਖੋ ਵੀ ਇਹ ਪ੍ਰਸ਼ਾਸਨ ਸਾਥ ਦੇ ਰਿਹਾ ਆ, ਉਹ ਬੰਦਿਆਂ ਨੂੰ ਸਾਈਡ ਤੇ ਉਹਨਾਂ ਨੇ ਉੱਥੇ ਜਿੱਥੇ ਨਾਲ ਦੇ ਪਿੰਡ ਕਣਕਵਾਲ ਸ਼ਾਇਦ ਉਹਦੇ ਵਿੱਚ ਉਹ ਕਹਿੰਦੇ ਬਾਹਰ ਨਹੀਂ ਨਿਕਲਣ ਦੇਣਾ, ਦੀਵਾਨ ਹੋ ਰਿਹਾ ਵਧੀਆ ਤਰੀਕੇ ਨਾਲ ਹੋ ਰਿਹਾ ਆ, ਫਿਰ ਵੀ ਭਾਈ ਸਾਹਿਬ ਕਹਿੰਦੇ ਵੀ ਦੀਵਾਨ ਤਾਂ ਲਾ ਰਹੇ ਆ ਪਰ ਜਿਹੜਾ ਦਿਮਾਗ ਦੇ ਵਿੱਚ ਆ ਵੀ ਕੁਛ ਹੰਸ ਖਾਂ ਵੀ ਇਹਨਾਂ ਜਿਹੜੇ ਵਿਚਾਰੇ ਬਾਹਰ ਪੁਲਿਸ ਵਾਲੇ ਵੀ ਖੜੇ ਆ, ਇਹ ਵੀ ਆਪਣੇ ਭਰਾ ਆ, ਕਿੱਦਾਂ ਤੰਗ ਹੋ ਰਹੇ ਆ। ਉਹਦੇ ਨਾਲ ਨਾ ਇੱਕ ਚੀਜ਼ ਹੋਰ ਵੀ ਆ, ਜਿਹੜੇ ਪੁਲਿਸ ਵਾਲੇ ਨਾਲ ਲੱਗੇ ਹੋਏ ਆ ਉਹਨਾਂ ਦਾ ਖਰਚਾ ਕਿਹਦੇ ਸਿਰ ਦੇ ਉੱਤੇ ਪੈਣਾ ਆ, ਮਤਲਬ ਉਹ ਪਰੇਸ਼ਾਨ ਬੰਦਾ ਕੋਈ ਆਖੇ ਵੀ ਪੁਲਿਸ ਦੇ ਪੁਲਿਸ ਦੀ ਭਰਤੀ ਹੋਈ ਆ, ਇਹ ਪ੍ਰਸ਼ਾਸਨ ਸੁਰੱਖਿਆ ਵਾਸਤੇ ਹੈਗਾ ਆ, ਇਹਨਾਂ ਨੂੰ ਡਿਊਟੀ ਤੇ ਕਰਨੀ ਪੈਣੀ ਆ, ਪਰ ਉਹ ਜਿਹੜਾ ਖਰਚਾ ਪੈਣਾ ਆ ਪ੍ਰਸ਼ਾਸਨ ਉਹ ਕਿਹਦੇ ਉੱਤੇ ਪੈਣਾ ਆ, ਉਹ ਆਮ ਪਬਲਿਕ ਦੇ ਉੱਤੇ ਪੈਣਾ। ਹੁਣ ਜਦੋਂ ਨਾ ਕਈ ਬੰਦੇ ਕਹਿੰਦੇ ਵੀ ਇੰਨਾ, ਮੰਨ ਲਓ ਤੁਸੀਂ ਨਾ ਪੰਜਾਬ ਤੋਂ ਬਾਹਰ, ਮੈਂ ਰਾਜਸਥਾਨ ਤੋਂ ਆ, ਪਹਿਲਾਂ ਮੈਂ ਕਿੰਨੇ ਵਾਰੀ ਇਹ ਗੱਲ ਕੀਤੀ ਵੀ ਤੁਸੀਂ ਪੰਜਾਬ ਤੋਂ ਬਾਹਰ ਜਿਹੜੇ ਪੰਜਾਬ ਦੇ ਖਾਸ ਕਰਕੇ ਮਾਝੇ ਵਾਲੇ ਜਿਹੜੇ ਬੰਦੇ ਹੋਣ, ਪੰਜਾਬ ਤੋਂ ਬਾਹਰ ਜਾਇਓ ਤੁਸੀਂ ਰਾਜਸਥਾਨ, ਮਤਲਬ ਸਾਡਾ ਯਾਨੀ ਕਿ ਪਿੰਡ ਪੰਜਾਬ ਤੋਂ ਮਤਲਬ 30-35 ਕਿਲੋਮੀਟਰ ਦੂਰ ਤੇ ਆ, ਸਾਡਾ ਜਿਹੜਾ ਸਟੇਟ ਜ਼ਿਲ੍ਹਾ ਆ ਉਹ ਸਾਡੇ ਤੋਂ 20 ਕਿਲੋਮੀਟਰ ਦੂਰ ਆ। ਹੁਣ ਜ਼ਿਲ੍ਹੇ ਦੇ ਅੰਦਰ ਤੁਹਾਨੂੰ ਇੱਕਾ ਦੁੱਕਾ ਪੁਲਿਸ ਵਾਲੇ ਦੇਖਣਗੇ, ਮਤਲਬ ਇੱਕ ਕੋਈ ਖਾਸ ਬਹੁਤ ਹੀ ਮੇਨ ਜਿਹੜਾ ਬੀਜੀ ਚੌਂਕ ਆ ਉਹਦੇ ਤੇ ਦੋ ਪੁਲਿਸ ਵਾਲੇ ਖੜੇ ਆ, ਉਹ ਵੀ ਸਿਰਫ ਜਿੱਦਾਂ ਨੋਰਮਲ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹ ਖੜੇ ਆ, ਕਿਤੇ ਹੋਰ ਕਿਤੇ ਤੁਸੀਂ ਗਾਂਹ ਜਾਓਗੇ ਤੁਹਾਨੂੰ ਬਹੁਤ ਟਾਈਮ ਬਾਅਦ ਇੱਕ ਦੋ ਪੁਲਿਸ ਵਾਲੇ ਫੇਰ ਦਿਖਣੇ, ਇੱਦਾਂ ਇੱਦਾਂ, ਤੇ ਤੁਸੀਂ ਇਹਨੂੰ ਕੰਪੇਅਰ ਕਰਿਓ ਪੰਜਾਬ ਦੇ ਨਾਲ, ਤੁਹਾਨੂੰ ਯਾਨੀ ਕਿ ਸਟਾਰ ਵਾਲੇ ਬੰਦੇ ਤੁਹਾਨੂੰ ਚੌਂਕਾਂ ਦੇ ਉੱਤੇ ਖੜੇ ਹੋਏ ਨੋਰਮਲੀ ਦਿਖਣਗੇ ਤੁਹਾਨੂੰ ਚੌਂਕਾਂ ਦੇ ਉੱਤੇ ਖੜੇ ਹੋਏ, ਇੱਕ ਦੋ ਸਟਾਰ ਵਾਲੇ ਬੰਦੇ, ਇੱਕ ਦੋ ਸਟਾਰ ਵਾਲੇ ਮੋਟਰਸਾਈਕਲ ਲੈ ਕੇ ਗਸ਼ਤ ਕਰਦੇ ਦਿਖਣਗੇ ਤੁਹਾਨੂੰ, ਰਾਜਸਥਾਨ ਦੇ ਵਿੱਚ ਇਹ ਕੋਈ ਨਹੀਂ ਦਿਖੂਗਾ। ਇਹਦਾ ਕਾਰਨ ਕੀ ਹੈ ਇਸ ਗੱਲ ਦਾ, ਕਿਉਂਕਿ ਡਿਸਟਰਬ ਕੀਤਾ ਹੋਇਆ ਨਾ ਪੰਜਾਬ ਨੂੰ, ਉਹ ਉਹ ਖਰਚਾ ਕਿਹਦੇ ਉੱਤੇ ਪੈ ਰਿਹਾ ਆ, ਅਸੀਂ ਕਹਿਣੇ ਆ ਯਾਰ ਵੀ ਸਾਡਾ ਕੋਈ ਵਿਕਾਸ ਵਾਲੇ ਪਾਸੇ ਨਹੀਂ ਜਾ ਰਿਹਾ, ਪੰਜਾਬ ਇੱਦਾਂ ਕਿੱਦਾਂ ਹੋ ਰਿਹਾ, ਕੋਈ ਫੈਕਟਰੀ ਲੱਗਣ ਦੀ ਤੁਸੀਂ ਥਾਂ ਛੱਡਦੇ ਲੱਗਣ ਜੋਗੀ, ਇੱਦਾਂ 1,000 ਪੁਲਿਸ ਵਾਲਾ ਲਾਉਣਾ ਪੈ ਰਿਹਾ ਇੱਕ ਸਮਾਗਮ ਕਰਾਉਣ ਖਾਤਰ, ਉਹਦਾ ਖਰਚਾ ਵੀ ਤਾਂ ਪੰਜਾਬ ਦੀ ਪਬਲਿਕ ਦੇ ਉੱਤੇ ਹੀ ਪੈਣਾ ਨਾ ਉਹ। ਤੇ ਹੁਣ ਭਾਈ ਸਾਹਿਬ ਇੱਕ ਪਾਸੇ ਹੁਣ ਜਿਹੜੀ ਆਪਾਂ ਗੱਲ ਕਰਨ ਲੱਗੇ ਸੀ ਨਾ ਵੀ ਆਹ ਜਿਹੜਾ ਭਾਈ ਸਾਹਿਬ ਸੋਚ ਰਹੇ ਆ, ਚਲੋ ਘਾਣ ਹੋਣਾ ਇਹ ਗੱਲਾਂ ਤਾਂ ਬਹੁਤ ਬਾਅਦ ਦੀਆਂ, ਪਰ ਉਦੋਂ ਪਹਿਲਾਂ ਆਹ ਗੱਲਾਂ ਵੀ ਹੈਗੀਆਂ ਵੀ ਇਹ ਨੁਕਸਾਨ ਵੀ ਸਾਡਾ ਪੰਜਾਬੀਆਂ ਦਾ ਹੀ ਹੋ ਰਿਹਾ ਇਸ ਚੀਜ਼ ਦੇ ਨਾਲ। ਹੁਣ ਇਸ ਚੀਜ਼ ਦੇ ਨਾਲ ਆਹ ਹੋ ਆਹ ਸਿਰਫ ਇਹਨਾਂ ਚੰਨ ਬੰਦਿਆਂ ਕਰਕੇ ਹੋ ਰਿਹਾ ਆ, ਪੰਜਾਬ ਨੂੰ ਅੱਜ ਡਿਸਟਰਬ ਮੰਨ ਲਓ ਸਟੇਟ ਕਿਹਾ ਜਾਂਦਾ ਆ, ਕਿਹੜੇ ਬੰਦਿਆਂ ਕਰਕੇ ਕਿਹਾ ਜਾਂਦਾ ਕਿ ਰਣਜੀਤ ਸਿੰਘ ਉਹਦੇ ਕਸੂਰਵਾਰ, ਇਹ ਟਕਸਾਲੀ ਕਸੂਰਵਾਰ ਆ ਉਸ ਗੱਲ ਦੀ, ਕਿਉਂਕਿ ਇਹਨਾਂ ਬੰਦਿਆਂ ਨੇ ਪੰਗੇ ਪਾਏ ਨਾ ਪਹਿਲਾਂ, ਇਹਨਾਂ ਨੇ ਕੀਤਾ ਡਿਸਟਰਬ ਪੰਜਾਬ ਨੂੰ, ਥੋੜੀ ਕੋਈ ਗੱਲਬਾਤ ਨਹੀਂ ਹੁੰਦੀ, ਕਿੰਨੇ ਵਾਰੀ ਹੋ ਚੁੱਕਿਆ, ਭਾਈ ਸਾਹਿਬ ਨੇ ਵੀ ਗੱਲਾਂ ਕੀਤੀਆਂ ਆ, ਇੱਥੇ ਰੇਡੀਓ 'ਤੇ ਵੀ ਗੱਲ ਹੋਈ ਸੀ ਵੀ ਅਸੀਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਈਏ, ਇਹਨਾਂ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਕੰਟਰੋਲ ਰੱਖੀਏ ਇਹਨਾਂ ਦੇ ਉੱਤੇ ਅਸੀਂ। ਉਹ ਹਿੰਦੂਆਂ ਦੇ ਵਿੱਚ ਤੁਸੀਂ ਦੇਖੋ ਯਾਰ, ਰਾਮਲੀਲਾ ਮੈਦਾਨਾਂ ਦੇ ਵਿੱਚ ਕਿੱਦਾਂ ਮਜ਼ਾਕ ਉਡਾਉਂਦੇ ਸਾਰੇ ਆਪਣੇ ਪਾਤਰਾਂ ਦਾ, ਉਹ ਕਦੇ ਕੁਛ ਸੁਣਿਆ ਵੀ ਇੱਦਾਂ ਧੰਮ ਜਾ ਕੇ ਧਰਨਾ ਲਾ ਕੇ ਬਹਿ ਗਏ ਹੁਣ ਜਾ ਕੇ ਕਿਤੇ, ਉਹ ਕਿੱਦਾਂ ਫਿਲਮਾਂ ਦੇ ਵਿੱਚ ਉਹ ਪੀ ਕੇ ਆ ਗਈਆਂ ਮੂਵੀਆਂ ਦੇ ਵਿੱਚ ਕਿੱਦਾਂ ਬਰਦਾਸ਼ਤ ਕਰ ਰਹੇ ਬੰਦੇ ਨੇ, ਕਿੰਨੇ ਕੁ ਬੰਦੇ ਸੀਗੇ ਜਿਨ੍ਹਾਂ ਨੇ ਵਿਰੋਧ ਕੀਤਾ ਉਸ ਗੱਲ ਦਾ, ਇੱਕ ਈਵਨ ਕਿ ਮੈਨੂੰ ਲੱਗਦਾ ਇੱਕਾ ਦੁੱਕਾ ਉਹ ਤਾਂ ਜਿਹੜੇ ਹੋਣਗੇ ਉਹਨਾਂ ਸਾਡੇ ਵਾਲੇ ਬੰਦਿਆਂ ਨੇ ਵੀ ਇਤਰਾਜ਼ ਉਸ ਮੂਵੀ ਤੇ ਹੀ ਕੀਤਾ ਸੀਗਾ ਵੀ ਸਾਡੇ ਇੱਕ ਪਰਨੇ ਵਾਲੇ ਮੁੰਡੇ ਨੂੰ ਇੱਦਾਂ ਸ਼ਿਵਜੀ ਦੇ ਮੂੰਹ ਲੰਬਾ ਕਾਹਤੋਂ ਪਾ ਦਿੱਤਾ, ਪਰ ਹਕੀਕਤ ਤਾਂ ਹੈਗੀ ਹੈ ਨਾ ਉਹ ਵੀ ਅਸੀਂ ਪੈ ਰਹੇ ਹਾਂ ਉਸ ਤਰੀਕੇ ਦੇ ਨਾਲ ਲੰਬੇ। ਹੁਣ ਇਹ ਬੰਦੇ ਜਿਹੜੇ ਅੱਜ ਨਾਲੇ ਆ ਗਏ, ਇਹਨਾਂ ਦਾ ਕੋਈ ਇੱਦਾਂ ਜੇਕਰ ਇਹਨਾਂ ਬੰਦਿਆਂ ਨੂੰ ਨਾ, ਮੈਂ ਕਹਿੰਦਾ ਇਹਨਾਂ ਬੰਦਿਆਂ ਦੀ ਨਹੀਂ ਗੱਲ, ਜਾਗਰੂਕਾਂ ਦੀ ਵੀ ਗੱਲ, ਪੰਥ ਪ੍ਰੀਤ ਧੁੰਦੇ ਵਰਗਿਆਂ ਦੀ ਵੀ ਗੱਲ, ਇਹਨਾਂ ਬੰਦਿਆਂ ਨੂੰ ਵੀ ਜੇ ਕਿਸੇ ਦੀ ਫਿਕਰ ਹੁੰਦੀ ਨਾ, ਪੰਜਾਬ ਦੇ ਲੋਕਾਂ ਦੀ ਫਿਕਰ ਹੁੰਦੀ, ਇਹ ਬੰਦੇ ਵੀ ਕਿਤੇ ਕਿ ਟਾਈਮ 'ਤੇ ਜਾ ਕੇ ਵਧੀਆ ਫੈਸਲੇ ਲੈ ਲੈਂਦੇ ਇਹ, ਜਿਹਦੇ ਜਾ ਕੇ ਬਰਗਾੜੀ ਦੇ ਵਿੱਚ ਵੀ ਬੈਠੇ ਆ ਜਾਂ ਹੋਰ ਵੀ ਜਿੰਨੇ ਵੀ ਇਹਨਾਂ ਦੇ ਪੰਗੇ ਪਏ ਆ। ਇਕੱਲੇ ਰਣਜੀਤ ਸਿੰਘ ਆ ਜਿਹੜੇ ਸਰ, ਹੁਣ ਰਣਜੀਤ ਸਿੰਘ ਨੇ ਮੈਂਸ਼ਨ ਵੀ ਕੀਤਾ ਉਸ ਕਲਿੱਪ ਦੇ ਵਿੱਚ, ਉਹ ਕਹਿੰਦੇ ਵੀ ਜੇਕਰ ਮੈਂ ਇੱਥੋਂ ਕੈਂਸਲ ਕਰਦੀ ਆ ਆਪਾਂ ਦੋ ਦਿਵਾਨ, ਇਹਨਾਂ ਨੇ ਜਕਾਰੇ ਲਾਉਣੇ ਆ ਵੀ ਦੇਖੋ ਜੀ ਸਾਡੀ ਜਿੱਤ ਹੋ ਗਈ ਆ, ਸਾਡੇ ਇੱਦਾਂ ਹੋ ਗਈ, ਉਸ ਚੀਜ਼ ਨੂੰ ਬਰਦਾਸ਼ਤ ਕਰਕੇ ਵੀ ਕਹਿ ਰਿਹਾ ਵੀ ਨਹੀਂ ਯਾਰ ਵੀ ਆਹ ਇੱਦਾਂ ਦੇ ਮਾਹੌਲ ਦੇ ਵਿੱਚ ਧਾਰਮਿਕ ਸਮਾਗਮ ਕਰ ਰਹੇ ਹਾਂ ਅਸੀਂ, ਇੱਦਾਂ ਦੇ ਮਾਹੌਲ ਦੇ ਵਿੱਚ ਕਿੱਥੇ ਵਧੀਆ ਲੱਗਣਾ ਆ। ਪਰ ਇਹ ਗੁੰਡੇ ਵਾਰ ਵਾਰ, ਹੁਣ ਇਹ ਬੰਦੇ ਕਹਿੰਦੇ ਹੁਣ ਵੀ ਇੱਦਾਂ ਕੋਈ ਇੱਕ ਕਹਿੰਦਾ ਵੀ ਮੈਂ ਇੱਦਾਂ ਬੋਰੀ 'ਚ ਪਾ ਕੇ ਮਿਰਚ ਵਾਲੀ ਬੋਰੀ 'ਚ ਪਾ ਕੇ ਸੋਧਾ ਲਾ ਦੇਣਾ ਆ, ਦੂਜਾ ਕਹਿੰਦਾ ਅਸੀਂ ਆਹ ਕਰ ਦੇਣੇ ਆ, ਫਿਰ ਕਹਿੰਦੇ ਸਾਡੇ ਨਾਲ ਵਿਚਾਰ ਕਿਉਂ ਨਹੀਂ ਕਰਦੇ, ਅਸੀਂ ਤਾਂ ਜਵਾਬ ਲੈਣਾ ਆ। ਹੋਰ ਮਤਲਬ ਇਹ ਕਹਿੰਦੇ ਹਰੇਕ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਦਾ ਹੈ, ਜਿੱਦਾਂ
ਪੰਜਵੇਂ ਪਾਤਸ਼ਾਹ ਨੂੰ ਜਾ ਕੇ ਤਵੀ ਤੇ ਬਹਾਇਆ ਜਾ ਕੇ ਇਹਦਾ ਉਦੋਂ ਮੁੜ ਕੇ ਕਿੰਨੀਆਂ ਸੁਣੀਆਂ ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਵੀ ਉਹ ਬੰਦਾ ਕੁਛ ਨਾ ਕੁਛ ਗੱਲਾਂ ਸੁਣਦਾ ਰਿਹਾ ਇੱਥੇ ਸਿੱਖੀ ਦੀ ਨਹੀਂ ਗੱਲ ਹੋ ਰਹੀ ਵੀ ਕੋਈ ਸਿੱਖੀ ਤੇ ਉਟਾਂਕਣ ਹੋ ਰਿਹਾ ਹੈ ਜਾਂ ਉਹ ਜਦੋਂ ਇੱਕ ਕਰਫਿਊ ਦੇ ਨਾਲ ਇਹਨਾਂ ਦੀ ਇੰਟਰਵਿਊ ਚੱਲਦੀ ਹੈ ਜਿੱਥੇ ਸਤਵਿੰਦਰ ਅਤੇ ਇਹ ਸਾਰੇ ਜਣੇ ਬੈਠੇ ਆ ਉਹ ਜੱਜ ਨਾਲੇ ਨੂੰ ਪੁੱਛਿਆ ਵੀ ਕੀ ਨਾਲ ਲੈਂਦਾ ਵੀ ਗੁਰਬਾਣੀ ਦੇ ਅਰਥ ਆ ਉਹ ਸਾਰੇ ਕਰ ਰਹੇ ਆ ਮਤਲਬ ਇੰਨੇ ਟੀਕੇ ਲਿਖੇ ਆ ਤੁਹਾਡੇ ਅਰਥ ਹੋ ਰਿਹਾ ਤੁਹਾਡੀ ਟਕਸਾਲਾਂ ਇੰਨੇ ਦਸ ਬਾਰਾਂ ਟੀਕੇ ਲਿਖੇ ਵੀ ਰਣਜੀਤ ਸਿੰਘ ਆਪਣੀ ਮਤ ਦੇ ਅਨੁਸਾਰ ਅਰਥ ਕਰ ਰਿਹਾ ਤਾਂ ਤੁਹਾਨੂੰ ਇਤਰਾਜ਼ ਕੀ ਹੋਣਾ ਚਾਹੀਦਾ ਕਹਿੰਦਾ ਅਰਥ ਤਾਂ ਕਰ ਲਵੇ ਪਰ ਗੁਰਬਾਣੀ ਤੇ ਉਂਗਲ ਨਾ ਕਰੇ ਮਤਲਬ ਕੀ ਮਤਲਬ ਤੁਹਾਡਾ ਪੰਗਾ ਤਾਂ ਇਸ ਗੱਲ ਤੇ ਹੀ ਪੈਣਾ ਵੀ ਜਿਹੜੇ ਅਰਥ ਭਾਈ ਸਾਹਿਬ ਕਰ ਰਿਹਾ ਤੁਹਾਨੂੰ ਅਰਥ ਹਜਮ ਨਹੀਂ ਹੋ ਰਹੇ ਉਹ ਤੁਹਾਡੀਆਂ ਮਨੋਤਾਂ ਦੇ ਉੱਤੇ ਸੱਟਾਂ ਮਾਰ ਰਿਹਾ ਤੁਹਾਨੂੰ ਅਰਥਾਂ ਦੇ ਨਾਲ ਹੀ ਤਾਂ ਤਕਲੀਫ ਆ ਤੇ ਤੁਸੀਂ ਕਹਿੰਦੇ ਹੋ ਸਾਨੂੰ ਅਰਥ ਕਰ ਲਵੇ ਪਰ ਗੁਰੂ ਸਾਹਿਬ ਤੇ ਉਟਾਂਕਾ ਨਾ ਕਰੇ ਫਿਰ ਜਦੋਂ ਗੱਲਬਾਤ ਆਉਣੀ ਵੀ ਹਾਏ ਇਹਨੂੰ ਬਿਲਡਿੰਗ ਕਿਉਂ ਕਹਿਤਾ ਇਹਨੂੰ ਅੰਮ੍ਰਿਤ ਸਰੋਵਰ ਆ ਇਹਦੇ ਵਿੱਚ ਇੱਦਾਂ ਹੋ ਜਾਂਦਾ ਆ ਕਿੰਨੇ ਵਾਰੀ ਹੁਣ ਭਾਈ ਸਾਹਿਬ ਨੇ ਵੀ ਗੱਲ ਕੀਤੀ ਸੀ ਕਰੋਨਾ ਵਾਇਰਸ ਚੱਲੀ ਜਾਂਦਾ ਤੁਸੀਂ ਭਰ ਕੇ ਭੇਜੋ ਬਾਲਟੀਆਂ ਇੱਦਾਂ ਜੇਕਰ ਤੁਹਾਨੂੰ ਇੰਨਾ ਹੀ ਵਧੀਆ ਲੱਗਦਾ ਸੀਗਾ ਜਿੱਦਣ ਅਜਨਾਲੇ ਦੇ ਸੱਟਾਂ ਵੱਜੀਆਂ ਸੀ ਹਸਪਤਾਲ ਦੇ ਵਿੱਚ ਕਾਹਤੋਂ ਗਿਆ ਸੀ ਅਜਨਾਲਾ ਜਾ ਕੇ ਇੱਦਾਂ ਉਸ ਬੈੱਡ ਤੇ ਲੰਮਾ ਪੈ ਕੇ ਇੰਟਰਵਿਊ ਕਾਹਤੋਂ ਦੇਈ ਜਾਂਦਾ ਸੀ ਜਾਂਦਾ ਜਾ ਕੇ ਸਰੋਵਰ ਦੇ ਵਿੱਚ ਚੁੱਭੀ ਮਾਰ ਕੇ ਨਰਵਾ ਹੋ ਕੇ ਬਾਹਰ ਆ ਜਾਂਦਾ ਫਿਰ ਦਿਖਾਉਂਦਾ ਵੀ ਆਹ ਦੇਖੋ ਸਾਡੀ ਤਾਕਤ ਇੱਦਾਂ ਜੇਕਰ ਤੁਹਾਨੂੰ ਇੰਨਾ ਹੀ ਯਕੀਨ ਹੈ ਤੁਹਾਨੂੰ ਫਿਕਰ ਕਿਉਂ ਪਿਆ ਇਸ ਗੱਲ ਦਾ ਵੀ ਤੁਹਾਨੂੰ ਰਣਜੀਤ ਸਿੰਘ ਨੂੰ ਜਾ ਕੇ ਇੱਦਾਂ ਰੋਕਣਾ ਪੈ ਰਿਹਾ ਆ ਇਹਨਾਂ ਦੀਆਂ ਬਗਦ ਬੁੱਕ ਇਹ ਸਾਰੀਆਂ ਗੱਲਾਂ ਕਰਕੇ ਨਾ ਇੱਕ ਇੱਕ ਕਹਾਣੀ ਦੇ ਉੱਤੇ ਤੁਸੀਂ ਇਹਨਾਂ ਦੀਆਂ ਬਦਬੁਖੋਈਆਂ ਕਰਕੇ ਹਰੇਕ ਕਹਾਣੀ ਹਰੇਕ ਸਾਖੀ ਦੇ ਉੱਤੇ ਸ਼ੱਕ ਹੋਇਆ ਆ ਉਹਦੀ ਏਦਾਂ ਉਖਾੜ ਮਤਲਬ 78 ਬਾਰੇ 84 ਬਾਰੇ ਅਸੀਂ ਤਾਂ ਆਪ ਭਿੰਡਰ ਵਾਲੇ ਦੀਆਂ ਫੋਟੋਆਂ ਆਪਣੀਆਂ ਪੋਸਟਰ ਲਾ ਕੇ ਫਿਰਦੇ ਰਹੇ ਹਾਂ ਇੱਦਾਂ ਵਾਲਪੇਪਰਾਂ ਵਾਲਪੇਪਰ ਲੱਗਿਆ ਰਿਹਾ ਮੇਰਾ ਬਹੁਤ ਸਾਲ ਇੱਦਾਂ ਵੀ ਦੋ ਤਿੰਨ ਸਾਲ ਮੈਂ ਵਾਲਪੇਪਰ ਰੱਖਿਆ ਭਿੰਡਰ ਵਾਲੇ ਦਾ ਆਪਣੀ ਫੇਸਬੁੱਕ ਦੇ ਉੱਤੇ ਪਰ ਤੁਹਾਡੀਆਂ ਇਹਨੀਆਂ ਬਦਬੋਈਆਂ ਕਰਕੇ ਜਦੋਂ ਗੱਲਾਂ ਬਾਤਾਂ ਹੋਣ ਲੱਗੀਆਂ ਗੱਲਾਂ ਸਮਝ ਦੇ ਵਿੱਚ ਨਹੀਂ ਪੈਣ ਲੱਗੀਆਂ ਹੁਣ ਜੇਕਰ ਤੁਸੀਂ ਅੱਜ ਭਾਈ ਸਾਹਿਬ ਨੂੰ ਏਦਾਂ ਨਰਕ ਉਹਦੇ ਨਿਰੰਕਾਰੀਆਂ ਦੇ ਨਾਲ ਤੁਲਨਾ ਕਰ ਰਹੇ ਨਾ ਸਾਨੂੰ ਸ਼ੱਕ ਇਸ ਗੱਲ ਤੇ ਵੀ ਹੋਣਾ ਸ਼ੁਰੂ ਹੋ ਜਾਣਾ ਵੀ ਯਾਰ ਕੀ ਮਾੜਾ ਕਿਹਾ ਹੋਣਾ ਆ ਉਹਨਾਂ ਨੇ ਏਦਾਂ ਵੀ ਨਿਰੰਕਾਰੀਆਂ ਨੇ ਹੁਣ ਅੱਜ ਭਾਈ ਸਾਹਿਬ ਦੇ ਦੀਵਾਨ ਚ ਗਿਆ ਹੋ ਸਕਦਾ ਉਦੋਂ ਮਾਧਿਅਮ ਏਦਾਂ ਨਾ ਹੋਵੇ ਏਦਾਂ ਕੁਛ ਨਾ ਹੋਵੇ ਇਹ ਬੰਦੇ ਸਮਾਗਮ ਰੋਕਣਗੇ ਅਗਲੇ ਨੇ ਏਦਾਂ ਭੁੰਨ ਕੇ ਸਿੱਟ ਤੇ 13-14 ਜਾਣੇ ਏਦਾਂ ਇੱਕ ਗੱਲ ਚਲੋ ਜਿਹੜੀ ਤੁਸੀਂ ਕਹਿੰਦੇ ਆ ਵੀ ਉਹਨਾਂ ਨੇ ਕੀ ਮਾੜਾ ਕਿਹਾ ਹੋਊਗਾ ਉਹਨਾਂ ਦੀ ਤੁਲਨਾ ਦੇ ਵਿੱਚ ਇਹ ਚੰਗਾ ਕੀ ਕਹਿੰਦੇ ਆ ਜਿਹੜਾ ਉਹਨਾਂ ਨੇ ਮਾੜਾ ਕਿਹਾ ਇਹ ਦੇਖੋ ਤੁਸੀਂ ਜੋ ਮਤਲਬ ਧਰਮ ਬਾਰੇ ਇਹ ਗੱਲਾਂ ਕਰਦੇ ਆ ਉਹੀ ਉਹ ਕਰ ਰਹੇ ਸੀ ਮਸਲਾ ਤਾਂ ਇਹ ਸੀ ਵੀ ਚਾਹੁੰਦੇ ਸੀ ਵੀ ਕੰਪੀਟੀਸ਼ਨ ਨਾ ਹੋਵੇ ਸਾਡੀ ਦੁਕਾਨ ਦੇ ਬਰਾਬਰ ਦੁਕਾਨ ਨਹੀਂ ਖੁੱਲਣੀ ਚਾਹੀਦੀ ਬਸ ਹੋਰ ਕੋਈ ਮਸਲਾ ਨਹੀਂ ਕੰਪੀਟੀਸ਼ਨ ਸੀਗਾ ਤੇ ਰਣਜੀਤ ਸਿੰਘ ਦੇ ਨਾਲ ਪ੍ਰੋਬਲਮ ਇਹਨਾਂ ਨੂੰ ਇਹ ਹੋ ਰਹੀ ਹੈ ਵੀ ਜਿਹੜੀਆਂ ਰਣਜੀਤ ਸਿੰਘ ਦੀਆਂ ਗੱਲਾਂ ਨਾ ਉਹ ਲੋਕਾਂ ਨੂੰ ਕਨਵਿੰਸ ਕਰ ਰਹੀਆਂ ਆ ਇਹਨਾਂ ਦੇ ਇਹਨਾਂ ਨੂੰ ਖੁਦ ਨੂੰ ਪਤਾ ਇਹਨਾਂ ਦੇ ਟਕਸਾਲ ਦੇ ਵਿੱਚੋਂ ਇਹਨਾਂ ਦੇ ਨੇੜੇ ਤੇੜੇ ਦੇ ਬੰਦੇ ਸਾਰੇ ਇਹਨਾਂ ਨੂੰ ਇਹਨਾਂ ਦੇ ਉੱਤੇ ਸਵਾਲ ਚੁੱਕਣ ਲੱਗ ਗਏ ਆ ਵੀ ਜਿਹੜੀਆਂ ਆਹ ਗੱਲਾਂ ਹੈਗੀਆਂ ਇਹਨਾਂ ਦਾ ਜਵਾਬ ਤਾਂ ਦਿਓ ਘੱਟੋ ਘੱਟ ਤੁਸੀਂ ਰਣਜੀਤ ਸਿੰਘ ਤੋਂ ਨਾਲੇ ਤੁਸੀਂ ਆਪ ਕਹਿੰਦੇ ਵੀ ਰਣਜੀਤ ਸਿੰਘ ਸਵਾਲ ਚੁੱਕਦਾ ਆ ਸਵਾਲ ਚੁੱਕਣ ਦਾ ਮਤਲਬ ਆ ਤੁਸੀਂ ਉੱਤਰ ਦਿਓ ਉਹਨਾਂ ਗੱਲਾਂ ਦਾ ਤੁਸੀਂ ਰਣਜੀਤ ਸਿੰਘ ਦੇ ਉੱਤੇ ਕੀ ਸਵਾਲ ਜਾ ਕੇ ਕਰ ਲੈਣਾ ਹੈ ਕਿੱਦਾਂ ਦੀ ਵਿਚਾਰ ਕਰ ਲੈਣੀ ਹੈ ਤੁਸੀਂ ਇੱਦਾਂ ਤੁਸੀਂ ਪਹਿਲਾਂ ਧਮਕੀਆਂ ਦੇ ਕੇ ਆਓ ਆਹੀ ਤਾਂ ਆਹੀ ਭਾਈ ਸਾਹਿਬ ਨੇ ਕਿੰਨੇ ਰੱਖਿਆ ਤਾਂ ਇਸੇ ਐਟੀਟਿਊਡ ਦੀ ਤੜ ਭੰਨਣੀ ਆ ਇੱਦਾਂ ਹੁਣ ਅੱਜ ਰਣਜੀਤ ਸਿੰਘ ਕੋਲੇ ਸਾਰਾ ਕੁਛ ਹੋਣ ਦੇ ਬਾਵਜੂਦ ਏਦਾਂ ਸਾਰਾ ਤਾਮ ਜਾਮ ਇੰਨਾ ਕੁਛ ਹੋਣ ਫਿਰ ਵੀ ਉਹ ਨਿਮਰਤਾ ਦੇ ਵਿੱਚ ਰਹਿ ਕੇ ਯਾਰ ਮੇਰੇ ਕਰਕੇ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਮੇਰੇ ਕਰਕੇ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਤੇ ਜਿਹੜਾ ਤੁਹਾਡੇ ਤੁਸੀਂ ਕਮੀਨੀਅੰਗਿਆਂ ਕਰਕੇ ਜਿੱਦਣ ਤੁਹਾਡੇ ਕੋਲ ਹਥਿਆਰ ਸੀ ਕੀ ਕੁਛ ਨਹੀਂ ਕੀਤਾ ਜਿਹੜੀਆਂ ਗੱਲਾਂ ਤੇ ਮਾੜਾ ਮੋਟਾ ਵੀ ਸ਼ੱਕ ਸੀ ਨਾ ਤੁਹਾਡੀਆਂ ਬਦਬਖੋਈਆਂ ਕਰਕੇ ਸਾਨੂੰ ਪੂਰਾ ਯਕੀਨ ਹੋ ਗਿਆ ਆ ਵੀ ਜੋ ਵੀ ਉਹਨਾਂ ਬਾਰੇ ਕਿਹਾ ਗਿਆ ਨਾ ਬਿਲਕੁਲ ਜਿਹੜਾ ਤੁਸੀਂ ਪ੍ਰਚਾਰਿਆ ਬਿਲਕੁਲ ਗਲਤ ਪ੍ਰਚਾਰਿਆ ਉਹ ਉਹ ਜਿਹੜਾ ਹੋ ਰਿਹਾ ਸੀਗਾ ਨਾ ਉਹ ਬਿਲਕੁਲ ਬਿਲਕੁਲ ਜਾਇਜ਼ ਹੋਇਆ ਉਹ KPS ਗਿੱਲ ਨੇ ਕੀਤਾ ਆ ਚਾਹੇ ਬੇਅੰਤ ਸਿੰਘ ਨੇ ਚਾਹੇ ਇੰਦਰਾ ਗਾਂਧੀ ਨੇ ਜਿਹੜਾ ਕੀਤਾ ਆ ਉਹ ਬਿਲਕੁਲ ਜਾਇਜ਼ ਕੀਤਾ ਆ ਇਦੂ ਬਿਨਾਂ ਅਮਨ ਸ਼ਾਂਤੀ ਆ ਹੀ ਨਹੀਂ ਸਕਦੀ ਆ ਥੋੜੇ ਦਿਨ ਪਹਿਲਾਂ ਨੇ ਬੁੱਤ ਢੋਣ ਦੀ ਨਾ ਹੋਈ ਆ ਘਟਨਾ ਆਹੋ ਇਹਨਾਂ ਨੇ ਬੁੱਤ ਢਾ ਦਿੱਤੇ ਇਹਨੇ ਜਾ ਕੇ ਚਲੋ ਧਰਨਾ ਲਾ ਲਿਆ ਉੱਥੇ ਧਰਨੇ ਦੇ ਵਿੱਚ ਉਹ ਕੋਈ ਚੰਗੀ ਰੈਂਕ ਦਾ ਆਫੀਸਰ ਆ ਜਿਹੜਾ ਇਹਨਾਂ ਦੇ ਨਾਲ ਜਾ ਕੇ ਗੱਲ ਕਰ ਰਿਹਾ ਆ ਜਦੋਂ ਚੱਲ ਉਹ ਕਹਿੰਦਾ ਵੀ ਚਲੋ 30 ਤਰੀਕ ਤੱਕ ਉਹਨਾਂ ਨੇ ਟਾਈਮ ਮੰਗਿਆ ਸਰਕਾਰ ਨੇ ਵੀ ਤੁਸੀਂ ਧਰਨਾ ਇੱਦਾਂ ਕਿਉਂ ਕਮਲ ਪਾ ਰੱਖਿਆ ਵੀ 30 ਤਰੀਕ ਤੱਕ ਦਾ ਵੇਟ ਕਰ ਲਓ ਤੁਸੀਂ ਆਪਾਂ ਸ਼ਾਂਤੀ ਨਾਲ ਗੱਲ ਕਰੀ ਜਾਂਦੇ ਹਾਂ ਇੱਦਾਂ ਤੇ ਉਹ ਜੀ ਅੱਗੋ ਚੜੀ ਜਾਣ ਸਾਰੇ ਬੰਦੇ ਇੱਦਾਂ ਉਹ ਬੰਦਾ ਇੱਕ ਨਾ ਵਿੱਚੋਂ ਇਹਨਾਂ ਤੋਂ ਉੱਠਿਆ ਕਹਿੰਦਾ ਜੀ ਦੇਖੋ ਸਾਡੇ ਮੰਨਿਆ ਵੀ ਬੱਚਿਆਂ ਨੇ ਗਲਤੀ ਕਰਤੀ ਤੇ ਤੁਸੀਂ ਉਹਨਾਂ ਨੇ ਬੁੱਤ ਭੰਨਤੇ ਆ ਤੁਸੀਂ ਉਹਨਾਂ ਨੂੰ ਪਿਆਰ ਨਾਲ ਸਮਝਾ ਸਕਦੇ ਸੀਗੇ ਅੱਛਾ ਵੀ ਉਹਨਾਂ ਨੂੰ ਪਿਆਰ ਨਾਲ ਤੁਸੀਂ ਉਹਨਾਂ ਦੇ ਪਰਚੇ ਕਿਉਂ ਦਰਜ ਕੀਤੇ ਤੁਸੀਂ ਉਹਨਾਂ ਨੂੰ ਥਾਣੇ ਤੇ ਰਿਮਾਂਡ ਤੇ ਕਿਉਂ ਗੱਲੇ ਫਿਰ ਮੈਂ ਉਹਦੇ ਸੋਚੀ ਜਾਵਾਂ ਮੈਂ ਕਿਹਾ ਯਾਰ ਆਹ ਬੰਦਾ ਪਿਛਲੇ 15-20 ਮਿੰਟਾਂ ਤੋਂ ਤੁਹਾਡੇ ਨਾਲ ਪਿਆਰ ਨਾਲ ਗੱਲ ਕਰ ਰਿਹਾ ਤੁਸੀਂ ਸਮਝ ਰਹੇ ਇਸ ਗੱਲ ਨੂੰ ਇਦਾਂ ਹੁਣ ਹੋ ਸਕਦਾ ਵੀ ਭਿੰਡਰਾਂ ਵਾਲੇ ਨਾਲ ਵੀ ਤੁਹਾਡੇ ਆ ਸਾਰੇ ਬੰਦਿਆਂ ਦੇ ਨਾਲ ਸਾਰਿਆਂ ਨੇ ਪ੍ਰੇਮ ਨਾਲ ਗੱਲਬਾਤ ਕੀਤੀ ਹੋਵੇ ਪਰ ਤੁਸੀਂ ਜਿਣਸਾਂ ਹੈ ਨਹੀਂ ਸਮਝਣ ਵਾਲੀਆਂ ਪਿਆਰ ਦੇ ਨਾਲ ਜਿੱਦਣ ਤੁਹਾਡੇ ਘੋਟਾ ਲੱਗਣਾ ਫਿਰ ਤੁਸੀਂ ਉਹੀ ਦੁਹਾਈ ਪਾਉਣੀ ਆ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰਦਾ ਜੀ ਧੱਕਾ ਕਰਦਾ ਜੀ ਧੱਕਾ ਕਰਦਾ ਆ ਅਜਨਾਲਾ ਦੱਸੇ ਜੋ ਧੱਕਾ ਕਰਦਾ ਹੁੰਦਾ ਬੰਦਰਾ ਤੂੰ ਤੁਰਿਆ ਕਿੱਦਾਂ ਫਿਰਦਾ
ਵੀ ਕਿਸੇ ਤਰੀਕੇ ਨਾਲ ਸਾਡੇ ਕੁੱਟ ਪੈ ਹੋਵੇ, ਕਿਸੇ ਤਰੀਕੇ ਨਾਲ ਇੱਦਾਂ ਬਖੇੜਾ ਘੜਾ ਕਰਕੇ ਇੱਦਾਂ ਵੀ ਜਿੰਨਾ ਕੁਛ ਤੁਸੀਂ ਅੱਜ ਤੱਕ ਪੰਜਾਬ ਦਾ ਨੁਕਸਾਨ ਕੀਤਾ ਹੈ, ਜੋ ਪੰਜਾਬ ਦਾ ਜੋ ਮਾਹੌਲ ਬਣਾ ਰੱਖਿਆ ਆ, ਅੱਜ ਕਿਉਂ ਮਜਬੂਰ ਹੋ ਰਹੇ ਮਾਪੇ ਇੱਦਾਂ ਬੱਚਿਆਂ ਨੂੰ ਬਾਹਰ ਭੇਜਣ ਤੇ, ਕਿਉਂ ਨੀ ਕੋਈ ਅਫਸਰ, ਕਿਉਂ ਨੀ ਇੱਦਾਂ ਦਾ ਕੋਈ ਬੰਦਾ ਉੱਥੇ ਪੜ੍ਹ ਲੈ ਕੇ ਕੋਈ ਚੰਗੀ ਥਾਂ ਤੇ ਜਾ ਰਿਹਾ? ਉਹ ਸਾਰਾ ਦਾ ਸਾਰਾ ਕੰਮ ਹੈ ਜਿਹੜਾ ਇਹਨਾਂ ਟਕਸਾਲੀਆਂ ਨੇ ਕੀਤਾ ਆ। ਜਿਹੜੇ ਕੋਈ ਕੰਮ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਭੰਗ ਘੋਟ ਕੇ ਇੱਦਾਂ ਨਸ਼ਿਆਂ ਦੇ ਉੱਤੇ ਲਾ ਲਿਆ, ਜਿਹੜੇ ਕੋਈ ਉੱਦਾਂ ਸੀ ਇਹਨਾਂ ਨੇ ਮਾਰਕ ਪਾ ਦਿੱਤੇ ਆ, ਇੱਦਾਂ ਰਿਹਾ ਇਹਨਾਂ ਦੀ ਉੱਦਾਂ ਹੀ ਭੁੱਦੀ ਭ੍ਰਸ਼ਟ ਕਰ ਦਿੱਤੀ। ਉਦੋਂ ਮੁੜ ਕੇ ਆ ਪੰਥਪ੍ਰੀਤ ਧੁੰਦੇ ਵਰਗਿਆਂ ਨੇ ਸਾਰਾ ਨਾਸ ਮਾਰਤਾ ਉਹਨਾਂ ਬੰਦਿਆਂ ਦਾ। ਅੱਜ ਇਹ ਕੁਛ ਨੌਜਵਾਨੀ ਮਾੜਾ ਮੋਟਾ ਸਮਝਣ ਲੱਗੀ ਆ, ਉਹਨੂੰ ਕੋਈ ਅਕਲ ਦੀ ਗੱਲ ਆਉਣ ਲੱਗੀ ਵੀ ਕਿਸੇ ਤਰੀਕੇ ਨਾਲ ਪੜ੍ਹ ਲੈ ਕੇ ਅੱਗੇ ਜਾ ਸਕਦੇ ਆ, ਤੁਹਾਡੇ ਤੋਂ ਉਹ ਵੀ ਨਿਰਾਸ਼ ਹੋ ਰਿਹਾ, ਤੁਹਾਡਾ ਧੱਕਾ ਚੱਲ ਗਿਆ ਬਹੁਤ ਟਾਈਮ ਇਹ ਬੰਦੇ ਕਹਿ ਰਹੇ ਵੀ ਫਲਾਨੇ ਪ੍ਰਚਾਰ ਅੱਜ ਤੱਕ ਇੰਨਾ ਪ੍ਰਚਾਰ ਇਕੱਲਾ ਢੰਡਰੀ ਵਾਲਾ ਹੀ, ਬਿਲਕੁਲ ਜੀ ਇਕੱਲਾ ਢੰਡਰੀ ਵਾਲਾ ਹੀ ਆਇਆ ਅੱਜ ਜਿਹੜਾ ਤੁਹਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਿਹਾ ਆ। ਨਹੀਂ ਤਾਂ ਜਿਹੜਾ ਕੋਈ ਤੁਹਾਡੀ ਮਨੋਂ ਉੱਤੇ ਬਕਵਾਸ ਕੋਈ ਵੀ ਇੱਦਾਂ ਗੱਲ ਕਰਦਾ ਸੀ, ਤੁਸੀਂ ਜਾ ਕੇ ਥੋੜ੍ਹਾ ਜਿਹਾ ਦੌਕਾ ਮਾਰਿਆ, ਧੁੰਦੇ ਵਰਗੇ ਸੋਟੀਆਂ ਮਾਰਦੇ ਮਾਰਦੇ ਹੋਏ ਜਾਬ ਤੇ ਦਸਾਂ ਸਾਲਾਂ ਬਾਅਦ ਜਾਬ ਬਣਨ ਬਹਿ ਗਏ, ਇੱਦਾਂ ਤੁਸੀਂ ਉਹ ਕਿਉਂ ਕਰਨਗੇ ਤੁਹਾਡੇ ਤੇ ਕਿੰਤੂ? ਇੱਦਾਂ ਗਟਸ ਹੁੰਦੇ ਉਹਨਾਂ ਦੇ ਵਿੱਚ ਤਾਂ ਆਹ ਹਾਲਤ ਅੱਜ ਤੱਕ ਨਹੀਂ ਬਣਨੇ ਸੀਗੇ। ਅਸੀਂ ਜਦੋਂ ਭਾਜੀ ਨਹੀਂ ਕਹਿੰਦੇ ਵੀ ਅੱਜ ਤੋਂ 25-30 ਸਾਲ ਪਹਿਲਾਂ ਜੇ ਇਹ ਗੱਲਾਂ ਸ਼ੁਰੂ ਹੁੰਦੀਆਂ ਤਾਂ ਸਾਡੀ ਡਿਸਕਸ਼ਨ ਕੁਛ ਹੋਰ ਹੋਣੀ ਸੀ। ਜੇ ਧੁੰਦੇ ਪੰਥਪ੍ਰੀਤ ਵਰਗਿਆਂ ਨੇ ਵੀ ਇਹਨਾਂ ਕਮੀਨੀਆਂ ਨੂੰ ਇਸ ਉਹ ਜਿੱਦਾਂ ਅੱਜ ਭਾਈ ਸਾਹਿਬ ਜਵਾਬ ਦੇ ਰਹੇ ਆ, ਇਹਨਾਂ ਦਾ ਨਾਮ ਲੈ ਕੇ ਜੇ ਇੱਦਾਂ ਹੀ ਜਵਾਬ ਦਿੱਤਾ ਹੁੰਦਾ ਤਾਂ ਅੱਜ ਗੱਲਾਂ ਕੁਛ ਹੋਰ ਹੋਣੀਆਂ ਸੀਗੀਆਂ। ਪਰ ਉਹਨਾਂ ਕਮੀਨੀਆਂ ਨੇ ਇਹਨਾਂ ਨੂੰ ਸ਼ਹਿ ਦਿੱਤੀ। ਹੁਣ ਬਲਰਾਜ ਵਰਗੇ ਕੁੱਤੇ ਇੱਦਾਂ ਭੌਂਕੀ ਜਾਂਦੇ ਨਾ, ਕਹੀ ਜਾਂਦੇ ਵੀ ਰਣਜੀਤ ਸਿੰਘ ਨੇ ਕੋਈ ਨਵੀਂ ਪਿਰਤ ਨਹੀਂ ਪਾ ਦਿੱਤੀ ਹੈ, ਫਲਾਨਾ ਨਹੀਂ ਕਰ ਦਿੱਤਾ, ਉਹ ਨਵੀਂ ਪਿਰਤਾ ਤੁਹਾਡੇ ਗੰਦ ਉਹਨੇ ਖੁੱਲੇ ਪਜਾਮੇ ਵਾਲੇ ਧੁੰਦੇ ਨੇ ਪਾਈ ਆ। ਕਹਿੰਦੇ ਨਾ ਪੀੜੀ ਪਜਾਮੀ ਨਾਲ ਅਕਲ ਨਹੀਂ ਆਉਂਦੀ, ਫਲਾਨੇ ਨਾਲ ਅਕਲ ਨਹੀਂ ਆਉਂਦੀ, ਖੁੱਲੇ ਪਜਾਮੇ ਨਾਲ ਆ ਗਈ ਤੈਨੂੰ ਇੱਦਾਂ ਵੀ ਤੂੰ 1999 'ਚ ਤੁਸੀਂ ਦਾਅਵਾ ਕਰਦੇ ਵੀ ਉਹ ਇੱਦਾਂ ਸੋਟੀਆਂ ਮਾਰਦਾ ਜਾਪ ਸਾਹਿਬ ਤੇ, ਦਸਮ ਗ੍ਰੰਥ ਨੂੰ ਰੱਦ ਕਰਤਾ 2014-15 ਦੇ ਵਿੱਚ, ਕਿਉਂ ਬਹਿ ਗਿਆ ਜਾਪ ਸਾਹਿਬ ਪੜ੍ਹਨ ਨੂੰ? 15 ਸਾਲਾਂ ਬਾਅਦ ਆਹ ਤਰੱਕੀ ਕੀਤੀ ਤੁਸੀਂ, ਆਹ ਨਵੀਂ ਬਿਰਤ ਪਾਈ ਤੁਸੀਂ ਵੀ ਪਹਿਲਾਂ ਕਿਸੇ ਮਨੋਤ ਨੂੰ ਤੁਸੀਂ ਰੱਦ ਕਰਨਾ ਆ, ਜਿੱਦਣ ਅੱਗ ਲਾ ਕੇ ਕੋਈ ਦਬਕਾ ਮਾਰੇ ਉਦਣ ਤੁਸੀਂ ਉਹ ਜਾਪ ਸਾਹਿਬ ਨੂੰ ਪੜ੍ਹਨ ਬਹਿ ਜਾਂਦਾ ਆ, ਇਹ ਨਵੀਂ ਬਿਰਤ ਸੀਗੀ ਜਾਂ ਨਵੀਂ ਬਿਰਤ? ਤੁਸੀਂ ਇਹ ਗੱਲ ਦੱਸੋ ਵੀ ਰਣਜੀਤ ਸਿੰਘ ਨੇ ਕਿਹੜੀ ਗੱਲ ਕਹੀ ਹੈ ਤੇ ਉਹਦੇ ਤੋਂ ਬਾਅਦ ਉਸ ਗੱਲ ਦੇ ਉੱਤੇ ਆਪਣਾ ਮਿਆਰ ਡੇਗ ਲਿਆ ਹੋਵੇ ਉਹਨਾਂ ਨੇ? ਕਹਿੰਦੇ ਦੀਵਾਨ ਲੱਗਣ ਨਾ ਲੱਗਣ, ਆ ਤਰ ਥੋੜ੍ਹੀ ਆ ਵੀ ਇਹ ਤੋੜ ਲੈਣੀ ਇਹਨਾਂ ਬੰਦਿਆਂ ਨੇ ਆਪਣੀ ਗੱਲ। ਅਜਨਾਲੇ ਨੂੰ ਇੱਦਾਂ ਲੱਗਾ ਵੀ ਅਜਨਾਲੇ ਨੂੰ ਇੱਦਾਂ ਹੋ ਗਿਆ ਹੋਵੇ ਵੀ ਕੋਈ ਜਿੱਦਾਂ ਪੰਥਪ੍ਰੀਤ ਦੇ ਗਮਲਾ ਵੱਜਿਆ ਸੀ ਉੱਥੇ ਜਰਮਨ ਦੇ ਵਿੱਚ ਜਾ ਕੇ, ਤੇ ਉਸ ਟੋਪਿਕ ਦੇ ਬਾਰੇ ਪੰਥਪ੍ਰੀਤ ਦੇ ਮੂੰਹੋਂ ਅੱਜ ਤੱਕ ਕੋਈ ਗੱਲ ਸੁਣਾਓ ਇੱਦਾਂ, ਤੁਸੀਂ ਲਿਆ ਕੇ ਦਿਖਾਓ ਵੀ ਪੰਥਪ੍ਰੀਤ ਨੇ ਉਸ ਇੰਸੀਡੈਂਟ ਦੇ ਉੱਤੇ 1% ਵੀ ਗੱਲ ਕੀਤੀ ਹੋਵੇ ਤਾਂ। ਪਰ ਰਣਜੀਤ ਸਿੰਘ ਨੇ ਸਟਾਰਟਿੰਗ ਜਦੋਂ ਨਾ ਧਾਰਨਾ ਲਾ ਕੇ ਫਿਨਿਸ਼ ਕੀਤੇ ਇੱਦਾਂ, ਸਟਾਰਟਿੰਗ ਦੇ ਵਿੱਚੋਂ ਹੀ ਉੱਥੋਂ ਗੱਲ ਸ਼ੁਰੂ ਕੀਤੀ ਇੱਦਾਂ, ਫਿਰ ਤੁਸੀਂ ਕਿੱਦਾਂ ਕੰਪੇਅਰ ਕਰ ਲਓਗੇ ਵੀ ਇਹ ਬੰਦਾ ਹੋਰ ਪਾਸੇ ਨੂੰ ਲਿਜਾ ਰਿਹਾ, ਫਲਾਨਾ ਲਿਜਾ ਰਿਹਾ, ਧਮਕਾਨਾ ਲਿਜਾ ਰਿਹਾ ਆ? ਕਹੋ ਧੁੰਦੇ ਵਰਗਿਆਂ ਨੂੰ ਵੀ ਇੱਦਾਂ ਦਾ ਕਰਕੇ ਜਵਾਬ ਦੇ ਕੇ ਦੇਖ ਲੈਣ ਇਹਨਾਂ ਬੰਦਿਆਂ ਨੂੰ, ਹੁਣ ਤਾਂ ਕਹਿਣ ਲੱਗ ਗਏ ਭਾਜੀ ਇੱਦਾਂ। ਇੱਕ ਨੀ ਉਹ ਮਸਤੂਆਂ ਨਾਲ ਤੁਰਿਆ ਜਾਂਦਾ, ਕਹਿੰਦਾ ਜਾਗਰੂਕ ਵੀ ਸਾਡੇ ਨਾਲ ਹੈਗੇ ਆ ਹੁਣ ਤਾਂ, ਬਿਲਕੁਲ ਹੁਣ ਤਾਂ ਜਾਗਰੂਕ ਵੀ ਸਾਡੇ ਨਾਲ ਆ। ਸ਼ਰਮ ਕਰੋ ਤੁਸੀਂ ਇਸ ਗੱਲ ਦੀ ਵੀ ਇੱਕ ਮਸਤੂਆਣੇ ਦੇ ਉਸ ਸਾਧ ਨੂੰ ਵੀ ਇੱਦਾਂ ਲੱਗਣ ਲੱਗ ਗਿਆ ਵੀ ਜਾਗਰੂਕ ਸਾਡੇ ਨਾਲ ਹੈਗੇ ਆ। ਇਹ ਦੱਸੋ ਵੀ ਤੁਸੀਂ ਵਧੀਆ ਕੰਮ ਕੀਤਾ ਕਿ ਉਹ ਮਤਲਬ ਜਿਹੜੇ ਡੇਰੇਦਾਰ ਮਸਤੂਆਂ ਨੇ ਰਲ ਕੇ ਸਾਧ ਆ ਉਹ ਤਰੱਕੀ ਕਰ ਗਏ ਆ ਵੀ ਉਹ ਤੁਹਾਡੇ ਲੈਵਲ ਦੇ ਬਰਾਬਰ ਪਹੁੰਚ ਗਿਆ ਇੱਦਾਂ ਕਿ ਆ ਜਿੰਦ ਬਣਾਲੀ ਵਰਗੇ ਸ਼ਰਮ ਸ਼ਰੇਆਮ ਕਹੀ ਜਾਂਦੇ ਭਾਵੇਂ ਕਹਿੰਦੇ ਜਿੱਦਾਂ ਦੀ ਮਰਜ਼ੀ ਆ ਅਸੀਂ, ਪਰ ਰਣਜੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਤਾਂ ਅਸੀਂ ਇਹਨਾਂ ਦੇ ਨਾਲ ਸਾਥ ਦੇਣਾ ਹੀ ਹੈ ਨਾ। ਪਰ ਉਹਨੂੰ ਪਤਾ ਆ ਵੀ ਇਹਨਾਂ ਬੰਦਿਆਂ ਨੇ ਜਦੋਂ ਵੀ ਕੋਈ ਗੱਲਬਾਤ ਕਰਨੀ ਆ, ਜਦੋਂ ਵੀ ਕੋਈ ਕੰਮ ਇੱਦਾਂ ਦਾ ਇਹਨਾਂ ਨੇ ਕਿਸੇ ਮਨੋਦ ਦੇ ਉੱਤੇ ਮਾਰਨਾ, ਦੌਕਾ ਮਾਰਨ ਨੇ ਭੱਜੇ ਜਾਣਾ ਇਹਨਾਂ ਨੇ ਤਾਂ। ਧੁੰਦੇ ਨੇ ਤਾਂ 2 ਦਿਨ ਨਹੀਂ ਲਾਏ ਸੀਗੇ ਅਕਾਲ ਤਖ਼ਤ ਤੇ ਪਹੁੰਚਣ ਲੱਗਣ ਦੀ, ਤੇ ਹੁਣ ਅਕਾਲ ਤਖ਼ਤ ਕਿੱਦਾਂ ਭਾਈ ਸਾਹਿਬ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ? ਇੱਕ ਚਿੱਠੀ ਹੋਰ ਕੱਢਤੀ ਨਾ ਉਹਨਾਂ ਨੇ, ਕਹਿੰਦੇ ਮਹੀਨੇ ਅੰਦਰ ਦੱਸੋ, ਉਹ ਪੁੱਛ ਰਹੇ ਤੁਸੀਂ ਦੱਸੋ ਜੀ ਕਦੋਂ ਆਈਏ ਅਸੀਂ, ਇੱਦਾਂ ਕਦੋਂ ਗੱਲਬਾਤ ਹੋ ਸਕਦੀ ਆ, ਕੀ ਸੀ ਤੁਹਾਡੇ ਧੁੰਦੇ ਦੇ ਵਿੱਚ ਇਹ ਅਕਾਤ ਇੱਦਾਂ ਦੀ ਗੱਲਬਾਤ ਕਰਨ ਦੀ? ਹੁਣ ਆਰ ਲੱਗਿਆ ਆਪਣੇ ਗੋਲਡੀ ਨੇ ਵੀ ਪੋਸਟ ਪਾਈ ਸੀ ਇੱਦਾਂ, ਕਹਿੰਦਾ ਵੀ ਕੀ ਨਾਲ ਇਹਦਾ ਵੀ ਸ਼ੁਕਰ ਆ ਵੀ ਇਹਨਾਂ ਨੇ ਦੀਵਾਨ ਰੱਦ ਨਹੀਂ ਕੀਤਾ ਵੀ ਨਵੀਂ ਪਿਰਤ ਨਹੀਂ ਪਾ ਦਿੱਤੀ ਇੱਦਾਂ, ਤੇ ਬਲਰਾਜ ਨੇ ਵੀ ਜਿਹੜੀ ਬਕਵਾਸ ਜਿੱਦਾਂ ਤੁਸੀਂ ਲਿਖਿਆ ਸੀ ਵੀ ਇਹਨਾਂ ਦੇ ਜਵਾਬ ਦੇਣ ਖਾਤਰ ਤਾਂ ਸਾਨੂੰ ਪਤਾ ਨਹੀਂ ਕਿੰਨਾ ਡਿੱਗਣਾ ਪੈਣਾ ਇੱਦਾਂ ਵੀ ਇਹਨਾਂ ਵਾਸਤੇ ਤਾਂ ਬਸ ਉਹ ਗੱਲ ਸਮਝ ਲਓ ਵੀ ਜਿਹੜੀ ਅਸੀਂ ਰੇਡੀਓ ਤੋਂ ਨਹੀਂ ਕਹਿ ਸਕਦੇ, ਬਸ ਉਹੀ ਜਵਾਬ ਇਹਨਾਂ ਬੰਦਿਆਂ ਖਾਤਰ ਤੇ ਟਕਸਾਲੀਆਂ ਖਾਤਰ ਉਹੀ ਆ ਵੀ ਇੱਕ ਨਾ ਜਦੋਂ ਅਜਨਾਲੀ ਦੀ ਉਹ ਇੰਟਰਵਿਊ ਚੱਲ ਰਹੀ ਸੀਗੀ, ਅਜਨਾਲਾ ਕਹਿੰਦਾ ਵੀ ਕੈਪਟਨ ਸਮਝ ਜਾਵੇ ਇਹ ਵੀ ਤੇਰੀ ਇੰਦਰਾ ਗਾਂਧੀ ਨਹੀਂ ਛੱਡੀ ਅਸੀਂ, ਤੇਰਾ ਫਲਾਨਾ ਨਹੀਂ ਛੱਡਿਆ ਅਸੀਂ, ਇਹ ਢੰਡਰ ਢੰਡਰੀਆਂ ਵਾਲਾ ਵੀ ਸਮਝ ਜਾਵੇ ਇਹਨੇ ਵੀ ਨਹੀਂ ਰਹਿਣਾ ਕਾਂਗਰਸ ਦਾ ਬਣ ਕੇ ਕਿੰਨਾ ਟਾਈਮ ਰਹਿ ਜਾਣਾ ਆ, ਇਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਅਗਲਿਆਂ ਦੀ। ਇੰਦਰਾ ਗਾਂਧੀ ਨੂੰ ਜੇਕਰ ਤੁਸੀਂ ਮਰਿਆ ਕਿੰਨਾ ਹੀ ਕੁਛ ਅਗਲਿਆਂ ਨੇ ਇੰਦਰਾ ਗਾਂਧੀ ਦੇ ਨਾਮ ਤੇ ਬਣਾ ਰਿਹਾ ਆ, ਜਿੱਥੋਂ ਤੁਸੀਂ ਚੜ੍ਹਦੇ ਆ ਜਿੱਥੇ ਜਾ ਕੇ ਤੁਸੀਂ ਉਤਰਦੇ ਹੋ ਉਹ ਅੱਡਾ ਉਹ ਹਵਾਈ ਅੱਡਾ ਵੀ ਇੰਦਰਾ ਗਾਂਧੀ ਦੇ ਨਾਂ ਤੇ ਬਣਿਆ ਹੋਇਆ ਆ, ਤੁਹਾਡੇ ਪੰਜਾਬ ਚੋਂ ਜਿਹੜੀ ਨਹਿਰ ਰਾਹੀਂ ਅਗਲੇ ਪਾਣੀ ਲੈ ਕੇ ਜਾਂਦੇ ਆ ਉਹਦਾ ਨਾਂ ਵੀ ਅਗਲਿਆਂ ਨੇ ਇੰਦਰਾ ਗਾਂਧੀ ਨਹਿਰ ਰੱਖਿਆ ਆ। ਕਿੰਨਾ ਹੀ ਕੁਛ ਹੋ ਰਿਹਾ ਜਿਹੜਾ ਇੰਦਰਾ
2 ਲੱਖ ਨੌਜਵਾਨ ਹੀ ਅਗਲਿਆਂ ਨੇ ਰੋਲ ਕੇ ਰੱਖਤਾ ਸਾਡਾ ਏਦਾਂ, ਅਗਲਾ ਉਹ ਕਵੀ ਉਹ ਕਿੱਥੇ ਗਿਆ? ਤੁਸੀਂ ਜੇ ਕਹਿੰਦੇ ਹੋ ਵੀ ਅਸੀਂ ਏਦਾਂ ਰੋਲ ਦਿੰਦੇ ਹਾਂ ਤੇ ਉਹਦਾ ਖਮਿਆਜ਼ਾ ਭੁਗਤ ਕੇ ਦੇਖ ਲਿਓ ਵੀ 25-30 ਸਾਲ ਲੱਗ ਗਏ ਪੰਜਾਬ ਨੂੰ ਮਾੜਾ ਮੋਟਾ ਮੁੜ ਕੇ ਖੜਾ ਹੋਣ ਦੇ ਉੱਤੇ, ਤੇ ਇਹਨਾਂ ਬਖਤ ਬਖਤੀਆਂ ਕਰਕੇ ਤੁਸੀਂ ਉਹਨਾਂ ਨੂੰ ਇਹ ਧਮਕੀਆਂ ਦੇਣ ਲੋਗੇ, ਮੁੜ ਕੇ ਕਿੰਨੇ ਸਾਲ ਲੱਗ ਜਾਣੇ ਆ ਇਸ ਗੱਲ ਨੂੰ? ਏਦਾਂ ਅਗਲਿਆਂ ਨੇ ਤੁਹਾਡੇ ਘਰ ਦੇ ਵਿੱਚ ਤੁਹਾਡਾ ਜਿੱਥੇ ਤੁਸੀਂ ਕਹਿੰਦੇ ਵੀ ਸਾਡਾ ਧੁਰਾ ਸੀਗਾ, ਸਾਡਾ ਇੱਥੇ ਰੱਬ ਵੱਸਦਾ ਅਮਰ ਸਰੋਵਰ ਵੱਸਦਾ, ਉਸ ਸਰੋਵਰ ਦੇ ਵਿੱਚ ਤੁਹਾਨੂੰ ਹੱਗਣ ਮੁੱਤਣ ਖਾਤਰ ਅਗਲਿਆਂ ਨੇ ਮਜਬੂਰ ਕਰਤਾ ਸੀ। ਬਲੈਕ ਥੰਡਰ ਵੇਲੇ ਤੁਸੀਂ ਉਹਨਾਂ ਦੇ ਵਿੱਚ ਆਪਣਾ ਸਾਰਾ ਕੁਛ ਕਰਦੇ ਰਹੇ, ਆਪਣੀ ਜਿਹੜੀਆਂ ਕਿਰਿਆਵਾਂ ਹੁੰਦੀਆਂ ਆ, ਤੇ ਤੁਸੀਂ ਅਗਲਿਆਂ ਨੂੰ ਧਮਕੀਆਂ ਦੇਣ ਲੱਗਿਆਂ ਵੀ ਅਸੀਂ ਏਦਾਂ ਰੋਲ ਖੋਲ ਦੇਈਦਾ ਆ, ਅਸੀਂ ਫਲਾਨਾ ਕਰ ਦੇਈਦਾ ਆ, ਆਪਣੇ ਬਾਰੇ ਸੋਚੋ ਵੀ ਤੁਹਾਡੇ ਤਾਂ ਸਾਰਾ ਬ੍ਰਹਮ ਗਿਆਨ ਰੁਲਾ ਫਿਰਦਾ ਏਦਾਂ ਤੁਸੀਂ ਏਦਾਂ ਏਦਾਂ ਜਿੰਨੇ ਤੁਹਾਡੇ ਤੇ ਸਵਾਲ ਕੀਤੇ ਆ। ਅੱਜ ਹੀ ਕਿਸੇ ਦੇ ਵਿੱਚ ਇਹ ਗੱਲ ਵੀ ਕੋਈ ਗੁਰਬਚਨ ਸਿੰਘ ਭਿੰਡਰਾਂਵਾਲੇ ਬਾਰੇ, ਕੋਈ ਕਰਤਾਰ ਸਿੰਘ ਬਾਰੇ, ਇਹਨਾਂ ਬਾਰੇ ਇੱਕ ਲਫ਼ਜ਼ ਵੀ ਬੋਲ ਜਾਂਦਾ, ਅਗਲਾ ਅੱਜ ਨਾਲ ਕਿਤਾਬ ਕੱਢ ਕੇ ਖੜਾ ਹੋ ਜਾਂਦਾ ਵੀ ਆਹ ਗੁਰਬਾਣੀ ਪਾਠ ਦਰਪਣ ਦੇ ਵਿੱਚ ਆਹ ਲਿਖਿਆ ਜੀ, ਦਿਓ ਜਵਾਬ ਇਹਨਾਂ ਗੱਲਾਂ ਦਾ ਕਿ ਗੁਰਬਚਨ ਸਿੰਘ ਸਿਆਣਾ ਸੀਗਾ। ਜਿੰਨਾ ਟਾਈਮ ਕੁਲਬੀਰ ਵਰਗੇ ਨੂੰ ਤੇ ਜਿੰਦ ਵਡਾਲੇ ਵਰਗੇ ਨੂੰ ਨਹੀਂ ਪਤਾ ਸੀ ਨਾ ਵੀ ਕੇਸਾਂ ਤੋਂ ਫੜਕੇ ਵਾਲੀ ਗੱਲ ਕਿਹਨੇ ਲਿਖੀ ਆ, ਕਹਿੰਦੇ ਕਿ ਇਹ ਤਾਂ ਕਿਸੇ ਨੇ ਲਿਖੀ ਨਹੀਂ ਹੈਗੀ, ਇਹ ਤਾਂ ਬਕਵਾਸ ਹੋ ਸਕਦੀ ਹੈ ਵੀ ਜਿੱਦਣ ਦਿਖਾਇਆ ਵੀ ਆ ਤਾਂ ਗੁਰਬਚਨ ਸਿੰਘ ਕਹਿ ਕੇ ਗਿਆ ਆ, ਮੁੜ ਕੇ ਸਫਾਈਆਂ ਦੇਣ ਤੇ ਉਤਰਿਆ ਇਹਦਾ ਹਾਲ ਇਹੀ ਹੋਣਾ ਆ। ਅਸੀਂ ਪਹਿਲਾਂ ਵੀ ਕਿਹਾ ਸੀ ਆਉਣ ਵਾਲੇ 3-4 ਸਾਲਾਂ ਦੇ ਵਿੱਚ ਤੁਸੀਂ ਮਜਬੂਰ ਹੋ ਜਾਣਾ ਇਹ ਗੱਲ ਕਹਿਣ ਤੇ ਵੀ ਗੁਰਬਾਣੀ ਪਾਠ ਦਰਪਣ ਦੇ ਵਿੱਚ ਰਲਾ ਪਿਆ ਹੋਇਆ ਆ, ਜਿਹੜੀਆਂ ਭਾਈ ਅੱਜ ਭਿੰਡਰਾਂਵਾਲੇ ਦੀਆਂ ਸਪੀਚਾਂ ਬਾਹਰ ਆ ਰਹੀਆਂ ਨੇ, ਭਿੰਡਰਾਂਵਾਲੇ ਦੀ ਆਵਾਜ਼ ਦੇ ਵਿੱਚ ਕਿਸੇ ਨੇ ਹੋਰ ਨੇ ਕੱਢੀਆਂ, ਮਜਬੂਰ ਹੋਣਾ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਆ। ਉਹ CEO ਧੱਕੇਸ਼ਾਹੀ ਉਹ ਕੋਈ CEO ਟਾਈਮ ਜਦੋਂ ਤੁਹਾਡਾ ਇਹ ਸਿੱਕਾ ਚੱਲ ਗਿਆ ਆ, ਚੱਲਿਆ ਤਾਂ ਉਦੋਂ ਵੀ ਨਹੀਂ, ਇਹ ਵੀ ਇਹਨਾਂ ਨੂੰ ਕਹਿ ਦੇਈਦਾ ਯਾਰ ਵੀ ਉਦੋਂ ਚੱਲ ਗਿਆ, ਇਹ ਚੱਲਿਆ ਹੁੰਦਾ ਤੇ ਆਹ ਹਾਲ ਹੋ ਜਾਂਦਾ, ਉਹ ਵੀ ਨੁਕਸਾਨ ਹੋਇਆ ਆ। ਅਗਲਿਆਂ ਨੇ ਘਰ ਦੇ ਵਿੱਚ ਰਗੜ ਕੇ ਸੁੱਟਿਆ ਸਾਨੂੰ ਏਦਾਂ ਘਰ ਦੇ ਵਿੱਚ ਆ ਕੇ, ਉਦੋਂ ਵੀ ਕੋਈ ਚੱਲਿਆ ਨਹੀਂ ਹੈਗਾ, ਉਹ ਤਾਂ ਇੱਕ ਮੱਲਮ ਲਾਉਣ ਖਾਤਰ ਤੁਹਾਨੂੰ ਥੋੜੀ ਜਿਹਾ ਧੁੰਮੇ ਅਰਗੇ ਨੂੰ ਬਿਠਾ ਕੇ ਤਾਂ ਹੱਲਾ ਸ਼ੇਰੀ ਤੇ ਵੀ ਕੁਛ ਟਾਈਮ ਚੱਲ ਜਾਵੇ ਇਹ ਗੱਲ, ਪਰ ਜਿੱਦਣ ਅਗਲਿਆਂ ਦਾ ਜੀ ਆਇਆ ਅਗਲਿਆਂ ਨੇ ਐਨ ਜਿਵੇਂ ਮਸਲ ਕੇ ਰੱਖ ਦਿੱਤਾ, ਮੁੜ ਕੇ ਉੱਠਣ ਨਹੀਂ ਦਿੱਤਾ 25-30 ਸਾਲ ਉਹਨਾਂ ਨੇ ਖੁਦ ਮੁਹਲਤ ਦਿੱਤੀ ਹੈ ਨਾ, ਵੇ ਪਾ ਲਓ ਜਿਹੜਾ ਗੰਦ ਪਾਉਣਾ, ਜਿੱਦਣ ਸਫਾਈ ਕਰਨ ਤੇ ਆਏ ਉਦਣ ਤਾਂ ਉਹਨਾਂ ਨੇ ਦਿਨਾਂ 'ਚ ਕਰ ਦਿੱਤੀ ਸਫਾਈ। ਸਾਡੇ ਨਾਲ ਦੋਨਾਂ ਲਾਈਨਾਂ ਤੇ ਸਰੋਤੇ, ਆਪਾਂ ਸੁਣ ਲਈਏ ਵਾਰੀ ਵਾਰੀ ਗੱਲ। ਹਾਂਜੀ 07 ਤੇ ਸਵਾਗਤ ਹੈ ਜੀ ਤੁਹਾਡਾ। ਹਾਂਜੀ ਵੀਰੇ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਵੀਰੇ, ਟੋਕਣ ਨੂੰ ਜੀਤ ਨੀ ਕਰਦਾ ਪਰ ਹੁਣ ਕਰੀਏ ਕਿ ਮਜਬੂਰੀ ਆ, ਕਿਤੇ ਕਿਤੇ ਬੋਲਣਾ ਪੈਂਦਾ ਮਾੜਾ ਮੋਟਾ। ਹਾਂਜੀ ਇਹਨਾਂ ਨੂੰ ਇਹਨੂੰ ਸ਼ਰਮ ਆਉਣੀ ਚਾਹੀਦੀ, ਨੱਕ ਡੋਬ ਕੇ ਮਰ ਜਾਣਾ ਚਾਹੀਦਾ ਵੀ ਪੂਰੇ ਪੰਜਾਬ ਚੋਂ ਇਹ 100-150 ਬੰਦਾ ਗਿਆ। ਉੱਥੇ ਇੱਕ ਉੱਥੇ ਇਲਾਕੇ ਦੇ ਵਿੱਚ, ਉੱਥੇ ਇਲਾਕੇ ਚ ਕਿੰਨੇ ਲੋਕ ਆ ਵੀ ਜਿਹੜੇ ਭਾਈ ਸਾਹਿਬ ਨੂੰ ਸੁਣਨਾ ਚਾਹੁੰਦੇ ਆ ਵੀ ਸੱਚ ਕੋਈ ਦੱਸਣ ਲੱਗਾ ਬੰਦਾ ਪੂਰੇ ਪੰਜਾਬ ਚ ਉੱਠ ਕੇ ਵੀ ਸੱਚ ਦੱਸਣ ਲੱਗਾ, ਤੇ ਸੱਚ ਸੁਣਨ ਲਈ ਲੋਕ ਵੇਖੋ ਕਿੰਨੇ ਉਤਾਵਲੇ ਆ, ਤੇ ਉਹ ਕਹਿੰਦੇ ਵੀ ਦੀਵਾਨ ਚ ਨਾਰੇ ਜਿਜਕਾਰੇ ਬੁਲਾਏ ਉਹਨਾਂ ਨੇ ਵੀ ਭਾਈ ਸਾਹਿਬ ਨਹੀਂ ਲਾਉਣਾ ਦੀਵਾਨ ਆ ਜੋ ਮਰਜ਼ੀ ਹੋਵੇ। ਇਹਨਾਂ ਦੇ ਭਾਈ ਭਾਜੀ ਪਤਾ ਨੀ ਕਿੱਦਾਂ ਵਾ, ਪ੍ਰਸ਼ਾਸਨ ਕਿੱਦਾਂ ਇਹਨਾਂ ਨੂੰ ਢਿੱਲ ਦੇ ਰਿਹਾ ਵਾ ਜਾਂ ਕੀ ਮਜਬੂਰੀ ਆ ਪ੍ਰਸ਼ਾਸਨ ਦੀ, ਇਹਨਾਂ ਦੇ ਅੰਦਰ ਵਾੜ ਵਾੜ ਕੇ ਸ਼ਤਰੌਤ ਕਰਨੀ ਚਾਹੀਦੀ। ਤੈਨੂੰ ਸੱਚੀ ਗੱਲ ਦੱਸਾਂ ਕਿ ਬੰਦਾ ਜੇ ਵੀ ਬੰਦਾ ਕੋਈ ਚੰਗੇ ਕੰਮ ਕਰਨ ਡਿਆ ਉਹਨੂੰ ਕਰਨ ਦੋ। ਇਹ ਕਿਤੇ ਵਿਚਾਰ ਸਨ ਜੀ, ਉਹ ਮੁੰਡਾ ਵੇਖੋ ਜਿਹੜਾ ਪਹਿਲਾਂ ਮੂਹਰੇ ਬੋਲਣ ਡਿਆ, ਵੇਖੋ ਕਮਾ ਤੀਰ ਕਮਾਨ ਨੇਜਾ ਹੱਥ ਚ, ਉੱਥੇ ਤੇ ਪਰਚਾ ਚੰਗਾ ਮੋਟਾ ਕਰਕੇ ਉਹਨੂੰ ਪਾਉਣਾ ਚਾਹੀਦਾ ਵੀ ਤੂੰ ਮਾਮਾ ਕਿਹੜੀ ਜੰਗ ਚੱਲਿਆ ਵੀ। ਆਹੋ ਜਿਹੜਾ ਜਾਲੀ ਜੇ ਪਾਈ ਫਿਰ ਬਚਿੱਤਰ ਸੋਂ ਬਣਿਆ ਸੀ ਜਿਹੜਾ ਆਪਣੇ ਚਿੱਤੋਂ, ਹਾਂ ਉਹ ਵੇਖੋ ਤੀਰ ਕਮਾਨ ਹੱਥ ਚ ਨੇਜਾ ਹੱਥ ਚ ਫੜਿਆ ਵੀ ਇੰਨਾ ਮੈਂ ਵੀ ਇਹਨੂੰ ਭੀੜ ਜਿਵੇਂ ਆਲੇ ਦੁਆਲੇ ਉਦਾਂ ਦੇ ਬੰਦੇ ਕਮਲੇ ਆ ਉਹਦੇ ਵਿੱਚ ਉਹ ਜਾਲੀ ਜੇ ਬੰਨੀ ਫਿਰਦਾ ਸਿਰ ਦੇ ਉੱਤੇ। ਨਹੀਂ ਪਰ ਭਾਜੀ ਇੱਕ ਚੀਜ਼ ਵੇਖੀ ਤੁਸੀਂ, ਜਦੋਂ ਪ੍ਰਸ਼ਾਸਨ ਆਇਆ ਪੂਰੇ ਜੋਸ਼ ਚ ਆਣ ਕੇ ਇਹ ਪੂਰਾ ਇਹਨਾਂ ਦਾ ਖਪਾਇਆ ਹੋਇਆ ਬੋਦਾ ਬੋਲਦਾ ਤੇ ਤੁਸੀਂ ਕਰਨ ਕੀ ਡਏ ਆ, ਅੱਗੇ ਹੋਣ ਕੀ ਡਿਆ ਵਾ, ਤੁਹਾਨੂੰ ਤੇ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਕਰਨ ਕੀ ਡਏ ਆ। ਤੁਹਾਨੂੰ ਕਮ ਸੇ ਕਮ ਵੇਖੋ ਸੀ ਵੀ ਆਲਾ ਦੁਆਲਾ ਘੱਟ ਤੋਂ ਘੱਟ ਜਿਹੜੇ ਪਿੰਡ ਚੱਲੇ ਆ ਤੁਸੀਂ ਵੇਖ ਲਓ, ਇਹਨਾਂ ਨੇ ਜਿਹੜੇ ਗੁਰਦੁਆਰੇ ਬੰਦ ਕੀਤਾ ਨਾ ਉੱਥੇ ਪਰੇਡ ਕਰਕੇ ਕੱਢਣੇ ਚਾਹੀਦੇ ਵਾਰੀ ਵਾਰੀ ਕੱਲਾ ਕੱਲਾ ਆ ਜਾਣਾ, ਉਹ ਟਾਈਮ ਵੀ ਆ ਜਾਣਾ ਵੀਰੇ ਨੇ ਆ ਤੇ ਜਾਣਾ ਭਾਜੀ ਆਉਣਾ ਵਾ ਆ ਗਿਆ ਭਾਈ ਸਾਹਿਬ ਕਹਿੰਦੇ ਨਾ ਇਹ ਆਉਣਾ ਨੀ ਇਹ ਆ ਗਿਆ ਵਾ, ਇਹ ਪਤਾ ਕੀ ਆ
ਇੰਨੀ ਗੁੰਡਾਗਰਦੀ, ਇੰਨੀ ਗੁੰਡਾਗਰਦੀ, ਠੀਕ ਆ ਹੁਣ ਤੁਸੀਂ ਵਿਚਾਰ ਸਾਂਝੇ ਕਰਨੇ, ਵਿਚਾਰ ਕਿੱਥੇ ਤੁਸੀਂ ਪੈਰਾਂ ਚ ਬਿਠਾਏ ਕਰਾਉਣੇ, ਬੰਦਾ ਪੁੱਛੇ ਉਹ ਆਪਣੀਆਂ ਸਟੇਟਮੈਂਟਾਂ ਦੇਣ ਦੇ, ਤੁਸੀਂ ਆਪਣੀ ਦੇ ਦੋ ਕਿਹੜੇ ਵਿਚਾਰ ਹੁੰਦੇ ਆ, ਹੁਣ ਤੁਸੀਂ ਇੱਥੋਂ ਵਿਚਾਰ ਤੁਸੀਂ ਦੇ ਰਹੇ ਆ, ਹੁਣ ਕੀ ਜ਼ਰੂਰੀ ਆ ਵੀ ਸਾਹਮਣੇ ਬਹਿ ਕੇ ਦੇਣਾ ਜੋ ਦੇਣਾ ਵਾ, ਮੈਨੂੰ ਇਹ ਨੀ ਸਮਝ ਲੱਗੀ ਤੁਸੀਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਆ ਵੀ ਆ ਏਦਾਂ ਵਾ ਆ ਏਦਾਂ ਵਾ, ਸਵਾਲ ਦਾ ਜਵਾਬ ਨਾ ਆਵੇ, ਕਥਾ ਜੀ ਕਰਨ ਲੱਗ ਜਾਂਦੇ ਅਗਲਾ ਕਵੀ ਅਗਲਾ ਅੱਕ ਜਾਂਦਾ ਵੀ ਯਾਰ ਵੀ ਆ ਹੁਣ ਅਜਨਾਲੇ ਨੂੰ ਉਹਨੇ ਪੁੱਛਿਆ ਦੋ ਤਿੰਨ ਵਾਰੀ ਵੀ ਤੂੰ ਪਿੰਡਰਾਲੇ ਨੂੰ ਸ਼ਹੀਦ ਮੰਨਦਾ ਕਿ ਨਹੀਂ ਮੰਨਦਾ, ਦੱਸ ਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਸਵਾਲ ਨਾ ਹੁਣ ਸ਼ਹੀਦ ਨੀ ਪੁੱਛਣਾ ਚਾਹੀਦਾ, ਸਾਨੂੰ ਇਹ ਪੁੱਛਣਾ ਚਾਹੀਦਾ ਪਿੰਡਰਾਲਾ ਮਰ ਗਿਆ ਕਿ ਡਰ ਗਿਆ, ਇਹ ਗੱਲ ਦਾ ਜਵਾਬ ਦਿਓ ਸਾਨੂੰ ਏਦਾਂ, ਜਾਂ ਤਾਂ ਦੱਸਦੇ ਵੀ ਮਰ ਗਿਆ ਉਹ, ਜਾਂ ਦੱਸਦੇ ਵੀ ਏਦਾਂ ਕਰਕੇ ਕਿੱਥੇ ਲੁੱਕ ਕੇ ਬੈਠਾ ਅੱਜ ਦੇ ਟਾਈਮ ਚ ਉਹ। ਵੇਖੋ ਹੁਣ ਵੇਖੋ ਇਹ ਇਹਨਾਂ ਦਾ ਆਪਣਾ ਗਰੁੱਪ ਹੀ ਨੀ ਇਕੱਠਾ ਹੈਗਾ, ਵੇਖੋ ਦਾਦੂ ਵਾਲਾ ਕਿੱਧਰਾ, ਮੰਡ ਕਿੱਧਰਾ, ਇਹਨਾਂ ਦਾ ਇਕੱਲਾ ਚਲ ਗਿਆ, ਬੰਦਾ ਪੁੱਛੇ ਇੱਥੇ ਤੇ ਵੈਸੇ ਪਰਚੇ ਹੋਣੇ ਚਾਹੀਦੇ ਵੀ ਤੂੰ ਮਾਮਾ ਐਡੀ ਇਹਨਾਂ ਕੰਟਰੀਆਂ ਚ, ਵੇਖੋ ਤੁਹਾਨੂੰ ਪਤਾ ਵਾ ਵੀ ਜਿਹੜਾ ਬੰਦਾ ਇੱਥੋਂ ਦੂਜੇ ਪਾਸੇ ਲੜਨ ਜਾਂਦਾ ਵਾ ਉੱਥੇ ਪਰਚਾ ਵੱਡਾ ਹੁੰਦਾ ਵਾ, ਦੂਜੇ ਨੂੰ ਮਾਫ਼ ਕਰ ਦਿੰਦੇ ਆ ਵੀ ਚੱਲ ਕੋਈ ਗੱਲ ਨੀ, ਕਿਉਂਕਿ ਇਹ ਮਾਮਾ ਚੱਲ ਕੇ ਗਿਆ ਉੱਧਰ, ਵੇਖੋ ਕਿੱਧਰੋਂ ਚੱਲ ਕੇ ਕਿੱਧਰ ਗਿਆ, ਪੈਸਿਆਂ ਦੀ ਲੜਾਈ ਆ ਜਿਹੜੀ ਇੱਧਰੋਂ ਚੱਲ ਕੇ। ਹਾਂਜੀ ਨਹੀਂ ਨਹੀਂ ਪੈਸਿਆਂ ਦੀ ਲੜਾਈ ਜਿਹੜੀ ਤੁਸੀਂ ਮੰਡ ਹੋਣਾ ਦੀ ਗੱਲ ਕਰਦੇ ਆ ਨਾ, ਦੂਆਂ ਦਾਦੂਵਾਲ ਹੋਣਾ ਦੀ, ਹੈਗੇ ਤਾਂ ਸਾਰੇ ਭਾਟੜੇ ਜਾਂ ਇੱਕੋ ਜਿਹੇ ਆ, ਜਿੱਥੇ ਜਿਹੜਾ ਸੂਤ ਆਉਂਦਾ ਉੱਥੇ ਚਲੇ ਜਾਂਦਾ ਬਸ, ਜਿੱਦਾਂ ਹੁਣ ਕਿਤੇ ਬੇਅਦਬੀ ਹੋ ਗਈ ਕਈ ਥਾਈਂ ਦਾਦੂਵਾਲ ਮੂਹਰੇ ਪਹੁੰਚ ਜਾਂਦਾ, ਕਿਤੇ ਮੰਡ ਹੋਣੀ ਜਿੱਦਾਂ ਬਰਗਾੜੀ ਚਲੇ ਗਏ ਸੀ ਉਹ ਦਾਲ ਆ ਗਏ ਆਪਣਾ, ਇਹ ਦਾਲ ਆਉਣ ਵਾਲੇ ਆ, ਇੱਕੋ ਖੰਨੇ ਦੇ ਲਾਗੇ ਵਾਲਾ ਪਰਵਾਨਾ ਆ ਉਹ ਮੂੰਹ ਚੱਕ ਕੇ ਤੁਰਿਆ ਹੁੰਦਾ ਗੱਡੀ ਲੈ ਕੇ, ਸਾਰੀਆਂ ਮੰਗ ਖਾਣੀਆਂ ਜਾਤਾਂ ਇਹ ਜਿੱਥੇ 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 ਸੂਤ ਆਉਂਦਾ ਚਲੇ ਜਾਂਦੇ ਆ। ਤੁਸੀਂ ਨਾ ਜੋ ਦਿੰਦੇ ਨਾ ਵੀਰੇ, ਤੁਸੀਂ ਸੱਚੀ ਗੱਲ, ਤੁਸੀਂ ਬਹੁਤ ਹੀ ਪਰਫੈਕਟਲੀ ਨਾਂ ਲਏ, ਤੁਹਾਡੇ ਕੋਲ ਲੈਫਟ ਆ ਜਿਹੜੇ ਨਾ, ਤੁਸੀਂ ਰੇਡੀਓ ਤੇ ਬੋਲ ਨੀ ਸਕਦੇ, ਤੁਸੀਂ ਉਹ ਸਾਰੇ ਨਾਂ ਇਹਨਾਂ ਨੂੰ ਜਾਂਦੇ ਆ, ਢੁੱਕਦੇ ਆ, ਇਹ ਬਾਕੀ ਸਹੀ ਗੱਲ ਹੈ। ਇਹ ਆਪੋ ਆਪਣੀ ਡਗੋਰੀ ਨਾ, ਜਿਹਦਾ ਦਾਲ ਆ ਤਾਂ ਪਹਿਲਾਂ ਡਗੋਰੀ ਆਪਣੀ ਚੁੱਕ ਕੇ ਭੱਜ ਜਾਂਦਾ, ਹੁਣ ਅਜਨਾਲੇ ਨੂੰ ਪਤਾ ਲੱਗਾ ਅਜਨਾਲਾ ਭੱਜ ਗਿਆ, ਪਹਿਲਾਂ ਫੁਰਤੀ ਮਾਰ ਕੇ ਵੀ ਮੰਡ ਨਾ ਚੱਲ ਜੇ, ਕਿਤੇ ਦਾਦੂ ਵਾਲ ਨਾ ਚੱਲ ਜੇ ਵੀ ਮੈਂ ਮੂਰਲੀਆਂ ਚੋਂ ਜਾ। ਬਿਲਕੁਲ ਬਿਲਕੁਲ, ਪਰ ਜਿਹੜੇ ਮੁੰਡੇ ਆ ਮੈਨੂੰ ਉਹਨਾਂ ਤੇ ਤਰਸ ਆਉਂਦਾ ਵੀ ਭਾਈ ਤੁਸੀਂ ਆਪਣੀ ਕਮਾਈ ਕਰੋ, ਚੰਗੇ ਦਾਨ ਉਹਨਾਂ ਦੀ ਕਮਾਈ ਕਰੋ, ਆਪਣੀ ਰੋਟੀ ਖਾਓ, ਪਰਿਵਾਰ ਨੂੰ ਖਾਓ, ਤੁਸੀਂ ਕਿਹੜੇ ਕੰਮਾਂ ਚ ਪਏ ਆ। ਜੇ ਬੰਦਾ ਸੱਚ ਬੋਲਣ ਡਿਆ, ਸਟੇਟਮੈਂਟਾਂ ਦੇਣ ਡਿਆ, ਆਉਣ ਦਾ ਰਿਕਾਰਡ ਆ, ਤੁਸੀਂ ਉਹਦੇ ਜਵਾਬ ਦੇ ਦੋ ਭਾਈ, ਜਿੱਦਾਂ ਉਹ ਦੇ ਦੇ ਉਹ ਤਾਂ ਤੂੰ ਦੇ ਦੇ, ਜਾਂ ਕੋਈ ਦੁਕਾਨ ਵੇਖੋ ਉਹਨਾਂ ਨੂੰ ਅੱਗੇ ਕਹਿ ਰਿਹਾ ਵੀ ਤੁਹਾਡੇ ਦੁਕਾਨ ਵਾਂਗ, ਮਾਮਾ ਤੂੰ ਕੌਣ ਉਹਨਾਂ ਦੁਕਾਨ ਨੂੰ ਲਜੋਗਾ, ਤੂੰ ਕਿ ਆਪਣੀ ਰੋਟੀ ਦੇ ਤੈਨੂੰ, ਉਸ ਮਾਹੌਲ ਦੀ ਪੈਦਾਵਾਰ ਆ ਵੀਰੇ, ਹੌਲੀ ਹੌਲੀ ਹੋ ਜਾਣਾ ਸੂਤ, ਇੱਦਾਂ ਨੀ ਹੈਗਾ ਇੱਕਦਮ ਹੋਣ ਵਾਲੀਆਂ ਗੱਲਾਂ ਨੀ ਹੈਗੀਆਂ ਇਹ, ਇੱਦਾਂ ਜੇ ਧਰਮ ਦਾ ਛੋੜਾ ਇੱਦਾਂ ਦਿਮਾਗ ਚੋਂ ਲਹਿੰਦਾ ਹੋਵੇ ਫਿਰ ਤਾਂ ਬਾਬੇ ਨਾਨਕ ਨੇ ਲਾ ਦੇਣਾ ਸੀ, ਫਿਰ ਇੱਥੇ ਤੱਕ ਗੱਲਾਂ ਕਿਉਂ ਆਉਣੀਆਂ ਸੀਗੀਆਂ। ਚਲੋ ਠੀਕ ਹੈ ਵੀਰੇ, ਇੱਕ ਤੁਹਾਡਾ ਨਾ ਤੁਹਾਡਾ ਪ੍ਰੋਗਰਾਮ ਨੀ ਯੂਟਿਊਬ ਤੇ ਪੈਂਦਾ ਨਾ ਫੇਸਬੁੱਕ ਤੇ ਪੈ ਰਿਹਾ ਵਾ, ਮੈਂ ਲੱਭਣ ਡਿਆ ਸੀ ਕੋਈ ਲੱਭੇ ਨੀ, ਲਾਈਵ ਵੀ ਚੱਲ ਰਿਹਾ ਹੁੰਦਾ ਵੀ ਸਾਡਾ ਤਾਂ ਨਾਲ ਦੀ ਨਾਲ ਹੀ ਪੈ ਜਾਂਦਾ, ਹੁਣ ਤਾਂ ਫੇਸਬੁੱਕ ਤੇ ਤਾਂ ਇਸ ਵੇਲੇ ਲਾਈਵ ਚੱਲ ਰਿਹਾ ਤੁਸੀਂ ਦੇਖ ਰਹੇ ਆ, ਤੇ ਯੂਟਿਊਬ ਤੇ ਵੀ ਲਾਈਵ ਦੇਖ ਸਕਦੇ ਆ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ, ਧੰਨਵਾਦ, ਕੈਰੀ ਔਨ, ਥੈਂਕ ਯੂ ਜੀ। ਹਾਂਜੀ 108 ਤੇ ਸਵਾਗਤ, ਚਲੇ ਗਏ। ਜਿਹੜੀ ਉਹ ਤੁਸੀਂ ਪ੍ਰੋਗਰਾਮ ਦੀ ਗੱਲ ਕਰਦੇ ਸੀ ਨਾ, ਉਹ ਤਾਂ ਬਾਹਲਾ ਹੀ ਮਤਲਬ ਮੈਨੂੰ ਲੱਗਦਾ ਭਾਜੀ ਹੁਣੀ ਸ਼ਾਇਦ ਆਪਣੇ ਪ੍ਰੋਗਰਾਮ ਦੇ ਵਿੱਚ ਉਹਨੂੰ ਡਿਸਕਸ ਕਰ ਵੀ ਲਊਗੇ ਆਪਣੇ, ਉਹਦੇ ਵਿੱਚ ਢਿੱਲੋਂ ਆ ਇੱਕ ਹੋਰ ਲਿਆ ਕੇ ਨਮੂਨਾ ਜਿਹਾ ਲਿਆਂਦਾ ਜਗਿਆਸੂ, ਕੀ ਨਾਂ ਉਹਦਾ, ਗੁਰਫਤਿਹ ਸਿੰਘ, ਨਹੀਂ ਨਹੀਂ ਉਹਦਾ ਹਰਮੀਤ, ਪਤਾ ਨੀ ਹਰਮੀਤ ਇੱਦਾਂ ਦੇ ਕਰਕੇ, ਹਰਮੀਤ ਹੀ ਹੈ ਸ਼ਾਇਦ ਉਹਦਾ ਨਾਮ ਇੱਦਾਂ। ਅੱਛਾ, ਜਿਹੜਾ ਕਹਿੰਦਾ ਸੀ ਵੀ ਮੈਂ ਜਗਿਆਸੂ ਆ, ਠੀਕ ਆ ਠੀਕ ਆ, ਉਹਦਾ ਮੈਨੂੰ ਇੱਦਾਂ ਲੱਗਾ ਜਿੱਦਾਂ ਕਿਸੇ ਨੇ ਇੱਦਾਂ ਨਾਂ ਉਹਦਾ ਲਿਆ ਹੁੰਦਾ, ਸ਼ਾਇਦ ਉਹਦਾ ਪੂਰਾ ਨਾਂ ਇੱਦਾਂ ਦਾ ਹੋਵੇ। ਚਲੋ ਮੈਂ ਕਹਿਣਾ ਤਾਂ ਇਹ ਚਾਹੁੰਦਾ ਸੀ ਵੀ ਜਿਹੜੀ ਹੈ ਨਾ ਉਹਨੇ ਪਹਿਲੀ ਸਟੇਟਮੈਂਟ ਮਤਲਬ ਜਿੱਥੋਂ ਸ਼ੁਰੂ ਕੀਤਾ ਉਹ ਇਹ ਸੀਗੀ, ਕਹਿੰਦਾ ਵੀ ਇਹ ਜਿਹੜੇ ਬੰਦੇ ਆ ਜਿਹੜੇ ਜਿੱਦਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਾਂ ਜਿਹੜੇ ਇਹਨਾਂ ਨੂੰ ਸੁਣਨ ਵਾਲੇ, ਇਹ ਕੀ ਕਰੀ ਜਾ ਰਹੇ ਆ ਵੀ ਧਰਮ ਦੇ ਵਿੱਚੋਂ ਜਿਹੜਾ ਦੇਵੀ ਸ਼ਕਤੀ ਵਾਲਾ ਸੰਕਲਪ ਹੈ ਉਹ ਖਤਮ ਕਰੀ ਜਾ ਰਹੇ ਆ। ਜਦ ਕੀ ਕਹਿੰਦਾ ਇੱਕ ਕਿਸੇ ਫਿਲੋਸਫਰ ਦਾ ਨਾਂ ਲੈ ਕੇ, ਨੀਚੇ ਹੋਇਆ ਫਿਲੋਸਫਰ, ਕਹਿੰਦਾ ਵੀ ਉਹਨੇ ਇਹ ਗੱਲ ਕਹੀ ਆ ਵੀ ਸਮਾਜ ਦੇ ਵਿੱਚ ਜਿਹੜਾ ਦੇਵੀ ਸ਼ਕਤੀ ਦਾ ਕੰਸੈਪਟ ਹੈ ਜ਼ਰੂਰੀ ਆ ਸਮਾਜ ਦੇ ਲਈ, ਇਹ ਗਾਇਬ ਕਰੀ ਜਾਂਦੇ ਆ ਸਿੱਖ ਧਰਮ ਦੇ ਵਿੱਚੋਂ ਹੀ। ਹੁਣ ਪਤੰਦਰੋ, ਜੇ ਤੁਸੀਂ ਦੇਵੀ ਸ਼ਕਤੀ ਦਾ ਸੰਕਲਪ ਰੱਖਣਾ ਆ ਸਿੱਖਾਂ ਦੇ ਵਿੱਚ, ਫਿਰ ਹਿੰਦੂਆਂ ਦੇ ਨਾਲ ਵੱਖਰੇ ਹੋਣ ਦੀਆਂ ਡਿੰਗਾਂ ਕੱਲ੍ਹ ਮਾਰੀ ਜਾਂਦੇ ਆ, ਉਹ ਵੀ ਤਾਂ ਦੇਵ, ਉਹ ਤੁਸੀਂ ਤਾਂ ਦੇਵੀ ਦੀ ਗੱਲ ਕਰਦੇ, ਉਹਨਾਂ ਦੀਆਂ ਤਾਂ 15 ਵੀ ਦੇਵੀਆਂ ਵੀ ਹੈਗੀਆਂ, ਜਿੱਦਾਂ ਮਰਜ਼ੀ ਨਜ਼ਾਰੇ ਲਓ, ਸਾਰਾ ਦੇਵਤਿਆਂ ਵਾਲਾ ਸੰਕਲਪ ਹੈਗਾ ਉਹਨਾਂ ਦੇ ਵਿੱਚ, ਪੂਜਾ ਪਾਠ ਵਾਲਾ ਵੀ ਹੈਗਾ ਆ, ਕਰਾਮਾਤਾਂ ਵਾਲਾ ਵੀ ਹੈਗਾ ਆ, ਵਰਤ ਰੱਖੋ, ਆਰਤੀਆਂ ਕਰੋ, ਨਜ਼ਾਰੇ ਲਓ, ਕਿਉਂ ਐਵੇਂ ਮਤਲਬ ਇਹ ਬੈਂਸਣ ਦੀ ਫਿਰ ਕੀ ਲੋੜ ਆ ਇਹਨਾਂ ਗੱਲਾਂ ਦੇ ਉੱਤੇ ਵੀ ਭਾਈ ਸਾਹਿਬ ਕੀ ਕਹਿੰਦੇ ਆ, ਤੁਸੀਂ ਤਾਂ ਖੁਦ ਮੰਨਣ ਡਏ ਆ।
अच्छा एक तो वह होया जिहड़ा जिहड़ा जग्यासू अपने आप नूं कहिंदा सी कहिंदा मैं पहला कामरेड हुंदा सीगा अगे भी उहदी इकाई सीगी इदां दी इंटरव्यू जे बैठा सी यादविंदर दे नाल हुण कहिंदा वी मैं पूरी तरह गुरमत नूं जिद्दां समर्पित आं जिद्दां मैं मानदा आं गुरबाणी नूं जां जो वी उहनूं देख के मैनूं याद आ गई अजमेर सिंह दी। अजमेर सिंह नूं तुसीं देखो अजमेर सिंह भी जदों है ना गलबात करदे आ नो डाउट बई उन्हां दी बहुत पकड़ आ इन्हां गल्लां ते बई हिंदुस्तानी सरकार किद्दां कम करदी आ राष्ट्रवाद किद्दां कम करदा आ सिखां दे विच किहड़ियां किहड़ियां कमियां आईआं पुरातन समयां दे विच उन्होंने किताबां भी लिखियां आ बई जिहदे करके मतलब ये गिरावट आ जिहड़ी उह आई सिखां दे विच पर एक पॉइंट दे उत्ते जा के उह जमां ही डेड हो जांदे अजमेर सिंह उह पॉइंट किहड़ा आ शरदा वाला ते ए जेड़ा पॉइंट आ ए सब तो खतरनाक यही एक तंद आ कह लो जां यही एक सिरा आ जेड़ा बंदा इनू फड़ के बैठा आ है ना उहदे विच लखां ही गुण होण उहने डेड होना ही होना है जेड़ा जगदार अपने आ ढिल्लों आ जिहनू असीं स्कॉलर कहिंदे आ पंजाबियां दा सिखां दे विच उन्हें अपनी गलबात इतों शुरू की कहिंदा वी तुसीं कहिंदे आ वी कुछ दैवी नहीं हुंदा धर्म दे विच धर्म तां कहिंदा मसला विश्वास दा विश्वास फेथ दा विश्वास दा मसला आ कहिंदा इज़राइल दे विच जरूसलम जिहड़ा शहर आ उत्थे कहिंदा जिहड़ी उह कंध आ कहिंदा उत्थे आ के इज़राइली रोंदे आ फिलिस्तीनी रोंदे आ मान लो उन्हां दा विश्वास आ उन्हां दी गल करदा सी हुण उहनूं पतंदर नूं पुछण वाला होवे जेकर उह रोंदे आ तां फिर असीं की करिए मुसलमान मक्के जांदे आ फिर गुरु नानक देव जी नूं मक्के जा के उहनां नूं समझाउण दी की लोड़ सीगी हिंदू हरिद्वार जांदे आ नानक पातशाह नूं हरिद्वार जा के कटाक्ष करन दी की लोड़ सी उहनां ते इहदा मतलब आ वी कुछ ना कुछ साडी जिहड़ी आइडियोलॉजी आ जिहड़ी बाबे नानक दी आइडियोलॉजी आ उहनां दे नालों वक्खरी आ वक्खरी करके तां उह गलबात कर रहे आ सिद्धां दे नाल गलबात कर रहे आ मुसलमाना दे नाल गलबात कर रहे आ ब्राह्मण दे नाल गुरबाणी दे विच वी फिर दर्ज कर रहे आ वे हिंदू अन्ना तुरकू काना गल्लां तां बड़ियां सिंपल आ तुसीं मतलब अज दे समें दे विच एडीडियां किताबां पढ़ के पीएचडियां करके मुड़ के आ के टीवी दे उत्ते आ के बह के ये गल दसदे आ सिखां नूं वे सिख धर्म दे विच दैवी शक्ति दा होना जरूरी है लख लाणत नहीं हैगी तुहाडे ते ये मतलब जिहड़ा ये प्रोस्पैक्ट आ ये तुसीं कित्थों लैके आंदा है कित्थों तुहाडी सोझी दे विच ये वाधा होया वी आह जिहड़ी शरदा आ ये जरूरी आ अकाल तख्त की जदों गल चली उत्थे भी उहने उही कड़ी घोली कहिंदा तुसीं सतविंदर सिंह नूं कहिंदा वी तुसीं इहनूं इमारत नहीं कह सकते इमारत तां नहीं कह सकते क्योंकि जर्रे जर्रे दे विच कहिंदा सिखां दी शहादत आ इत्थे हुण इदां दीआं हासोहीणियां गल्लां दा ਕੀ ਮਤਲਬ ਬੰਦਾ ਜਵਾਬ ਦੇਵੇ ਇਹਨਾਂ ਦੀਆਂ ਦਾ ਜਿਹੜੀ ਚੀਜ਼ ਕਰਕੇ ਇਹਨੂੰ ਸਕੋਲਰ ਕਹਿੰਦੇ ਆ ਵੀ ਦਸਮ ਗ੍ਰੰਥ ਦੇ ਉੱਤੇ ਬੰਦਾ ਕਟਾਹ ਕਰਦਾ ਆ ਕਿਸੇ ਦੀ ਸ਼ਰਧਾ ਉਹਦੇ ਉੱਤੇ ਅਗਲੇ ਸ਼ਰਧਾ ਦੇ ਨਾਲ ਮੰਨ ਰਹੇ ਹੋ ਉਸ ਗੱਲ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਜਿੰਨਾ ਵੀ ਗੁਰਬਾਣੀ ਨੇ ਕਟਾਹ ਕੀਤਾ ਆ ਤੁਸੀਂ ਦੋ ਤਿੰਨ ਐਗਜ਼ਾਮਪਲਾਂ ਵੀ ਦਿੱਤੀਆਂ ਜਿੱਦਾਂ ਬਾਬੇ ਨਾਨਕ ਨੇ ਜਨੇਊ ਦੇ ਉੱਤੇ ਕਟਾਹ ਕੀਤਾ ਕੀ ਅਗਲਿਆਂ ਦੀ ਸ਼ਰਧਾ ਚ ਕਮੀ ਸੀਗੀ ਇੱਦਾਂ ਨਹੀਂ ਨਹੀਂ ਹੁਣ ਵੀ ਹੈ ਹੁਣ ਵੀ ਹੈ ਪਾਈ ਜਾਂਦੇ ਆ ਜਿਹੜੇ ਸਰਸੇ ਵਾਲੇ ਦੇ ਮੰਨ ਲਓ ਉੱਥੇ ਡੇਰੇ ਤੇ ਜਾਂਦੇ ਆ ਕੀ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਕਮੀ ਆ ਇੱਦਾਂ ਵੀ ਉਹਦੀ ਸ਼ਰਧਾ ਘੱਟ ਹੈ ਕਿਸੇ ਉਹ ਤਾਂ ਬੀਬੀਆਂ ਉਹ ਤਾਂ ਸੁਨਾਰੀਆ ਜੇਲ ਨੂੰ ਮੱਥਾ ਟੇਕ ਕੇ ਆ ਰਹੇ ਬੰਦੇ ਉਹਨਾਂ ਦੇ ਗਾਣੇ ਤੁਸੀਂ ਮੰਨ ਲਓ ਫਿਰ ਇੱਦਾਂ ਤੁਸੀਂ ਮੰਨ ਲਓ ਫਿਰ ਇੱਦਾਂ ਵੀ ਫੇਸ ਦੇ ਉੱਤੇ ਸਾਰਾ ਕੁਝ ਟਿਕਿਆ ਹੋਇਆ ਆ ਫਿਰ ਤਾਂ ਤੁਸੀਂ ਕਿਹੜੀ ਚੀਜ਼ ਨੂੰ ਕੰਡੈਮ ਕਿਹੜੀ ਚੀਜ਼ ਨੂੰ ਕਰ ਦੇਣਾ ਕਿਹੜੀ ਚੀਜ਼ ਕਰਕੇ ਤੁਸੀਂ ਆਪਣੇ ਆਪ ਨੂੰ ਸਕੋਲਰ ਕਹਾਉਣਾ ਆ ਗੱਲ ਇਹੀ ਹੈ ਭਾਜੀ ਉਹ ਵੀ ਇਹਨਾਂ ਨੇ ਕਿਸੇ ਟਾਈਮ ਦੇ ਉੱਤੇ ਜਦੋਂ ਖਾਲੀ ਹੈ ਥਾਂ ਦੇ ਕੇ ਗੱਲਾਂ ਕਹਿ ਬੈਠੇ ਆ ਹੁਣ ਇਹ ਬੰਦੇ ਇਹਨਾਂ ਦੀਆਂ ਲੱਤਾਂ ਭਾਰ ਝੱਲ ਨਹੀਂ ਰਹੀਆਂ ਤੇ ਰਣਜੀਤ ਸਿੰਘ ਜਰ ਨਹੀਂ ਹੋ ਰਿਹਾ ਇਹਨਾਂ ਦੇ ਉੱਤੋਂ ਕਿਉਂਕਿ ਬਹੁਤ ਵਧੀਆ ਸਟੇਟਮੈਂਟਾਂ ਅੱਗੇ ਦੀਆਂ ਸਟੇਟਮੈਂਟਾਂ ਉਹ ਬੰਦਾ ਦੇਈ ਜਾ ਰਿਹਾ ਆ ਤੇ ਜਿਹੜੀ ਗੱਲ ਕਹਿ ਰਹੇ ਆ ਉਹਨੂੰ ਹੋਰ ਐਲੋਬਰੇਟ ਕਰਦੇ ਹਰੇਕ ਵਾਰੀ ਇੱਦਾਂ ਥੋੜੀ ਵੀ ਇਹਨਾਂ ਨੂੰ ਛੱਡ ਕੇ ਪਰੇ ਨੂੰ ਹੋ ਜਾਂਦੇ ਕਿਤੇ ਹਰੇਕ ਵਾਰੀ ਐਨ ਜਮਾ ਉਸੇ ਪੁਆਇੰਟ ਦੇ ਉੱਤੇ ਰਹਿੰਦੇ ਆ ਇਹਨਾਂ ਬੰਦਿਆਂ ਦਾ ਜਦੋਂ ਕੋਈ ਪੰਗਾ ਪੈ ਜਾਵੇ ਇਹ ਬੰਦੇ ਥੋੜੀ ਮੁੜ ਕੇ ਉਸ ਗੱਲ ਦੇ ਉੱਤੇ ਉਹਦਾ ਕਾਰਨ ਆ ਨਾ ਉਹਦਾ ਕਾਰਨ ਆ ਜੇਕਰ ਜਿਹੜੇ ਜਿਹੜੇ ਵੀਰ ਭੈਣ ਸੁਣਦੇ ਵੀ ਹਨਾ ਇੱਕ ਗੱਲ ਦਿਮਾਗ ਦੇ ਵਿੱਚ ਰੱਖਿਓ ਜਿਹੜਾ ਬੰਦਾ ਰੇਡੀਓ ਦੇ ਉੱਤੇ ਜਾਂ ਜਾਂ ਪ੍ਰਚਾਰ ਕਰ ਰਿਹਾ ਕਥਾ ਕਰ ਰਿਹਾ ਜਾਂ ਭਾਈ ਰਣਜੀਤ ਸਿੰਘ ਆ ਗੱਲ ਕਰ ਰਿਹਾ ਤੁਸੀਂ ਮਤਲਬ ਉਹ ਬੇਸ਼ੱਕ ਆਪਣੀਆਂ ਗੱਲਾਂ ਦੇ ਵਿੱਚ ਇਹ ਗੱਲ ਕਲੀਅਰ ਨਾ ਕਰਨ ਬਈ ਅਸੀਂ ਮਤਲਬ ਐਗਜੈਕਟਲੀ ਕਲੀਅਰ ਨਾ ਕਰਨ ਕਿਉਂਕਿ ਐਗਜੈਕਟ ਸ਼ਬਦਾਂ ਦੇ ਵਿੱਚ ਕਿਸੇ ਗੱਲ ਨੂੰ ਕਲੀਅਰ ਕਰਨ ਦੇ ਬੜੇ ਆਪਣੇ ਆਪ ਦੇ ਵਿੱਚ ਰਿਸਕ ਹੁੰਦੇ ਆ ਉਹ ਕੋਈ ਨਹੀਂ ਕਰਦਾ ਹੁੰਦਾ ਬਟ ਅੰਦਰੋਂ ਅੰਦਰ ਹੀ ਬੰਦੇ ਨੂੰ ਪਤਾ ਹੁੰਦਾ ਵੀ ਜਿਹੜਾ ਮੇਰਾ ਪਿਆਰ ਆ ਜਿਹੜੀ ਮੇਰੇ ਅੰਦਰ ਲਗਨ ਆ ਉਹ ਕਾਹਦੇ ਲਈ ਆ ਮੈਂ ਕੀ ਮਤਲਬ ਜਿਹੜੀ ਮੈਂ ਰੇਡੀਓ 'ਤੇ ਬਹਿ ਕੇ ਗੱਲ ਕਰਦਾ ਹਾਂ ਜਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਪ੍ਰਚਾਰ ਕਰਦਾ ਹਾਂ ਕਥਾ ਕਰਦਾ ਹਾਂ ਮੈਂ ਕਿਉਂ ਕਰਦਾ ਹਾਂ ਅਤੇ ਜਿਹਨਾਂ ਬੰਦਿਆਂ ਦਾ ਮੇਰਾ ਮੰਨਣਾ ਹੈ ਜਿਹੜੇ ਬੰਦੇ ਮਨੁੱਖਤਾ ਦੇ ਨਾਲ ਪਿਆਰ ਕਰਨ ਵਾਲੇ ਆ ਜਿਹੜੇ ਧੱਕੇ ਦੇ ਖਿਲਾਫ ਖੜ੍ਹੇ ਹੋਣ ਵਾਲੇ ਆ ਉਹਨਾਂ ਬੰਦਿਆਂ ਨੂੰ ਪਤਾ ਆ ਵੀ ਇਹ ਜਿਹੜਾ ਧੱਕਾ ਹੁੰਦਾ ਹੈ ਧਰਮ ਦੇ ਨਾਂ 'ਤੇ ਇਹ ਅਸੀਂ ਬੰਦ ਕਰਨਾ
ਇਹ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਇਹ ਗੱਲਬਾਤ ਚੱਲਦੀ ਆ। ਜਿਹੜੇ ਆ ਤੁਹਾਡੇ ਪੜ੍ਹੇ ਲਿਖੇ ਸਕੋਲਰ ਹੈ ਨਾ, ਜਿਹਨਾਂ ਨੂੰ ਤੁਸੀਂ PhD ਵਾਲੇ ਕਹਿੰਦੇ ਆ, ਜਾਂ ਤੁਸੀਂ ਜਿਹਨਾਂ ਨੂੰ ਜਗਿਆਸੂ ਕਹਿੰਦੇ ਆ, ਜਾਂ ਅਜਮੇਰ ਸਿੰਘ ਵਰਗੇ ਜਿਹਨਾਂ ਨੂੰ ਕਹਿੰਦੇ ਆ ਵੀ ਰਾਸ਼ਟਰਵਾਦ ਦੀ ਬਹੁਤ ਸਮਝ ਆ, ਇਹਨਾਂ ਦੇ ਜੇਕਰ ਤੁਸੀਂ ਬੈਕਗਰਾਊਂਡ ਦੇ ਵਿੱਚ ਜਾਓਗੇ, ਇਹਨਾਂ ਦੇ ਇਹਨਾਂ ਨੂੰ ਕਿਤੇ ਤੁਸੀਂ ਮਤਲਬ ਨਾਪ ਤੋਲ ਕੇ ਇਹਨਾਂ ਦੇ ਦਿਮਾਗ ਬਾਰੇ ਸੋਚੋਗੇ, ਇਹ ਕੀ ਸੋਚਦੇ ਆ? ਇਹ ਪਤੰਦਰ ਰੱਬ ਦਾ ਤਸੱਵਰ ਦਿਮਾਗ ਦੇ ਵਿੱਚ ਲੈ ਕੇ ਬੈਠੇ ਆ। ਇਹਨਾਂ ਦਾ ਦਿਮਾਗ ਪੂਜਾ ਤੋਂ ਅੱਗੇ ਨਹੀਂ ਜਾਂਦਾ। ਇਹਨਾਂ ਨੂੰ ਲੱਗਦਾ ਆ ਵੀ ਕੋਈ ਸ਼ਕਤੀ ਆ, ਕੋਈ ਸ਼ਕਤੀ ਆ ਜਿਹੜੀ ਕੰਟਰੋਲ ਕਰ ਰਹੀ ਆ ਸਾਰੇ ਨੂੰ। ਸਿੱਖਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਕੋਈ ਇੱਦਾਂ ਦਾ ਫਲਸਫਾ ਦਿੱਤਾ ਆ ਜਿਹੜਾ ਉਸ ਸ਼ਕਤੀ ਦੇ ਨਾਲ ਜੁੜਿਆ ਜਾਣਾ ਆ, ਮੁੜ ਕੇ ਉਸ ਸ਼ਕਤੀ ਨੇ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਸੁਧਾਰ ਦੇਣੀ ਆ। ਤਾਂ ਇਹਨਾਂ ਦੀਆਂ ਗੱਲਾਂ ਹਾਸੋਹੀਣੀਆਂ ਆ, ਤਾਂ ਇਹਨਾਂ ਦੀਆਂ ਗੱਲਾਂ ਸੁਣ ਕੇ ਹਾਸਾ ਆਉਂਦਾ ਆ। ਪੜ੍ਹੇ ਲਿਖੇ ਬਹੁਤ ਆ, ਕਿਤਾਬਾਂ ਲਿਖੀਆਂ ਇਹਨਾਂ ਬੰਦੇ ਨੇ। ਹੁਣ ਉਹ ਢਿੱਲੋਂ ਆ, ਢਿੱਲੋਂ ਨਹੀਂ ਮਤਲਬ ਕੋਈ ਬੰਦਾ ਖੜਾ ਕਰਕੇ ਪੁੱਛ ਲਵੇ ਵੀ ਜਿਹੜੀਆਂ ਗੱਲਾਂ ਇਹ ਤੂੰ ਕਰਨ ਡਿਆ ਆ ਵੀ ਸਪਿਰਿਚੁਐਲਿਟੀ ਦੀਆਂ ਗੱਲਾਂ ਕਰਨ ਡਿਆ ਆ, ਤੂੰ ਕਹਿੰਦਾ ਵੀ ਕਰਾਮਾਤਾਂ ਹੁੰਦੀਆਂ ਆ, ਮਤਲਬ ਮੱਕਾ ਅਤੇ ਜਿੱਦਾਂ ਆਹ ਇਜ਼ਰਾਈਲੀ ਅਤੇ ਫਿਲਸਤੀਨੀ ਜਿੱਦਾਂ ਮਤਲਬ ਆਪਣੇ ਧਰਮ ਨੂੰ ਦੇਖਦੇ ਆ, ਸਿੱਖਾਂ ਦਾ ਅਕਾਲ ਤਖ਼ਤ ਵੀ ਉੱਦਾਂ ਹੀ ਆ। ਹੁਣ ਜੇ ਮਤਲਬ ਉਹਨੂੰ ਢਿੱਲੋਂ ਨੂੰ ਇਹ ਗੱਲ ਪੁੱਛਣ ਵਾਲਾ ਹੋਵੇ, ਪੈਮਾਨਾ ਕੀ ਲਾਉਂਗੇ? ਮੰਨ ਲੈਂਦੇ ਹਾਂ ਅਕਾਲ ਤਖ਼ਤ ਇਜ਼ਰਾਈਲੀਆਂ ਦੀ ਕੰਧ ਵਰਗਾ ਹੀ ਆ, ਮੰਨ ਲੈਂਦੇ ਹਾਂ ਮੱਕੇ ਵਰਗਾ ਹੀ ਆ। ਮੱਕੇ ਵਾਲਿਆਂ ਦਾ ਵੀ ਹਾਲ ਦੇਖ ਲਓ, ਸਾਰੀ ਦੁਨੀਆਂ ਦੇ ਵਿੱਚ ਕੀ ਹੋਇਆ ਆ? ਤਿੰਨ ਚਾਰ ਸਟੇਟਾਂ ਛੱਡ ਦਿਓ ਉਹਨਾਂ ਦੀਆਂ ਵੀ ਜਿਹਦੇ ਵਿੱਚ ਡਿਕਟੇਟਰਸ਼ਿਪ ਆ, ਮੈਨੂੰ ਦਿਖਾ ਲਓ ਡੈਮੋਕ੍ਰੇਸੀ ਵਾਲੀ ਕਿਹੜੀ ਸਟੇਟ ਆ ਜਿਹੜੀ ਮੁਸਲਮਾਨਾਂ ਦੀ ਤਰੱਕੀ ਕਰ ਰਹੀ ਆ? ਆ ਪਾਕਿਸਤਾਨ ਤੁਹਾਡੇ ਮੋਢੇ ਆ, ਉਹਨਾਂ ਦੇ ਵੀ ਉਹੀ ਭੰਗ ਭੁੱਜਦੀ ਆ ਜਿਹੜੀ ਆ ਤੁਹਾਡੇ ਇੰਡੀਆ ਦੇ ਵਿੱਚ ਭੁੱਜਦੀ ਆ। ਹੋਰ ਮੈਨੂੰ ਦਿਖਾ ਦਿਓ ਕਿਹੜੀ ਸਟੇਟ ਆ। ਇਜ਼ਰਾਈਲ ਦੀ ਤੁਸੀਂ ਗੱਲ ਕਰਦੇ ਆ ਨਾ, ਇਜ਼ਰਾਈਲ ਦੇ ਵਿੱਚ ਕਾਨੂੰਨ ਨੂੰ ਅਗਲੇ ਨੇ ਉੱਪਰ ਰੱਖਿਆ ਆ, ਉਹ ਕਹਿੰਦੇ ਜਾਓ ਮੱਥੇ ਟੇਕੋ ਕੰਧ ਦੇ ਨਾਲ, ਰੋਈ ਚੱਲੋ ਜਾ ਕੇ, ਜੋ ਮਰਜ਼ੀ ਕਰੀ ਜਾਓ, ਦੇਵਤੇ ਆਪਣੇ ਜਿੰਨੇ ਮਰਜ਼ੀ ਧਿਆਈ ਚੱਲੋ, ਪਰ ਜਦੋਂ ਕਾਨੂੰਨ ਦੀ ਗੱਲ ਆਉਣੀ ਆ, ਕਾਨੂੰਨ ਦਾ ਬੋਲਬਾਲਾ ਹੋਣਾ ਹੈ ਉੱਥੇ। ਉੱਥੇ ਜਦੋਂ ਕਾਨੂੰਨ ਬਣਦੇ ਆ, ਜਦੋਂ ਮਨੁੱਖੀ ਹੱਕਾਂ ਦੀ ਗੱਲ ਆਉਂਦੀ ਆ, ਧਰਮ ਉਹਦੇ ਉੱਤੇ ਆ ਕੇ ਨਹੀਂ ਬੋਲ ਸਕਦਾ, ਉਹ ਧਰਮ ਦੇ ਉੱਤੇ ਕੁੰਡਾ ਰੱਖਦੇ ਆ, ਧਰਮ ਥੱਲੇ ਰਹਿ ਜਾਂਦਾ ਆ। ਇਸ ਕਰਕੇ ਉਹਨਾਂ ਮੁਲਕਾਂ ਨੇ ਤਰੱਕੀ ਕੀਤੀ ਆ। ਜਿਹੜੀ ਇਹ ਆਜ਼ਾਦੀ ਆ, ਇਸ ਤਰੀਕੇ ਨਾਲ ਧਰਮ ਨੂੰ ਮੰਨਣ ਦੀ ਆਜ਼ਾਦੀ ਆ, ਇਹ ਤਾਂ ਦੁਨੀਆਂ ਦੀਆਂ ਵੈਸਟਰਨ ਕੰਟਰੀਆਂ ਸਾਰੀਆਂ ਹੀ ਦਿੰਦੀਆਂ। ਉਹ ਕਹਿੰਦੀ ਜਾਓ ਗੁਰਦੁਆਰੇ ਜਾ ਕੇ ਮੱਥਾ ਟੇਕੋ, ਚਰਚ ਦੇ ਵਿੱਚ ਜਾਓ, ਮਸਕ ਦੇ ਵਿੱਚ ਜਾ ਕੇ ਤੁਸੀਂ ਆਪਣਾ ਕਰੋ, ਪਰ ਜਦੋਂ ਗੱਲ ਕਾਨੂੰਨ ਦੀ ਆਉਣੀ ਆ, ਮੁਲਕ ਦੇ ਕਾਨੂੰਨ ਦੀ ਗੱਲ ਆਉਣੀ ਆ, ਉਦੋਂ ਇਹ ਸਾਰੀਆਂ ਗੱਲਾਂ ਥੱਲੇ ਰਹਿ ਜਾਣੀਆਂ। ਤੁਸੀਂ ਕਾਨੂੰਨ ਨਹੀਂ ਤੋੜ ਸਕਦੇ, ਤੁਸੀਂ ਕਿਸੇ ਨੂੰ ਬੋਲਣ ਤੋਂ ਨਹੀਂ ਰੋਕ ਸਕਦੇ। ਹੁਣ ਗੱਲ ਹੋ ਰਹੀ ਆ ਬੋਲਣ ਤੋਂ ਰੋਕਣ ਦੀ, ਗੱਲ ਹੋ ਰਹੀ ਆ ਗੁੰਡਾਗਰਦੀ ਰੋਕਣ ਦੀ। ਤੁਸੀਂ ਗੁੰਡਾਗਰਦੀ ਕਰਨ ਗਏ ਸੀਗੇ ਉੱਥੇ ਭਾਈ ਰਣਜੀਤ ਸਿੰਘ ਨੂੰ, ਜਦੋਂ ਤੁਸੀਂ ਬੋਲਣ ਤੋਂ ਰੋਕਿਆ। ਅਤੇ ਸਾਰੀਆਂ ਸਰਕਾਰਾਂ ਜਿੰਨੀਆਂ ਵੀ ਵੈਸਟਰਨ ਕੰਟਰੀਜ਼ ਆ, ਜੇ ਅੱਜ ਉਹ ਤਰੱਕੀ ਕਰ ਰਹੀਆਂ ਤਾਂ ਇਸੇ ਗੱਲ ਕਰਕੇ ਕਰ ਰਹੀਆਂ ਵੀ ਬੋਲਣ ਦਾ ਹੱਕ ਭਾਈ ਸਾਰਿਆਂ ਨੂੰ ਆ। ਆ ਜਿਹੜੀਆਂ ਧਾਰਮਿਕ ਮਨੌਤਾਂ ਆ, ਸਦੀਆਂ ਪਹਿਲਾਂ ਘੜੀਆਂ ਗਈਆਂ, ਕੀ ਪਤਾ ਕਿਹੜੇ ਬੰਦੇ ਨੇ ਕਿੱਦਾਂ, ਜਿੱਦਾਂ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਵੀ ਉਹਦੇ ਵਿੱਚ ਰਲਾ ਪਿਆ ਰਾਗਮਾਲਾ ਨੂੰ ਲੈ ਕੇ, ਆਪਣਾ ਚਲੋ 300-400 ਸਾਲ 500 ਸਾਲ ਪੁਰਾਣਾ ਗ੍ਰੰਥ ਆ, ਆਪਾਂ ਇਹ ਕਹਿ ਲਈਏ ਵੀ ਉਹਦੇ ਵਿੱਚ ਸਾਨੂੰ ਫਿਰ ਵੀ ਕਾਫੀ ਕੁਛ ਉਹਦੇ ਬਾਰੇ ਪਤਾ ਹੈ। ਪਰ ਇਹ ਦੇਖੋ ਜਿਹੜੇ ਸਦੀਆਂ ਪਹਿਲਾਂ ਲਿਖ ਦਿੱਤੇ ਗਏ ਆ, 2000 ਸਾਲ ਪਹਿਲਾਂ ਲਿਖ ਦਿੱਤੇ ਗਏ, ਉਹਨਾਂ ਦੀ ਕੀ ਅਥੈਂਟੀਸਿਟੀ ਆ? ਪਰ ਉਹ ਦਿਮਾਗ ਦੇ ਵਿੱਚ ਬਹਿ ਗਏ, ਉਦੋਂ ਤੋਂ ਚੱਲਦੇ ਆ ਰਹੇ, ਹੁਣ ਦਿਮਾਗ ਦੇ ਵਿੱਚ ਬੈਠੇ ਆ। ਪਰ ਉਹਨਾਂ ਲੋਕਾਂ ਨੇ, ਉਹ ਤੁਹਾਡੇ ਨਾਲੋਂ ਸਿਆਣੇ ਆ, ਉਹਨਾਂ ਇਹਨਾਂ ਗੱਲਾਂ ਨੂੰ ਸਮਝ ਗਏ ਵੀ ਜਿਹੜੀਆਂ ਦਿਮਾਗ ਦੇ ਵਿੱਚ ਗੱਲਾਂ ਪਈਆਂ ਆ, ਜੇਕਰ ਇਹਨਾਂ ਦੇ ਨਾਲ ਹੀ ਅਸੀਂ ਸਮਾਜ ਨੂੰ ਜੀਣ ਲਈ ਕਹਿੰਦੇ ਰਹੇ, ਅਸੀਂ ਤਾਂ ਬਰਬਾਦੀ ਵੱਲ ਨੂੰ ਚਲੇ ਜਾਵਾਂਗੇ। ਉਹਨਾਂ ਨੇ ਧਰਮ ਦਾ ਵਿਸ਼ਾ ਵੱਖਰਾ ਕਰ ਦਿੱਤਾ, ਅਤੇ ਜਿਹੜਾ ਸਮਾਜ ਦਾ ਸਟੇਟਸ ਆ, ਜਿਹੜਾ ਕਾਨੂੰਨ ਆ, ਉਹਨੂੰ ਵੱਖਰਾ ਕਰ ਦਿੱਤਾ, ਅਤੇ ਕਾਨੂੰਨ ਦੇ ਥੱਲੇ ਸਾਰਾ ਕੁਛ ਹੋਊਗਾ। ਜੇ ਅਸੀਂ ਇਸ ਤਰੀਕੇ ਨਾਲ ਚੱਲਾਂਗੇ, ਸਾਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਣੀ। ਪਰ ਇਹ ਜਿਹੜੇ ਸਾਡੇ ਸਕੋਲਰ ਆ ਨਾ, ਸੋ ਕਾਲਡ, ਇਹਨਾਂ ਨੂੰ ਰਿਕੁਐਸਟ ਮੰਨ ਲਓ ਜਾਂ ਜੋ ਵੀ ਮੰਨ ਲਓ, ਇਹ ਆਪਣੇ ਦਿਮਾਗ ਦੇ ਵਿੱਚੋਂ ਸ਼ਰਧਾ ਵਾਲਾ ਕੀੜਾ ਕੱਢ ਦਿਓ। ਇਹ ਜਿਹੜਾ ਕੀੜਾ ਆ, ਇਹਨੇ ਹੀ ਸਾਰਿਆਂ ਦਾ ਵਿੜਾ ਆ ਜਿਹੜਾ ਬਿਠਾਲ ਕੇ ਰੱਖਿਆ। ਬੰਦਾ ਜਿੰਨਾ ਮਰਜ਼ੀ ਪੜ੍ਹ ਲਵੇ, PhD ਕਰ ਲਵੇ, ਜੇਕਰ ਉਹਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹ ਸ਼ਰਧਾ ਵਾਲੀ ਗੱਲ ਚੱਲਦੀ ਆ, ਹੈ ਨਾ, ਜੇਕਰ ਉਹ ਮੰਨੀ ਬੈਠਾ ਆ ਵੀ ਗੁਰੂ ਸਾਹਿਬ ਕੁਛ ਸਪੈਸ਼ਲ ਸੀਗੇ, ਜੇਕਰ ਉਹ ਮੰਨੀ ਬੈਠਾ ਆ ਗੁਰਬਾਣੀ ਕੁਛ ਸਪੈਸ਼ਲ ਆ, ਮੰਤਰ ਆ ਕੁਛ ਖਾਸ ਆ, ਜੇਕਰ ਉਹ ਮੰਨੀ ਬੈਠਾ ਵੀ ਅਕਾਲ ਤਖ਼ਤ ਕੁਛ ਖਾਸ ਆ, ਉਹਨੇ ਪਤੰਦਰ ਨੇ ਆਪਣਾ ਤਾਂ ਬੇੜਾ ਬਿਠਾ ਲਿਆ ਹੀ ਆ, ਉਹਨੇ ਦੁਨੀਆ ਦਾ ਵੀ ਬੇੜਾ ਬਿਠਾ ਲੈਣਾ ਆ। ਉਹਦਾ ਕਾਰਨ ਇਹ ਆ, ਉਹਦੇ ਕੋਲ ਵੋਕੈਬਲਰੀ ਬਹੁਤ ਆ, ਉਹਦੇ ਕੋਲ ਨੌਲੇਜ ਬਹੁਤ ਆ, ਉਹਦਾ ਦਾਇਰਾ ਬਹੁਤ ਵੱਡਾ ਆ ਬੋਲਣ ਦਾ। ਅੱਜ ਆ ਢਿੱਲੋਂ ਹੋਣੀ ਜਦੋਂ ਬੋਲਣ ਲੱਗਦੇ ਆ, ਡੇਢ ਡੇਢ ਦੋ ਦੋ ਘੰਟੇ ਚੁੱਪ ਨਹੀਂ ਕਰਦੇ, ਸ਼ਬਦ ਬਹੁਤ ਹੈ ਇਹਨਾਂ ਦੇ ਕੋਲ, ਫੀਲਡ ਬਹੁਤ ਵੱਡਾ ਆ, ਕਿਤਾਬਾਂ ਬਹੁਤ ਪੜ੍ਹੀਆਂ ਆ। ਪਰ ਜਿਹੜਾ ਧੁਰਾ ਆ, ਧੁਰਾ ਇਹਨਾਂ ਨੇ ਸ਼ਰਧਾ ਵਾਲਾ ਰੱਖਣਾ, ਤੁਹਾਨੂੰ ਘੁਮਾ ਘੁੰਮੂ ਕੇ ਲਿਜਾ ਕੇ ਉਹਨਾਂ ਨੇ ਉਸ ਸ਼ਰਧਾ ਵਾਲੇ ਧੁਰੇ ਦੇ ਨਾਲ ਜੋੜਨਾ ਆ, ਜਿੱਥੇ ਬ੍ਰਾਹਮਣ ਨੇ ਤੁਹਾਨੂੰ ਬੰਨਿਆ ਉਸ ਕਿੱਲੇ 'ਤੇ ਬੰਨਣਾ ਇਹਨਾਂ ਨੇ ਤੁਹਾਨੂੰ ਲਿਆ ਕੇ। ਇਸ ਗੱਲ ਦਾ ਖਿਆਲ ਰੱਖੋ ਤੁਸੀਂ, ਇਹ ਇਹਨਾਂ ਦੀ ਗੱਲਾਂ ਦੇ ਵਿੱਚ ਇਹ ਧਿਆਨ ਠੀਕ ਆ, ਇਹ ਗੱਲਾਂ ਤੁਹਾਨੂੰ ਕੋਮਨ ਲੱਗਦੀਆਂ ਆ, ਹੁੰਦੀਆਂ ਆਈਆਂ ਕਰਕੇ ਕੋਮਨ ਲੱਗਦੀਆਂ, ਪਰ ਆਪਣੇ ਦਿਮਾਗ ਦੇ ਵਿੱਚ ਜਿਹੜੇ ਸਵਾਲ ਕਰਨੇ ਆ ਉਹ ਇਸ ਤਰੀਕੇ ਨਾਲ ਨਾ ਕਰੋ।
ਵੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਕੀ ਹੋਣਾ ਆ, ਅਕਾਲ ਤਖ਼ਤ ਜਾ ਕੇ ਕੀ ਹੋਣਾ ਆ, ਗੁਰਬਾਣੀ ਪੜ੍ਹ ਕੇ ਕੀ ਹੋਣਾ, ਸਵਾਲ ਇਹ ਕਰੋ ਮੇਰੀ ਜ਼ਿੰਦਗੀ ਕਿੱਦਾਂ ਬਿਹਤਰ ਹੋ ਸਕਦੀ ਆ, ਸਵਾਲ ਇਹ ਕਰੋ ਮੇਰੇ ਬੱਚਿਆਂ ਦੀ ਜ਼ਿੰਦਗੀ ਕਿੱਦਾਂ ਬਿਹਤਰ ਹੋ ਸਕਦੀ ਆ, ਮੈਂ ਜਿਸ ਸਮਾਜ ਦੇ ਵਿੱਚ ਰਹਿ ਰਿਹਾ ਇਹ ਸਮਾਜ ਕਿੱਦਾਂ ਵਧੀਆ ਹੋ ਸਕਦਾ, ਜਿਸ ਹਵਾ ਦੇ ਵਿੱਚ ਮੈਂ ਸਾਹ ਲੈ ਰਿਹਾ ਇਹ ਹਵਾ ਕਿੱਦਾਂ ਸਾਫ਼ ਹੋ ਸਕਦੀ ਹੈ, ਪਾਣੀ ਕਿੱਦਾਂ ਸਾਫ਼ ਹੋ ਸਕਦਾ, ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਇਹ ਪਾਣੀ ਪੀਣਾ, ਇਸੇ ਹਵਾ ਦੇ ਵਿੱਚ ਸਾਹ ਲੈਣਾ, ਇਹ ਅਸਲੀ ਧਰਮ ਆ, ਨਾ ਕਿ ਉਹ ਧਰਮ ਜਿਹੜਾ ਬ੍ਰਾਹਮਣ ਨੇ ਲੋਕਾਂ ਨੂੰ ਕੰਟਰੋਲ ਕਰਨ ਦੇ ਲਈ ਗ੍ਰੰਥਾਂ ਦੇ ਰਾਹੀਂ ਤੁਹਾਡੇ ਸਿਰ ਦੇ ਉੱਤੇ ਥੋਪਿਆ, ਉਹ ਧਰਮ ਨਹੀਂ ਹੈਗਾ। ਬਿਲਕੁਲ ਹਾਂਜੀ, ਸਾਡੇ ਨਾਲ ਦੋਨਾਂ ਲਾਈਨਾਂ 'ਤੇ ਸਰੋਤੇ, ਆਪਾਂ ਵਾਰੀ ਵਾਰੀ ਸੁਣ ਲੈਂਦੇ ਇਹਨਾਂ ਦੀ ਗੱਲ। ਹਾਂਜੀ 07 'ਤੇ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਇੰਦਰਜੀਤ ਬੋਲਦਾ ਭਾਜੀ ਕੈਲੀਫੋਰਨੀਆ ਦਾ। ਭਾਜੀ ਮੈਂ ਤਾਂ ਇਹੀ ਗੱਲ ਕਰਨੀ, ਜਿੱਦਾਂ ਇੱਥੇ ਰੋਕਦੇ ਆ ਫਰੀਡਮ ਆਫ ਸਪੀਚ ਕਹਿੰਦੇ ਆਪਾਂ ਜਿੱਦਾਂ, ਹਾਂਜੀ ਚਲੋ ਭਾਈ ਸਾਹਿਬ ਨੂੰ ਵੀ ਭਾਜੀ ਰੋਕਦੇ ਆ, ਹੁਣ ਦੇਖ ਲਓ 10,000 ਤੋਂ ਬੰਦਾ ਸੋਸ਼ਲ ਮੀਡੀਆ ਤੇ ਸੀਗਾ ਤੇ ਮੂਹਰੇ ਕਿੰਨੇ ਬੰਦੇ ਬੈਠੇ ਆ ਨਾ ਸੁਣਦੇ ਉਹਨਾਂ ਨੂੰ। ਕਹਿਣ ਦਾ ਮਤਲਬ ਫਰੀਡਮ ਆਫ ਬੋਲਣ ਵਾਲੇ ਵੀ ਰੋਕ ਰਹੇ, ਧੱਕਾ ਕਰਦੇ ਆ, ਸੁਣਨੇ ਨਾਲ ਵੀ, ਸੁਣਨੇ ਦੀ ਵੀ ਤਾਂ ਭਾਜੀ ਫਰੀਡਮ ਹੈਗੀ ਆ ਸਾਨੂੰ, ਜਿਹਨੂੰ ਮਰਜ਼ੀ ਸੁਣੀਏ। ਬਿਲਕੁਲ, ਮਤਲਬ ਬੋਲਣ ਵਾਲੇ ਰੋਕੇ, ਸੁਣਨੇ ਵਾਲੇ ਤੋਂ ਵੀ ਰੋਕੀ ਜਾਂਦੇ ਇਹ, ਕਹਿਣ ਦਾ ਮਤਲਬ ਇੰਨੇ ਜਾਣੀ ਕਿ ਅਜੱਡ ਕਹਿ ਲਈਏ ਜਾਂ ਇੰਨੇ ਮਤਲਬ ਬੇਵਕੂਫ ਬੰਦੇ ਆ ਇਹ, ਵੀ ਸੁਣ ਉੱਚੀ ਆਵਾਜ਼ ਦੇ ਵਿੱਚ ਕਹਿਣਾ ਪੈਣਾ ਆ ਵੀ ਕੋਈ ਸਾਲਾ ਨਹੀਂ ਲੱਗਦਾ ਜਿਹੜਾ ਮੈਨੂੰ ਇਹ ਗੱਲ ਦੱਸੂਗਾ ਮੈਂ ਕਿਹਨੂੰ ਸੁਣਨਾ ਆ। ਜਿੱਦਣ ਸਾਡੇ ਵਿੱਚ ਇਹ ਹਿਆਂ ਆ ਗਿਆ ਹਨਾ ਵੀ ਅਸੀਂ ਭਾਈ ਰਣਜੀਤ ਸਿੰਘ ਦੀ ਗੱਲਬਾਤ ਸੁਣਨੀ ਆ ਤੇ ਕੌਣ ਹੁੰਦਾ ਕੌਣ ਆ ਕੋਈ ਬੰਦਾ ਸਾਨੂੰ ਰੋਕਣ ਵਾਲਾ, ਉੱਦਣ ਇਹ ਮਲੰਗਾ ਨੇ ਉੱਥੋਂ ਆਉਣੋਂ ਵੀ ਹਟ ਜਾਣਾ। ਅੱਜ ਕਿਤੇ ਨਾ ਕਿਤੇ ਅਸੀਂ ਦੱਬਵੀਂ ਘੁੱਟਵੀਂ ਆਵਾਜ਼ ਦੇ ਵਿੱਚ ਇਹ ਗੱਲ ਕਹਿੰਦੇ ਤਾਂ ਹੈਗੇ ਆ ਪਰ ਹਲੇ ਹਿੱਕ ਠੋਕ ਕੇ ਨਹੀਂ ਕਹਿੰਦੇ। ਜਿੱਦਣ ਹਿੱਕ ਠੋਕ ਕੇ ਕਹਿਣ ਲੱਗ ਪਏ ਉੱਦਣ ਇਹਨਾਂ ਦੀ ਕਿੱਥੇ ਜ਼ਰੂਰਤ ਪੈਣੀ ਆ, ਉੱਦਣ ਭਾਈ ਰਣਜੀਤ ਸਿੰਘ ਨੂੰ ਵੀ ਨਹੀਂ ਬੋਲਣ ਦੀ ਲੋੜ ਪੈਣੀ, ਉੱਦਣ ਕਿਸੇ ਨੇ ਨਹੀਂ ਲੱਗੇ ਉੱਥੇ ਫੜਕਣਾ ਹੈਗਾ। ਅੱਜ ਸਿਰਫ ਉਹ ਬੰਦੇ ਤਾਂ ਹੀ ਆ ਰਹੇ ਆ ਕਿ ਸਾਡੇ ਬੰਦੇ ਹਲੇ ਇਸ ਗੱਲ ਨੂੰ ਮਤਲਬ ਕਲੀਅਰਲੀ ਨਹੀਂ ਕਹਿ ਰਹੇ ਵੀ ਹਾਂ ਅਸੀਂ ਸੁਣਨਾ ਆ ਤੇ ਸਾਨੂੰ ਸੁਣਨ ਤੋਂ ਕੋਈ ਰੋਕ ਨਹੀਂ ਸਕਦਾ। ਫਰਕ ਪੈ ਰਿਹਾ ਪਰ ਸਲੋ ਸਮਾਂ ਅੱਗੇ ਨਾਲੋਂ ਬਹੁਤ ਜ਼ਿਆਦਾ ਬਹੁਤ ਫਰਕ ਆ। ਆ ਦੀਵਾਨ ਦੇ ਵਿੱਚ ਦੇਖ ਹੀ ਲਿਆ ਤੁਸੀਂ, ਅਗਲੇ ਨੇ ਕਹਿਤਾ ਭਾਈ ਸਾਹਿਬ ਨੂੰ ਵੀ ਨਹੀਂ ਨਹੀਂ ਮੁੰਡੇ ਕਿੰਨੇ ਸਾਡੇ ਪਹੁੰਚ ਪਹੁੰਚ ਕੇ ਲਾਈਵ ਹੋਏ ਸੀਗੇ, ਮੈਂ ਕਿੰਨੇ ਕਮੈਂਟ ਦੇਖੇ ਇੱਕ ਪੁੱਛੇ ਦੂਜੇ ਨੂੰ ਵੀ ਕਿੱਦਾਂ ਤੂੰ ਆਉਣਾ ਆ, ਉਹ ਕਹਿੰਦਾ ਮੈਂ ਤਾਂ ਪਹੁੰਚਿਆ ਤੂੰ ਆ ਜਾ 2 ਘੰਟੇ ਪਹਿਲਾਂ। ਹਾਂ ਪਹੁੰਚ ਪਹੁੰਚ ਕੇ ਐਨ ਉੱਥੇ ਖੜੇ ਸੀਗੇ ਜਾ ਕੇ। ਹਾਂਜੀ ਵੀਰ ਜੀ। ਹਾਂਜੀ ਮੈਂ ਉਹੀ ਭਾਈ ਨਾਲੇ ਹੋਰ ਆਪਣੇ ਵੀ ਜਿੱਦਾਂ ਵੀਰਾਂ ਨੇ ਵੀ ਜਿੱਦਾਂ ਪਾਈਆਂ ਕਾਫੀ ਜਿੱਦਾਂ ਵੀਡੀਓ ਪਾਈਆਂ ਜਿੱਦਾਂ ਨਾ ਮਤਲਬ ਪੂਰੇ ਸਾਬਤ ਸੂਰਤ ਆ ਜਿੱਦਾਂ ਮਤਲਬ ਉਹਨਾਂ ਦੀ ਉਹ ਮਿਹਨਤ ਰਖਾਉਂਦਾ ਜਦੋਂ ਵੀਡੀਓ ਦੇ ਵਿੱਚ ਉਹ ਵੀਡੀਓ ਬਣਾ ਕੇ ਪਾਉਂਦੇ ਆ। ਚਲੋ ਜਿਹੜਾ ਮੋਨਾ ਬੰਦਾ ਆ ਉਹ ਗੱਲ ਕਰਦਾ ਪਰ ਉਹਦਾ ਉਹਨੂੰ ਇੰਨਾ ਉਹਦੀ ਇੰਨੀ ਵੈਲਿਊ ਨਹੀਂ ਹੋ ਜਾਂਦੀ ਜਿੰਨੀ ਸਾਬਤ ਸੂਰਤ ਜਦੋਂ ਉਹ ਗੱਲ ਸਿਆਣ ਚ ਰੱਖਦੇ ਆ। ਕਹਿਣ ਦਾ ਮਤਲਬ ਉਹ ਸਿੱਧੀ ਬਹੁਤ ਜ਼ਿਆਦਾ ਅਸਰ ਕਰਦੀ ਆ। ਮੈਂ ਤਾਂ ਇਹੀ ਰਿਕੁਐਸਟ ਕਰ ਹੋਰ ਵੀ ਵੀਰਾਂ ਨੂੰ ਜਿਹੜੇ ਵੀ ਸਾਡੇ ਪੂਰੇ ਗੁਰ ਸਿੱਖਿਆ ਵੱਧ ਤੋਂ ਵੱਧ ਪਾਉਣ, ਇਹਨਾਂ ਨੇ ਉੱਦਾਂ ਇਹਨਾਂ ਦਾ ਮਤਲਬ ਕਿ ਉਹ ਚੀਜ਼ ਬਹੁਤ ਮਰਾਲ ਡਾਊਨ ਕਰਦੀ ਇਹਨਾਂ ਦਾ, ਇਹਨਾਂ ਨੂੰ ਮਤਲਬ ਪਿੱਛੇ ਛੱਡਦੀ ਆ। ਤੇ ਦੂਜਾ ਬਾਜੀ ਵਿਚਾਰ ਦੀ ਜਿੱਦਾਂ ਗੱਲ ਕਰਦੇ ਵੀ ਵਿਚਾਰ ਕਰਨਾ ਬਾਜੀ ਇੰਨੀ ਦੁਨੀਆ ਸੁਣਦੀ ਉਹ ਵਿਚਾਰ ਇਹ ਹੁੰਦਾ ਵੀ ਤੁਸੀਂ 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 ਕੀ ਕਹਿੰਦਾ ਕਰਨਾ, ਇਹਨਾਂ ਨੇ ਕੀ ਕਰਨਾ ਵਿਚਾਰ ਕਰਨਾ। ਉਹ ਭਾਈ ਸਾਹਿਬ ਦੱਸ ਰਹੇ ਆ ਲੋਕ ਬਰਸੋਹਣੇ ਬੈਠੇ ਆ ਸਾਹਮਣੇ, ਉਹਨਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨੀ ਹੈਗੀ। ਤੁਹਾਡੀ ਗੱਲ ਸਹੀ ਆ, ਕੁਛ ਬਹਿ ਕੇ ਕਰਨ ਵਾਲੀ ਤਾਂ ਗੱਲ ਹੀ ਹੈ ਨੀ, ਉਹ ਤਾਂ ਜੋ ਬਹਿ ਕੇ ਜੋ ਕਰਨਾ ਉਹ ਤਾਂ ਗੁੰਡਾਗਰਦੀ ਕਹਿੰਦੇ ਉਹਨੂੰ, ਹੋਰ ਕੁਛ ਨੀ ਬਸ। ਹਾਂਜੀ ਭਾਜੀ ਇੱਕ ਆਖਰੀ ਗੱਲ ਸੀ ਵੱਡੇ ਦੀ ਕਰਨੀ ਸੀ ਮੈਂ, ਕਰ ਲਓ ਭਾਜੀ। ਹੈਲੋ ਹਾਂਜੀ ਭਾਜੀ, ਨਵੇਂ ਸਾਲ ਤੇ ਨਾ 3 ਤਰੀਕ 3 ਜਨਵਰੀ ਦਾ ਪ੍ਰੋਗਰਾਮ ਸੀਗਾ ਉਹਦਾ, ਤੇ ਉਹਦੇ ਚ ਪਹਿਲੇ 8-9 ਮਿੰਟ 2 ਮਿੰਟ ਦੀ ਗੱਲ ਆ ਉਹਦੇ ਵਿੱਚ, ਯਾਨੀ ਕਿ ਉਹ ਕਹਿੰਦਾ ਆਪ ਹੀ ਕਹਿੰਦਾ ਆਪਣੇ ਮੂੰਹੋਂ ਵੀ ਜਿੱਦਾਂ ਪੱਥਰ ਨੀ ਮਾਰੇ ਸੀ ਨਨਕਾਣਾ ਸਾਹਿਬ ਜਦੋਂ, ਉਹਦੇ ਰਿਲੇਟਡ ਜਾ ਕੇ ਗੱਲ ਕਰਦਾ ਤੇ ਮੁੜ ਕੇ ਆਪ ਕਹਿੰਦਾ ਕਹਿੰਦਾ ਸਾਡੇ ਸਿੱਖ ਆਪ ਹੀ ਜਾ ਕੇ ਲੱਤਾਂ ਡਾਉਂਦੇ ਆ, ਯਾਨੀ ਕਿ ਜਦੋਂ ਉਹ ਫਿਰ ਕੁਛ ਕਹਿੰਦੇ ਆ ਤੇ ਫਿਰ ਚੀਕਾਂ ਮਾਰਦੇ ਆ ਇਹ ਆਪਣੇ, ਮਤਲਬ ਸਾਰਾ ਯਾਨੀ ਕਿ ਕਿਹਾ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਬੀਜੇਪੀ ਕੋ ਕਿੰਨੀ ਪਾਵਰ ਆ, ਇਹਨਾਂ ਨੂੰ ਅੱਜ ਦੀ ਡੇਟ ਚ ਪਲਾਨ ਬਣਾ ਕੇ ਕੰਮ ਕਰਨਾ ਚਾਹੀਦਾ। ਜਦੋਂ ਇਹੀ ਗੱਲ ਭਿੰਡਰ ਵਾਲੇ ਦੇ ਢੁਕਦੀ ਆ ਵੀ ਉਦੋਂ ਕਾਂਗਰਸ ਸੀਗੀ ਸਰਕਾਰ ਤਾਂ ਸਰਕਾਰ ਹੀ ਸੀਗੀ ਭਾਜੀ, ਉਦੋਂ ਕਹਿੰਦੇ ਆ ਉਹ ਸਾਡਾ ਯੋਧਾ ਸੀਗਾ, ਅੱਜ ਯਾਨੀ ਕਿ ਜਦੋਂ ਬੀਜੇਪੀ ਦੇ ਲਈ ਆਪ ਉਹਨਾਂ ਦੇ ਹੱਕ ਚ ਗੱਲ ਕਰਦੇ ਆ ਵੀ ਇੰਨਾ ਦੋਗਲਾਪਨ ਵੀ ਮਤਲਬ ਹੋਣਾ ਨੀ ਚਾਹੀਦਾ ਬਿਲਕੁਲ, ਯਾਨੀ ਕਿ ਹਰ ਵੇਲੇ ਮਤਲਬ ਲੋਕਾਂ ਨੂੰ ਬੇਵਕੂਫ ਇੰਨਾ ਬਣਾ ਰਹੇ ਆ ਇਹ, ਯਾਨੀ ਕਿ ਆਪਾਂ ਲਾਇਸੈਂਸ ਆ ਗੱਡੀ ਦਾ ਬਣਾਉਂਦੇ ਆ, ਮਤਲਬ ਬੜਾ ਦੇਖ ਭਾਲ ਕੇ ਬੰਦੇ ਦੀ ਉਹਨੂੰ ਗੱਡੀ ਚਲਾਉਣ ਲਈ ਕਹਿੰਦੇ ਆ, ਲਰਨਰ ਤੋਂ ਬਾਅਦ ਉਹਦਾ ਡਰਾਈਵਿੰਗ ਟੈਸਟ ਹੁੰਦਾ ਆ,
ਫਿਰ ਉਹਨੂੰ ਗੱਡੀ ਚਲਾਉਣ ਦੀ ਮਤਲਬ ਦਿੱਤੀ ਜਾਂਦੀ ਹੈ ਨਾ ਪਰਮਿਸ਼ਨ। ਇਸ ਕਰਕੇ ਜਿੰਨੇ ਵੀ ਲੋਕ ਰੋਡ ਦੇ ਉੱਤੇ ਹੁੰਦੇ ਆ ਉਹਨਾਂ 'ਤੇ ਸਾਨੂੰ ਪਤਾ ਹੁੰਦਾ ਵੀ ਇੱਦਾਂ ਨਹੀਂ ਹੁੰਦਾ ਵੀ ਲਾਈਟਾਂ 'ਤੇ ਲਿਆ ਕੋਈ ਗੱਡੀ ਮਾਰ ਦਊਗਾ ਸਾਡੇ, ਸਾਨੂੰ ਪਤਾ ਹੈ ਵੀ ਜਿਹੜਾ ਵੀ ਬੈਠਾ ਲਾਇਸੈਂਸ ਲੈ ਕੇ ਬੈਠਾ। ਇੱਦਾਂ ਹੁਣ ਹੋਇਆ ਕਿ ਵੀ ਜਿਹੜਾ ਸੋਸ਼ਲ ਮੀਡੀਆ ਆ ਨਾ, ਸੋਸ਼ਲ ਮੀਡੀਆ ਦੇ ਵਿੱਚ ਹਰੇਕ ਹੀ ਮਤਲਬ ਜਿਹੜਾ ਜਿਹੜਾ ਲੰਡੀ ਬੁੱਚੀ ਆ, ਜਿਹੜਾ ਮਤਲਬ ਜਿਹਦੇ ਕੋਲ ਬਸ ਇੱਕ ਫੋਨ ਹੈਗਾ ਆ, ਕੰਪਿਊਟਰ ਹੈਗਾ, ਉਹਨੂੰ ਬੋਲਣ ਦੀ ਆਜ਼ਾਦੀ ਆ। ਉਹਨੇ ਕੋਈ ਇਹ ਆਊਟਕਮ ਨਹੀਂ ਦੇਖਣੀ ਹੈਗੀ ਵੀ ਮੇਰੇ ਬੋਲਾਂ ਦੇ ਨਾਲ ਕੀ ਆ, ਕਿ ਮਤਲਬ ਇਹ ਮੈਸੇਜ ਕਿਹਨੂੰ ਜਾ ਰਿਹਾ, ਕਿੱਦਾਂ ਜਾ ਰਿਹਾ ਆ, ਕੀ ਹੋਣਾ। ਜਿੱਦਾਂ ਹੁਣ ਆਪਾਂ ਲਾਇਸੈਂਸ ਦੀ ਗੱਲ ਕਰਦੇ ਹਾਂ, ਹਰ ਬੰਦੇ ਨੂੰ ਆਪਾਂ ਗੱਡੀ ਚਲਾਉਣ ਦੀ ਪਰਮਿਸ਼ਨ ਦੇ ਦਈਏ ਤਾਂ ਕੀ ਹੋਊਗਾ? ਇੱਕ ਦੂਜੇ ਚ ਵੱਜਦੇ ਫਿਰਾਂਗੇ, ਤੇ ਜਿਹਨਾਂ ਨੂੰ ਚਲਾਉਣੀ ਵੀ ਆਉਂਦੀ ਆ ਉਹਨਾਂ ਦੀ ਵੀ ਨੀ ਬਾਹ ਪੇਸ਼ ਜਾਣੀ, ਕਿਉਂਕਿ ਟ੍ਰੈਫਿਕ ਹੀ ਇੰਨਾ ਹੋ ਜਾਣਾ, ਟ੍ਰੈਫਿਕ ਹੀ ਹੋ ਜਾਣਾ। ਹੁਣ ਉਹ ਜਿਹੜਾ ਸੋਸ਼ਲ ਮੀਡੀਆ ਤੇ ਵੀ ਟ੍ਰੈਫਿਕ ਇੱਦਾਂ ਹੀ ਹੋਇਆ ਆ, ਓਵਰ ਫਲੱਡ ਹੋਇਆ ਸੋਸ਼ਲ ਮੀਡੀਆ, ਕਿਉਂਕਿ ਹਰ ਬੰਦਾ ਜਿਹੜਾ ਪਿੰਡ ਦੇ ਵਿੱਚ ਨਿਆਣਾ ਜਿਹੜਾ ਕਦੇ ਬੋਲਿਆ ਵੀ ਹੈ ਨਹੀਂ ਸੀਗਾ, ਜਿਹੜਾ ਆਪਣੇ ਆਪਣੇ ਘਰੋਂ ਨਹੀਂ ਨਿਕਲਦਾ ਪਰ ਉਹ ਵੀਡੀਓ ਪਾ ਦਿੰਦਾ ਕੋਈ ਨਾ ਕੋਈ। ਹੁਣ ਉਹ 'ਚ ਬੁਰਾਈ ਕੋਈ ਨਹੀਂ ਹੈਗੀ, ਮੈਂ ਕਹਿੰਦਾ ਕੋਈ ਗੱਲ ਨਹੀਂ, ਠੀਕ ਹੈ, ਬੋਲਣ ਦਾ ਹੱਕ ਤਾਂ ਹੈਗਾ ਹੀ ਆ ਸਾਰਿਆਂ ਨੂੰ, ਪਰ ਕਿਤੇ ਨਾ ਕਿਤੇ ਇਹ ਜ਼ਰੂਰ ਆ ਵੀ ਆਵਾਗਾਉਣ ਜਿਹੜਾ ਖੇਸਵਾ ਆ ਉਹ ਬਹੁਤ ਜ਼ਿਆਦਾ ਮਤਲਬ ਫੇਸਬੁੱਕ 'ਤੇ ਹੁਣ ਮਤਲਬ ਹੋ ਗਈ ਆ। ਅਤੇ ਜੇ ਪੱਡੇ ਹੁਣਾਂ ਦੀ ਤੁਸੀਂ ਅਕਲ ਦਾ ਪੱਧਰ ਦੇਖਦੇ ਆ ਤਾਂ ਦਿਮਾਗ ਆ ਉਹ, ਹੁਣ ਰਾਣਾ ਆ ਜਿਹੜਾ ਪਰਮਜੋਤ ਆ ਉਹ ਵਿਹਲਾ ਹੁੰਦਾ ਪਤੰਦਰ, ਉਹ 3-3 ਘੰਟੇ ਲਾਈਵ ਹੋ ਕੇ ਪਤਾ ਨਹੀਂ ਕਿਹੜੀਆਂ ਗੱਲਾਂ ਕਰਦਾ ਰਹਿੰਦਾ, ਹਨਾ, ਉਹ ਸਮਝ ਹੀ ਨਹੀਂ ਪੈਂਦੀ ਵੀ ਉਹਦੀ। ਹੁਣ ਤੁਸੀਂ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਹੁਣ ਉਹਦੇ 2-3 ਘੰਟੇ ਉਹਦੀਆਂ ਗੱਲਾਂ ਸੁਣੀਏ, ਪਰ ਅਗਲਾ ਲਾਈਵ ਹੋ ਕੇ ਕਰਦਾ ਉਹ। ਮੈਂ ਤਾਂ ਕਹਿੰਦਾ ਵੀ ਬਾਕੀ ਠੀਕ ਆ, ਤੁਹਾਡਾ ਪੁਆਇੰਟ ਤਾਂ ਮੈਂ ਸਮਝਦਾ ਉਸ ਗੱਲ ਦੇ ਵਿੱਚ, ਪਰ ਜਿੱਥੇ ਤੱਕ ਪੱਡੇ ਹੁਣਾਂ ਦੀ ਗੱਲ ਆ ਜਾਂ ਇਹ ਰਾਣਾ ਪਰਮਜੋਤ ਹੋ ਗਿਆ, ਇਹਨਾਂ ਨੂੰ ਮਤਲਬ ਉਹ ਗੱਲ ਆ ਵੀ ਵਿਹਲੇ ਹੈਗੇ ਆ, ਤਰਕ ਇਹਨਾਂ ਦੇ ਕੋਲ ਕੋਈ ਹੁੰਦਾ ਨਹੀਂ, ਅਤੇ ਆਪਣੇ ਬੈਠੇ ਜਿੱਦਾਂ ਕਹਿ ਲਓ ਵੀ ਆਪਣੀਆਂ ਕਮਲੀਆਂ ਛੱਡਦੇ ਰਹਿੰਦੇ ਆ। ਅਸਲ ਦੇ ਵਿੱਚ ਪੱਡੇ ਹੁਣਾਂ ਤੋਂ ਕੁਛ ਨਹੀਂ ਲੈਣਾ ਲੋਕਾਂ ਨੇ ਸੁਣਨੇ ਹੁੰਦੇ ਗਾਣੇ, ਲੋਕਾਂ ਨੇ ਸੁਣਨੀਆਂ ਹੁੰਦੀਆਂ ਮਸ਼ਹੂਰੀਆਂ ਜਿਹੜੀਆਂ ਪੱਡਾ ਦਿੰਦਾ, ਹੋਰ ਪੱਡੇ ਤੋਂ ਅਕਲ ਨਹੀਂ ਕਿਸੇ ਨੇ ਲੈਣੀ ਹੁੰਦੀ। ਜੇ ਉਹ ਬੰਦਾ ਟਵਾਣੇ ਦੀ ਗੱਲ ਨਹੀਂ ਸੁਣਦਾ, ਹਾਲਾਂਕਿ ਟਵਾਣੇ ਨੂੰ ਗੱਲਬਾਤ ਕਰਨ ਦਾ ਤਰੀਕਾ ਉਹਦੇ ਨਾਲੋਂ ਜ਼ਿਆਦਾ ਆਪਾਂ ਸਾਰਿਆਂ ਨੂੰ ਪਤਾ, ਪਰ ਉਹ ਕਦੇ ਵੀ ਤੁਸੀਂ ਦੇਖਿਓ ਵੀ ਉਹ ਟਵਾਣੇ ਦੀ ਗੱਲ ਕਿਸੇ ਪਾਸਿਓਂ ਪੂਰੀ ਨਹੀਂ ਹੋਣ ਦਿੰਦਾ। ਹੁਣ ਇੰਨੀ ਕੁ ਅਕਲ ਦਾ ਮਾਲਕ ਆ ਪੱਡਾ। ਚਲੋ ਠੀਕ ਆ ਬਾਈ, ਹਾਂਜੀ, ਥੈਂਕ ਯੂ ਜੀ। ਹਾਂਜੀ ਹਾਂਜੀ, ਆਪਾਂ ਵੀਡੀਓ ਜੇ ਉਹ ਕਰਨੀ ਆ ਤਾਂ ਕਰ ਲਈਏ, ਹੈ ਨਾ, ਫਿਰ ਵੀਡੀਓ ਕਰਨੀ ਆ ਸ਼ੁਰੂ, ਤੇ ਆਪਾਂ ਫੋਨ, ਕਿਉਂਕਿ ਵੀਡੀਓ ਵੀ 9-10 ਮਿੰਟ ਦੀ ਆ, ਟਾਈਮ ਵੀ ਸਾਡੇ ਕੋਲ 30 ਮਿੰਟ ਹੀ ਆ, ਤੇ ਆਪਾਂ ਫੋਨ ਹੁਣ ਨਾ ਹੀ ਲਈਏ, ਵੀਡੀਓ ਫੇਰ ਹੀ ਪੂਰੀ ਹੋਣੀ ਆ। ਇਹਦੇ ਨਾਲ ਨਾ ਜਿਹੜੀ ਇੱਕ ਵੀਡੀਓ ਆ, ਇਹਨੇ ਪ੍ਰੋਗਰਾਮ ਜਿਹੜੇ ਭਾਈ ਸਾਹਿਬ ਦੇ ਆਹ ਚੱਲੀ ਜਾਂਦੇ ਆ, ਇਹਨਾਂ ਤੋਂ ਥੋੜਾ ਜਿਹਾ ਟਾਈਮ ਪਹਿਲਾਂ ਇਹਨੇ ਆਹ ਵੀਡੀਓ ਕੱਢੀ ਸੀ, ਠੀਕ ਆ, ਵੀ ਇੱਦਾਂ ਕਰਕੇ ਵੀ ਇੱਦਾਂ ਕਰਕੇ ਜਵਾਬ ਦਿਓ। ਉਹਦੇ ਵਿੱਚ ਨਾ ਇਹਨਾਂ ਦਾ ਐਟੀਟਿਊਡ ਆ ਜਿਹੜਾ, ਜਿਹਦੀ ਉੱਦਾਂ ਠੀਕ ਆ, ਉਦੋਂ ਇੱਦਾਂ ਨਹੀਂ ਹੈਗਾ ਵੀ ਅਸੀਂ ਉਹਦੇ ਹਰੇਕ ਗੱਲ ਦਾ ਨਿੱਕੀ ਨਿੱਕੀ ਗੱਲ ਦਾ ਜਵਾਬ ਦੇਣ ਵੀ ਰੋਕ ਰੋਕ ਕੇ, ਉਹ ਸਾਰਿਆਂ ਨੂੰ ਪਤਾ ਹੀ ਵੀ ਜਿੰਦ ਬਰਾਲੀ ਕਿੰਨੀ ਕੁ ਅਕਲ ਦਾ ਮਾਲਕ ਹੈ, ਕਿੰਨੇ ਕੁ ਤਰਕ ਨਾਲ ਗੱਲ ਕਰਨ ਵਾਲਾ ਆ, ਪਰ ਮੇਨ ਤਾਂ ਅਸੀਂ ਇਹਨਾਂ ਦਾ ਐਟੀਟਿਊਡ ਦਿਖਾਉਣਾ ਆ। ਜਿਹੜੇ ਭਾਈ ਸਾਹਿਬ ਨਹੀਂ ਕਹਿੰਦੇ ਵੀ ਮੇਰੇ ਨਾਲ ਨਿੱਤ ਪਤਾ ਨਹੀਂ ਕਿੰਨੇ ਕੁ ਬੰਦੇ ਆਉਂਦੇ ਆ, ਜਿਹੜੇ ਆ ਕੇ ਬਹਿ ਕੇ ਵਿਚਾਰ ਕਰਦੇ ਆ, ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਆ, ਕਿੰਨੇ ਪੱਤਰਕਾਰ ਜਾ ਕੇ ਉਹਨਾਂ ਦੇ ਇੰਟਰਵਿਊ ਲੈ ਕੇ ਆਉਂਦੇ ਆ, ਸਾਰਾ ਕੁਝ ਉਹ ਵਿਚਾਰ ਹੀ ਆ, ਹੋਰ ਕੀ ਆ ਉਹ। ਪਰ ਇਹਨਾਂ ਬੰਦਿਆਂ ਦਾ ਐਟੀਟਿਊਡ ਦੇਖੋ ਤੁਸੀਂ ਇੱਦਾਂ ਦਾ। ਹੁਣ ਇੱਥੇ ਕਈ ਬੰਦੇ ਆਉਂਦੇ ਆ, ਅਸੀਂ ਉਹ ਕਹਿੰਦੇ ਵਿਚਾਰ ਕਰਨੀ ਤੁਹਾਡੇ ਨਾਲ, ਭਾਜੀ ਉਹਨਾਂ ਨੂੰ ਕਹਿੰਦੇ ਵੀ ਤੂੰ 10 ਮਿੰਟ ਆ, ਅਸੀਂ ਆਪਣੇ ਮੈਕ ਬੰਦ ਕਰ ਲੈਣੇ ਆ, ਸਾਡੇ ਬਾਰੇ ਜੋ ਤੂੰ ਕਹਿਣਾ ਆ ਉਹ ਤੂੰ ਲੋਕਾਂ ਨੂੰ ਦੱਸ ਦੇ, ਇੱਦਾਂ ਉਹ ਗੱਲ ਕਲੀਅਰ ਕਰਦੇ ਆਪਣੀ, ਅਸੀਂ ਆਪਣਾ ਅਸੀਂ ਚੁੱਪ ਰਵਾਂਗੇ, ਅਸੀਂ ਕੋਈ ਟਿੱਪਣੀ ਕਰਨੀ ਅਸੀਂ ਬਾਅਦ ਦੇ ਵਿੱਚ ਕਰ ਦੇਣੀ ਆ। ਪਰ ਜਦੋਂ ਇਹ ਵਿਚਾਰ ਇੱਥੇ ਮੰਨ ਲਓ ਦੂਰ ਬੈਠੇ ਹੋਣ ਦੇ ਬਾਵਜੂਦ ਵੀ ਜਦੋਂ ਵਿਚਾਰ ਕਰਨ ਲੱਗੀ ਦੀ ਆ, ਕਿੱਦਾਂ ਕਾਵਾਂ ਰੋਲੀ ਪਾਉਂਦੇ ਬੰਦੇ ਵਿੱਚ ਆ ਕੇ, ਇੱਦਾਂ ਤੁਹਾਨੂੰ ਲੱਗਦਾ ਵੀ ਉਸ ਟਾਈਮ ਉਹ ਸਾਨੂੰ ਵੀ ਅੱਕ ਕੇ ਗੱਲ ਕਹਿਣੀ ਪੈ ਜਾਂਦੀ, ਭਰਾਵਾ ਵੀ ਤੂੰ ਹੀ ਬੋਲਾ, ਹੈ ਨਹੀਂ ਕੋਈ ਇਲਾਜ। ਹੁਣ ਜਿਹੜਾ ਸਾਡਾ ਵਿਚਾਰ ਕਰਨ ਦਾ ਹੈਗਾ ਨਾ ਇਹਨਾਂ ਬੰਦਿਆਂ ਦੀ, ਤੁਸੀਂ ਆਪਦੀਆਂ ਮੀਟਿੰਗਾਂ ਦੇਖਿਓ। ਭਾਜੀ ਨੇ ਇੱਕ ਉਹਨਾਂ ਦੀ ਇਹਦੀ ਅਜਨਾਲੇ ਦੀ ਕੋਟ ਜੀ ਇੱਕ ਸ਼ੇਅਰ ਕੀਤੀ ਹੈ, ਇੱਦਾਂ ਵੀ ਉਹ ਗੱਲਬਾਤ ਕਰਦੇ ਇੱਦਾਂ ਬੈਠੇ, ਉਹਦੇ ਵਿੱਚ ਐਂਡ ਜੀ ਤੇ ਜਾ ਕੇ ਸੁਣੋ ਕਿੱਦਾਂ ਕਾਵਾਂ ਰੋਲੀ ਪਾਉਣ ਲੱਗਿਆ। ਉਹ 4 ਬੰਦੇ ਬੈਠੇ ਹੁੰਦੇ ਕੈਮਰੇ 'ਚ, ਉਹ ਵੀ ਮੰਨ ਲਓ ਕਿ ਸ਼ਾਇਦ ਉਹ ਜਿਹੜੇ ਕੈਮਰਿਆਂ 'ਤੇ ਬਹਿੰਦੇ ਉਹ ਇੱਕ ਦਫ਼ਤਰ ਦੇ ਵਿੱਚ ਨਹੀਂ, ਜਿਹੜੀ ਜਗ੍ਹਾ 'ਤੇ ਬੈਠੇ ਹੁੰਦੇ ਉੱਥੇ ਕੈਮਰੇ ਲਾ ਕੇ ਚੈਨਲ ਵਾਲਾ ਡਿਬੇਟ ਕਰਾਉਂਦਾ ਉਹਨਾਂ ਦੀ, ਉਸ ਡਿਬੇਟ ਦੇ ਵਿੱਚ ਕੀ ਹਾਲ ਬਣਦਾ ਇਹਨਾਂ ਦਾ, ਇੱਦਾਂ ਇੱਕ ਦੂਜੇ ਵਿੱਚ ਕਿੱਦਾਂ ਵੱਜਦੇ। ਫਿਰ ਤੁਸੀਂ ਉਹਨਾਂ ਬੰਦਿਆਂ ਦੇ ਨਾਲ ਫਿਰ ਵੀ, ਮੈਂ ਕਹਿਣਾ ਵੀ ਭਾਈ ਸਾਹਿਬ ਵੀ ਫਿਰ ਵੀ ਜਿਹੜੀ ਗੱਲ ਇਹਨਾਂ ਨੂੰ ਕਹੀ ਸੀ ਨਾ ਉਹਨਾਂ ਨੇ ਵੀ ਡਿਬੇਟ ਹੋ, ਮੰਨ ਲਓ ਵਿਚਾਰ ਹੋ ਸਕਦੀ ਇਹਨਾਂ ਬੰਦਿਆਂ ਦੇ ਨਾਲ ਜੇ ਐਟੀਟਿਊਡ ਆਪਣਾ ਬੰਦੇ ਸਧਾਰਨ। ਹੁਣ ਜਿੰਦ ਬਣਾਲੀ ਦੀ ਤੁਸੀਂ ਵੀਡੀਓ ਦੇਖਿਓ, ਇੱਦਾਂ ਤੁਸੀਂ ਦੇਖਿਓ ਵੀ ਆਹ ਐਟੀਟਿਊਡ ਵਿਚਾਰ ਕਰਨ ਵਾਲਾ ਕਿ ਛਿੱਤਰਾਂ ਵਾਲਾ ਐਟੀਟਿਊਡ ਹੈ ਇਹ। ਇੱਕ ਮੈਂ ਤੁਹਾਨੂੰ ਦੱਸ ਦਿਆਂ, ਥੋੜ੍ਹੇ ਦਿਨ ਪਹਿਲਾਂ ਹੈ ਨਾ ਇੱਕ ਬੜਾ ਇੱਥੇ
ਕਈ ਵਾਰ ਫੋਨ ਆਇਆ, ਚਲੋ ਗੱਲਬਾਤ ਨਹੀਂ ਹੋਈ ਤੇ ਮੈਂ ਕਿਹਾ ਚਲੋ ਆਫਲਾਈਨ ਉਹਦਾ ਫੋਨ ਆ ਜਿਹੜਾ ਚੱਕ ਲੈਣਾ ਤੇ ਕਹਿੰਦਾ ਭਾਜੀ ਫੋਨ ਨਾ ਪਲੀਜ਼ ਕੱਟਿਓ, ਮੈਂ ਗੱਲ ਜ਼ਰੂਰੀ ਕਰਨੀ ਆ, ਤੁਸੀਂ ਫੋਨ ਕੱਟ ਦਿੰਦੇ ਆ। ਮੈਂ ਕੋਈ ਨੀ ਤੂੰ ਕਰ ਲਾ ਆਪਣੀ ਗੱਲ, ਹੈ ਨਾ, ਠੀਕ ਹੈ। ਦੋ ਕੁ ਗੱਲਾਂ ਹੀ ਹੋਈਆਂ, ਤੀਜੀ ਗੱਲ ਤੇ ਕੋਈ ਗੱਲ ਚੱਲਦੀ ਸੀ ਤੇ ਮੈਂ ਕਿਹਾ ਵੀ ਜਰਨੈਲ ਸਿੰਘ ਜਿੱਦਾਂ ਭਿੰਡਰਾਂ ਵਾਲਾ, ਨਹੀਂ 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 ਭਿੰਡਰਾਂ ਵਾਲੇ ਕਹੋ, ਕਹਿੰਦਾ ਮੈਂ ਕਿਹਾ ਆ ਗਿਆ ਬਸ ਹੁਣ, ਫਿਰ ਦੋ ਕੁ ਗਾਲਾਂ ਖਾ ਕੇ ਗਿਆ। ਮਤਲਬ ਉਹ ਉਹ ਹਾਲ ਆ ਇਹਨਾਂ ਦਾ, ਪਹਿਲਾਂ ਭਾਜੀ ਭਾਜੀ ਕਹਿ ਕੇ ਵੀ ਤੂੰ ਕਹਿੰਦਾ ਵੀ ਮੇਰੀ ਗੱਲ ਸੁਣ ਲਓ, ਉਦੋਂ ਬਾਅਦ ਤੁਸੀਂ ਇਹ ਐਟੀਚਿਊਡ ਦਿਖਾਲਦੇ ਆ ਵੀ ਨਾ ਵੀ ਤੁਸੀਂ ਸਾਡੇ ਤਰੀਕੇ ਨਾਲ ਲੈਣਾ ਭਾਈ, ਇਹ ਇਹ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ ਹੈਗੀਆਂ। ਬਾਕੀ ਜਿੱਥੇ ਤੱਕ ਜਿੰਦ ਬਡਾਲੀ ਦੀ ਆ, ਸੁਣਦੇ ਹਾਂ ਗੱਲਬਾਤ, ਤੁਹਾਨੂੰ ਪਤਾ ਲੱਗੇ ਹੀ ਜਾਣਾ ਕਿੰਨੇ ਕਮੀਣੇ ਬੰਦੇ ਆ ਇਹ। ਅਸਲ ਦੇ ਵਿੱਚ ਪਤਾ ਗੱਲ ਕਰਦਿਆਂ ਕਰਦਿਆਂ ਤੇ ਇਹ ਬੰਦੇ ਆਪਣੀ ਔਕਾਤ ਆ ਜਿਹੜੀ ਉਹ ਚੇਤੇ ਭੁਲਾ ਦਿੰਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ 84 ਦੇ ਵਿੱਚ ਮੁੜ ਕੇ 5, 7, 8, 10 ਸਾਲ 78 ਤੋਂ ਲੈ ਕੇ ਜੋ ਵੀ 90 ਤੱਕ ਕੀ ਕੁਛ ਹੋਇਆ ਤੇ ਇਹਨਾਂ ਦੇ ਕਰਕੇ ਹੋਇਆ। ਜੇਕਰ ਹੈ ਨਾ ਉਹਦੀ ਭੋਰਾ ਵੀ ਇਹਨਾਂ ਨੂੰ ਸ਼ਰਮ ਹੋਵੇ, ਭੋਰਾ ਵੀ ਜੇ ਉਸ ਗੱਲ ਦੀ ਕਿਤੇ ਜ਼ਿੰਮੇਵਾਰੀ ਲੈਂਦੇ ਹੋਣ ਤਾਂ ਅੱਜ ਇਹ ਕੁੱਤਖਾਨਾ ਨਾ ਕਰਨ। ਪਰ ਨਹੀਂ, ਇਹ ਬੰਦਿਆਂ ਦੇ ਪਤਾ ਨਹੀਂ ਦਿਮਾਗਾਂ ਦੇ ਵਿੱਚ ਤੂੜੀ ਭਰੀ ਆ, ਕੋਈ ਇੱਕ ਸਿੰਗਲ ਗੱਲ ਵੀ ਕਿਤੇ ਦਿਮਾਗ ਦੇ ਵਿੱਚ ਨਹੀਂ ਇਹਨਾਂ ਦੇ ਗਈ, ਤਾਂ ਹੀ ਇਹਨਾਂ ਦਾ ਐਟੀਚਿਊਡ ਇੰਨਾ ਹਰਾਮਜਦਗੀ ਭਰਿਆ ਆ। ਬਾਕੀ ਤੁਸੀਂ ਸੁਣੀ ਲੈਣਾ ਵੀਡੀਓ ਦੇ ਵਿੱਚ। ਜਿਹੜੇ ਦੋਨੇ ਸਾਡੇ ਨਾਲ ਵੀਰ ਹੈਗੇ ਆ ਲਾਈਨ ਦੇ ਉੱਤੇ, ਅਸੀਂ ਮਾਫ਼ੀ ਚਾਹੁੰਦੇ, ਅਸੀਂ ਫੋਨ ਨਹੀਂ ਲੈਣਾ ਹੁਣ ਅਤੇ ਇਹ ਫੋਨ ਹੁਣ ਹੋਲਡ ਹੀ ਰਹਿਣਾ, ਨਾ ਕਿਸੇ ਹੋਰ ਦਾ ਲੱਗਣਾ ਆ। ਉਹ ਵੀਰ ਭਾਵੇਂ ਇੱਦਾਂ ਹੀ ਫੋਨ ਸੁਣ ਲੈਣ ਅਤੇ ਚਾਹੇ ਫੋਨ ਕੱਟ ਕੇ ਉਦਾਂ ਐਪ ਰਾਹੀਂ ਸੁਣ ਲੈਣ। ਅਸੀਂ ਆ ਵੀਡੀਓ ਕੰਪਲੀਟ ਹੋ ਗਈ, ਉਦੋਂ ਬਾਅਦ ਜੇ 2-4 ਮਿੰਟ ਬਚੇ ਤਾਂ ਗੱਲਬਾਤ ਕਿਸੇ ਨਾਲ ਹੋ ਜਾਣੀ ਆ, ਪਰ ਉਦੋਂ ਪਹਿਲਾਂ ਨਹੀਂ ਹੋਣੀ। ਹਾਂਜੀ ਵੀਰ, ਵੀਡੀਓ ਸੁਣਦੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸਾਰੇ ਵੀਰਾਂ ਦੇ ਕਿੱਦਾਂ ਠੀਕ ਠਾਕ ਹੋ, ਚੜ੍ਹਦੀ ਕਲਾ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਰਣਜੀਤ ਸਿੰਘ ਟਿੱਡਰੀਆਂਵਾਲ ਦਾ ਕਾਫੀ ਵਿਵਾਦ ਖੜਾ ਹੋਇਆ ਵਾ ਤੇ ਇਹਨਾਂ ਦਾ ਦੀਵਾਨ ਸੀ ਪਿੰਡ ਗਿੱਦੜਵਾਨੀ, ਜਿਹੜਾ ਤਾਂ ਮੈਨੂੰ ਪਤਾ ਨਹੀਂ ਕਿਹੜਾ ਉਹ, ਤੇ ਥੋੜੀ ਜਿਹੀ ਹਾਸੀ ਵੀ ਆਉਂਦੀ ਹੈ ਗੱਲ ਕਰਨ ਲੱਗਿਆ। ਇਹਨਾਂ ਦੀ ਇੱਕ ਥੋੜੇ ਚਿਰ ਪਹਿਲਾਂ ਇਹਨਾਂ ਦੇ ਪੇਜ ਉੱਤੇ ਇੱਕ ਫੋਟੋ ਪਾਈ ਸੀਗੀ ਇਹਨਾਂ ਨੇ, ਇਹਦੇ ਵਿੱਚ ਕੁਛ ਏਦਾਂ ਦਾ ਲਿਖਿਆ ਸੀ ਕਿ ਅਸੀਂ ਹਾਥੀਆਂ ਦੇ ਨਾਲ ਮੱਥੇ ਲਾਉਣ ਜੋਗੇ ਹੋ ਗਏ ਹਾਂ ਤੇ ਅਸੀਂ ਕਹਿੰਦਾ ਨਵਾਬੀਆਂ ਨੂੰ ਠੋਕਰ ਮਾਰਨ ਜੋਗੇ ਹੋ ਗਏ ਹਾਂ, ਏਦਾਂ ਦਾ ਕੁਛ ਲਿਖਿਆ ਹੋਇਆ ਸੀ। ਮਤਲਬ ਆਪਣੇ ਆਪ ਨੂੰ ਨਾ ਇੱਕ ਬਹੁਤ ਵੱਡਾ ਹੀਰੋ ਸਾਬਿਤ ਕਰਨ ਲਈ ਉਹ ਲਿਖਿਆ ਗਿਆ ਸੀ ਪੋਸਟਰ ਜਿਹਾ, ਹੈ ਨਾ। ਹੁਣ ਗਿੱਦੜਵਾਨੀ ਪਿੰਡ ਦੇ ਵਿੱਚ ਦੀਵਾਨ ਤੇ ਉੱਥੇ ਵਿਰੋਧ ਹੋ ਰਿਹਾ ਭਾਈ ਸਾਹਿਬ ਜੀ ਦਾ, ਉੱਧਰ ਨਿਹੰਗ ਸਿੰਘ ਵੀ ਉੱਥੇ ਆ ਕੇ ਬੈਠ ਗਏ ਆ, ਭਾਈ ਅਮਰੀਕ ਸਿੰਘ ਜਨਾਲਾ ਉਹ ਵੀ ਉੱਥੇ ਵਿਰੋਧਤਾ ਦੇ ਵਿੱਚ ਗਏ ਆ ਤੇ ਹੁਣ ਭਾਈ ਸਾਹਿਬ ਦੀ ਇੱਕ ਵੀਡੀਓ ਆਈ ਆ 5-7 ਮਿੰਟ ਦੀ, ਜਿਹਦੇ ਵਿੱਚ ਆਪਣੀ ਹੱਡ ਵੀ ਤੀਜੀ ਸੁਣਾਉਣ ਲੱਗੇ ਹੋਏ ਆ ਤੇ ਪ੍ਰਸ਼ਾਸਨ ਨੂੰ ਵੀ ਕਾਫੀ ਔਖੇ ਹੁੰਦੇ ਹੋਏ ਨਜ਼ਰ ਆ ਰਹੇ ਉਹਦੇ ਵਿੱਚ। ਹੁਣ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਦੇਖ ਸਾਰੇ ਸੰਗਤ ਨੂੰ ਵੀ ਮੈਂ ਪੁੱਛਣੀ ਚਾਹੁੰਦਾ ਗੱਲ, ਦੇਖੋ ਯਾਰ ਇੱਕ ਬੰਦੇ ਕਰਕੇ ਇੱਕ ਵਿਵਾਦ ਖੜਾ ਹੋਇਆ ਪੰਥ ਦੇ ਵਿੱਚ, ਹੈ ਨਾ, ਇਹ ਸਭ ਨੂੰ ਪਤਾ। ਹੁਣ ਭਾਈ ਰਣਜੀਤ ਸਿੰਘ ਨੂੰ ਪਤਾ ਕਿ ਮੇਰੇ ਕਰਕੇ ਇਹ ਵਿਵਾਦ ਖੜਾ ਹੋਇਆ ਤੇ ਇਹਨੇ ਹਰ ਇੱਕ ਨੂੰ ਹਰ ਇੱਕ ਉੱਤੇ ਦੂਸ਼ਣਬਾਜ਼ੀ ਕੀਤੀ, ਮਤਲਬ ਕਿ ਪੂਰੇ ਸਿੱਖ ਸਿਸਟਮ ਉੱਤੇ ਇਹਨੇ ਇੱਕ ਉਂਗਲ ਚੁੱਕੀ ਆ ਜਾਂ ਨਕਾਰ ਦਿੱਤਾ ਇਸ ਚੀਜ਼ ਨੂੰ, ਹੈ ਨਾ, ਰੱਬ ਨੂੰ ਵੀ ਨਕਾਰ ਦਿੱਤਾ ਤੇ ਫਿਰ ਤਾਂ ਇਹਦਾ ਵਿਰੋਧ ਹੋਣਾ ਹੀ ਸੀ। ਜੇ ਬੰਦਾ ਇਹ ਕਹਿੰਦਾ ਆ ਵੀ ਇਸ ਬੰਦੇ ਨੇ ਸਾਰੀਆਂ ਚੀਜ਼ਾਂ ਨੂੰ ਨਕਾਰ ਦਿੱਤਾ ਆ, ਜਦੋਂ ਅਸੀਂ ਪਹਿਲਾਂ ਵੀ ਕਿੰਨੀ ਵਾਰੀ ਇਹ ਗੱਲ ਬਾਰ ਬਾਰ ਰਿਪੀਟ ਕਰਨੀ ਪੈਂਦੀ ਹੈ ਵੀ ਜਿੱਦਣ ਗੁਰੂ ਪਾਤਸ਼ਾਹ ਨੇ ਸ਼ੁਰੂ ਕੀਤੀ ਗੁਰਬਾਣੀ ਗੱਲ ਕਰਨੀ ਸ਼ੁਰੂ ਕੀਤੀ, ਉਹਨਾਂ ਨੇ ਕਿਹੜੇ ਬੰਦੇ ਨੂੰ ਬਖਸ਼ਿਆ ਉਸ ਟਾਈਮ ਉਸ ਇਲਾਕੇ ਜਿੱਥੇ ਵੀ ਭਾਈ ਉਹ ਆਪਣੇ ਗੁਰੂ ਨਾਨਕ ਸੀਗੇ ਉਸ ਏਰੀਏ ਦੇ ਵਿੱਚ ਕਿਹੜਾ ਇੱਕ ਇੱਦਾਂ ਦਾ ਬੰਦਾ ਸੀਗਾ, ਕਿਹੜੀ ਇੱਕ ਇੱਦਾਂ ਦੀ ਸੰਪਰਦਾ ਸੀਗੀ ਜਿਹਨੂੰ ਬਖਸ਼ ਦਿੱਤਾ ਉਹਨਾਂ ਨੇ, ਜਿਹਦੇ ਉੱਤੇ ਕਿੰਤੂ ਨਹੀਂ ਕੀਤਾ ਉਹਨਾਂ ਨੇ, ਕੁਛ ਹੈ ਇੱਦਾਂ ਦਾ ਮਿਲ ਜਾਣਾ ਆ। ਹੁਣ ਇਹ ਬੰਦੇ ਜਿਹੜੀ ਬਾਰ ਬਾਰ ਕਹਿ ਰਹੇ ਆ ਨਾ ਵੀ ਰਣਜੀਤ ਸਿੰਘ, ਇਹ ਗੱਲ ਪਿੱਛੇ ਨਾ 2-3 ਪ੍ਰੋਗਰਾਮ ਪਹਿਲਾਂ ਆਪਣੇ ਸ਼ਾਇਦ ਸਤਨਾਮ ਭਾਜੀ ਨਾਲ ਗੱਲ ਚੱਲਦੀ ਸੀ ਭਾਜੀ ਦੀ, ਉਹਦੇ ਵਿੱਚ ਗੱਲ ਹੋਈ ਵੀ ਕਿਸੇ ਟਾਈਮ ਦੇ ਵਿੱਚ ਸਾਹਿਬ ਸਿੰਘ ਇਹਨਾਂ ਬੰਦਿਆਂ ਵਾਸਤੇ ਬਹੁਤ ਇੱਦਾਂ ਭੈੜਾ ਨਾਸਤਕ ਕਿੰਨਾ ਕੁ, ਜਿਹਨਾਂ ਨੇ ਟੀਕਾ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਉਹਨੂੰ ਨਾਸਤਕ ਕਹਿੰਦੇ ਸੀ, ਉਹਨੂੰ ਇੱਦਾਂ ਕਹਿੰਦੇ ਸੀ ਵੀ ਬਹੁਤ ਗਲਤ ਅਰਥ ਕੀਤੇ ਇਸ ਬੰਦੇ ਨੇ। ਸਮਾਂ ਬੀਤਦਾ ਗਿਆ ਹੁਣ ਇਹ ਸਾਹਿਬ ਸਿੰਘ ਬਾਰੇ ਕੀ ਸੋਚ ਰੱਖਦੇ ਆ, ਹੁਣ ਕਹਿੰਦੇ ਵੀ ਠੀਕ ਹੈ ਜੀ ਉਹਨਾਂ ਦੇ ਅਰਥ ਹੀ ਕਹਿੰਦੇ ਘੱਟੋ ਘੱਟ ਲੈ ਲਵੋ। ਉਹਦਾ ਕਾਰਨ ਇਹ ਆ ਵੀ ਸਮਾਂ ਬਦਲ ਰਿਹਾ ਆ, ਗੱਲ ਹੋਰ ਗਾਂਧੀ ਹੋਣ ਲੱਗ ਕੇ ਪਿੱਛੇ ਦੀਆਂ ਗੱਲਾਂ ਨੂੰ ਜਜ਼ਬ ਕਰਨ ਲੱਗ ਗਏ ਬੰਦੇ। ਗਿਆਨੀ ਦਿੱਤ ਸਿੰਘ ਵਰਗਿਆਂ ਨੂੰ 100 ਸਾਲ ਪਹਿਲਾਂ ਛੇਕਦੇ ਆ, 100 ਸਾਲ ਬਾਅਦ ਕਹਿੰਦੇ ਅਸੀਂ ਪੰਥ ਦੇ ਵਿੱਚ ਵਾਪਸ ਲੈਂਦੇ, ਮਤਲਬ ਕਿ ਉਸ ਟਾਈਮ ਦੇ ਵਿੱਚ ਵੀ ਖਲਲ ਪਿਆ ਇਸ ਗੱਲ ਦਾ ਵੀ ਗਿਆਨੀ ਦਿੱਤ ਸਿੰਘ ਇੱਦਾਂ ਦੀ ਗੱਲ ਕਿੱਦਾਂ ਕਰ ਸਕਦਾ ਆ। ਕੀ ਧੁੰਦੇ ਹੋਰਾਂ ਦੇ ਦੀਵਾਨ ਤੇ ਇਹਨਾਂ ਨੂੰ ਇਤਰਾਜ਼ ਨਹੀਂ ਹੋਇਆ ਕਿਤੇ? ਇੱਦਾਂ ਪੰਥ ਪ੍ਰੀਤ ਹੋਣੀ ਆ, ਕੱਗੇ ਹੋਣੀ ਆ, ਕਾਲੇ ਅਫਗਾਨੀ ਹੋਣੀ ਆ, ਦਰਸ਼ਨ ਸਿੰਘ ਹੈ, ਕੀ ਇਹਨਾਂ ਦੇ ਉੱਤੇ ਇਹਨਾਂ ਨੂੰ ਹੋਇਆ ਨਹੀਂ ਕੋਈ ਇਹਨਾਂ ਦਾ? ਗੱਲ ਕੀ ਸੀ ਵੀ ਅੱਜ ਰਣਜੀਤ ਸਿੰਘ ਜਦੋਂ ਗੱਲ ਕਰਨ ਲੱਗੇ ਹੈ ਨਾ
ਇਹਨਾਂ ਨੇ ਜਜ਼ਬ ਕਰ ਲਿਆ ਉਹਨਾਂ ਨੂੰ ਵੀ ਇੰਨਾ ਕੁ ਅਸੀਂ ਕਿੰਤੂ ਪ੍ਰੰਤੂ ਆ ਜਿਹੜਾ ਜਰ ਲੈਣਾ ਆ ਜਿੰਨਾ ਕੁ ਦਰਸ਼ਨ ਸਿੰਘ ਧੁੰਦਾ ਮਾਝੀ ਢਪਾਲੀ ਹੋਣੀ ਕਰਦੇ ਆ ਇੰਨਾ ਕੁ ਠੀਕ ਆ ਵੀ ਘੱਟੋ ਘੱਟ ਕਹਿੰਦੇ ਤੁਸੀਂ ਉਹਨਾਂ ਜਿੰਨਾ ਕਰ ਲਵੋਗੇ ਠੀਕ ਆ ਉਹ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਜੇ ਉਹਨਾਂ ਜਿੰਨਾ ਕਰਨਗੇ ਤਾਂ ਉਹਨਾਂ ਨੂੰ ਕਿਸੇ ਵੀ ਟਾਈਮ ਆਪਣੇ ਗਲਾਵੇ ਦੇ ਵਿੱਚ ਉਹ ਬੰਦੇ ਲੈ ਸਕਦੇ ਆ ਹੁਣ ਤੁਸੀਂ ਢਿੱਲੋਂ ਵਰਗਿਆਂ ਦੀ ਦੇਖ ਲਓ ਇੰਟਰਵਿਊ ਦੇ ਵਿੱਚ ਜਿਹੜੇ ਸਿੱਧੇ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਦਰਬਾਰ ਸਾਹਿਬ ਦੇ ਬਾਰੇ ਇਮਾਰਤ ਨਹੀਂ ਬਖਸ਼ ਸਕਦੇ ਕਿਉਂਕਿ ਉਹ ਇਜ਼ਰਾਈਲ ਉੱਥੇ ਰੋਂਦੇ ਆ ਇੱਦਾਂ ਹੀ ਮੱਕੇ ਦੇ ਵਿੱਚ ਮੁਸਲਮਾਨ ਜਾਂਦੇ ਆ ਇੱਦਾਂ ਸਾਡੇ ਸਿੱਖਾਂ ਵਾਸਤੇ ਇਹ ਹੈਗਾ ਆ ਫੇਰ ਸਿਸਟਮ ਦੇ ਉੱਤੇ ਧਰਮ ਖੜਦਾ ਆ ਹੁਣ ਉਹਨਾਂ ਬੰਦਿਆਂ ਦੇ ਜਿਹੜੇ ਉਹਨਾਂ ਬੰਦਿਆਂ ਨੇ ਕਿੰਤੂ ਕਰਨੇ ਆ ਇਹਨਾਂ ਬੰਦਿਆਂ ਨੂੰ ਕੀ ਇਤਰਾਜ਼ ਹੋਣਾ ਉਹਨਾਂ ਦਾ ਕਿਉਂਕਿ ਜਿਹੜਾ ਰਣਜੀਤ ਸਿੰਘ ਅੱਜ ਕਿੰਤੂ ਪ੍ਰੰਤੂ ਕਰਦੇ ਆ ਜਿਹੜੇ ਰਣਜੀਤ ਸਿੰਘ ਸਵਾਲ ਚੱਕਦੇ ਆ ਨਾ ਉਹ ਇਹਨਾਂ ਦਾ ਸਾਰਾ ਜਿਹੜਾ ਧਾਮ ਝਾਮ ਹੁਣ ਤੱਕ ਬਣਿਆ ਹੋਇਆ ਆ ਹੁਣ ਤੱਕ ਦਾ ਜਿਹੜਾ ਸਿਸਟਮ ਹੁਣ ਤੱਕ ਜਿਹੜਾ ਕਬਜ਼ਾ ਇਹਨਾਂ ਨੇ ਕੀਤਾ ਹੋਇਆ ਆ ਉਹ ਟੁੱਟਦਾ ਆ ਹੁਣ ਇਹ ਗੱਲ ਕਹਿਣੀ ਵੀ ਉਹ ਇੱਕ ਬੰਦੇ ਕਰਕੇ ਅਸੀਂ ਜੇ ਅਸੀਂ ਇੱਦਾਂ ਮੰਨ ਲਓ ਅਸੀਂ ਇਹ ਸਵਾਲ ਪੁੱਛੀਏ ਵੀ ਇਹਨਾਂ ਇੱਕ ਟਕਸਾਲੀਆਂ ਕਰਕੇ ਹੀ ਸਾਡੀ ਕੌਮ ਦੀ ਆ ਦੁਰਦਸ਼ਾ ਹੋਈ ਵੀ ਆ ਨਹੀਂ ਹੋਈ ਤਾਂ ਇਹ ਬੰਦੇ ਦੱਸਣ ਵੀ 84 ਦੇ ਵਿੱਚ ਇਹਨਾਂ ਦੀਆਂ ਸਾਰੀਆਂ ਕਮੀਨੀਆਂ ਤੋਂ ਇਹਨਾਂ ਦੇ ਸਾਰੇ ਐਟੀਟਿਊਡ ਤੋਂ ਸਾਰੀਆਂ ਬਦਬਖਤੀਆਂ ਤੋਂ ਇਹ ਗੱਲ ਦਿਨ ਬੋ ਦਿਨ ਕਲੀਅਰ ਹੋ ਰਹੀ ਆ ਮੈਂ ਤਾਂ ਪਹਿਲਾਂ ਵੀ ਦੋ ਤਿੰਨ ਵਾਰੀ ਇਹ ਗੱਲ ਰੇਡੀਓ 'ਤੇ ਕਰ ਚੁੱਕਾ ਵੀ ਜਿਹੜੇ ਉਸ ਟਾਈਮ 84 ਦੇ ਵਿੱਚ ਜਿਹੜੇ ਆਮ ਲੋਕ ਜਿਨ੍ਹਾਂ ਦੀ ਏਜ ਉਸ ਟਾਈਮ 20+ ਸੀਗੀ ਉਹਨਾਂ ਬੰਦਿਆਂ ਦਾ ਇਮਾਨਦਾਰੀ ਦੇ ਨਾਲ ਕੋਈ ਬੰਦਾ ਨਾ ਉਹਨਾਂ ਨੂੰ ਪਤਾ ਨਾ ਲੱਗੇ ਵੀ ਅਸੀਂ ਕੋਈ ਰਿਕਾਰਡਿੰਗ ਕਰ ਰਹੇ ਹਾਂ ਅਸੀਂ ਕੋਈ ਤਾਂ ਸਾਡਾ ਸਰਵੇ ਜਾ ਰਿਹਾ ਆ ਤੁਸੀਂ ਸਰਵੇ ਕਰਕੇ ਦੇਖੋ ਵੀ ਉਹਦੇ ਵਿੱਚੋਂ ਕਿੰਨੇ ਪਰਸੈਂਟ ਬੰਦੇ ਆ ਜਿਹੜੇ ਉਸ ਟਾਈਮ ਨੂੰ ਸਹੀ ਦੱਸ ਰਹੇ ਜਿਨ੍ਹਾਂ ਨੇ ਅੱਖੀ ਦੇਖਿਆ ਉਹ ਟਾਈਮ ਨੂੰ ਇੱਦਾਂ ਅਸੀਂ ਇਹਨਾਂ ਦੀਆਂ ਇੱਦਾਂ ਵਾਰਾਂ ਸੁਣ ਕੇ ਇੱਦਾਂ ਸੁਣ ਕੇ ਆਪਣੇ ਘਰਦਿਆਂ ਨਾਲ ਵੀ ਆਪਣੇ ਰਿਸ਼ਤੇਦਾਰਾਂ ਨਾਲ ਆਸੇ ਪਾਸੇ ਦੇ ਨਾਲ ਇੱਦਾਂ ਸਿੰਘ ਫਸਾਉਂਦੇ ਰਹੇ ਵੀ ਨਹੀਂ ਉਹ ਸੂਰਮੇ ਸੀ ਨਹੀਂ ਉਹ ਯੋਧੇ ਸੀ ਪਰ ਉਹਨਾਂ ਕੋਲ ਉਹ ਸ਼ਬਦ ਨਾ ਹੋਣ ਕਰਕੇ ਉਹ ਸਾਨੂੰ ਐਕਸਪਲੇਨ ਤਾਂ ਨਹੀਂ ਕਰ ਸਕੇ ਪਰ ਕਿਤੇ ਨਾ ਕਿਤੇ ਉਹਨਾਂ ਬੰਦਿਆਂ ਨੂੰ ਪਤਾ ਸੀਗਾ ਵੀ ਇਸ ਬੰਦੇ ਕਰਕੇ ਅਸੀਂ ਬਹੁਤ ਬੈਕਫੁੱਟ ਦੇ ਉੱਤੇ ਆ ਗਏ ਹਾਂ ਇੱਥੇ ਮੈਨੂੰ ਮੈਂ ਕਹਿੰਦਾ ਅੰਮ੍ਰਿਤਸਰ ਦੇ ਏਰੀਏ ਦੇ ਜਿੰਨੇ ਵੀ ਇੱਥੇ ਮੈਨੂੰ ਮਿਲੇ ਨਾ ਨਿਊਜ਼ੀਲੈਂਡ ਦੇ ਵਿੱਚ ਇੱਕ ਵੀ ਬੰਦਾ ਨਹੀਂ ਉਦਾਂ ਦਾ ਮਿਲਿਆ ਜਿਹੜਾ ਬੰਦਾ ਇਹਨਾਂ ਦੇ ਹੱਕ ਦੇ ਵਿੱਚ ਭੁਗਤਦਾ ਹੋਵੇ ਜਿਹੜੇ ਹੱਕ ਦੇ ਵਿੱਚ ਭੁਗਤ ਰਹੇ ਆ ਉਹਨਾਂ ਦੇ ਕਿਤੇ ਨਾ ਕਿਤੇ ਜਾ ਕੇ ਨਿੱਜੀ ਮੁਫਾਦ ਜੁੜੇ ਹੋਏ ਆ ਇਹਨਾਂ ਦੀਆਂ ਕਿਸ ਜਿਹੜੀਆਂ ਕਲੋਜ਼ ਫੈਮਲੀਆਂ ਦੇ ਵਿੱਚੋਂ ਹੋਣ ਕਰਕੇ ਹੋ ਸਕਦੇ ਆ ਨਹੀਂ ਆਮ ਬੰਦਾ ਨਹੀਂ ਤੁਹਾਨੂੰ ਮਿਲਣਾ ਜਿਹੜਾ ਇਹਨਾਂ ਨੂੰ ਕਹਿ ਸਕੇ ਵੀ ਇਹਨਾਂ ਦੇ ਕਰਕੇ ਕੋਈ ਇਹਨਾਂ ਸਾਡਾ ਉਸ ਟਾਈਮ ਫਾਇਦਾ ਹੋਇਆ ਸਾਰੇ ਬੰਦੇ ਨੂੰ ਉਹ ਗੱਲ ਕਲੀਅਰ ਆ ਤੇ ਫਿਰ ਕੀ ਸਾਡਾ ਨਹੀਂ ਇਹ ਸਵਾਲ ਬਣਦਾ ਵੀ ਇਸ ਇੱਕ ਜਥੇਬੰਦੀ ਕਰਕੇ ਸਾਡਾ ਪੰਜਾਬ ਸਾਡਾ ਸਿੱਖ ਸਮਾਜ ਸਾਡਾ ਸਿੱਖ ਭਾਈਚਾਰਾ ਕਿੰਨਾ ਪਿੱਛੇ ਚੱਲ ਗਿਆ ਆ ਸਾਡੀ ਨੌਜਵਾਨੀ ਦਾ ਕਿੰਨਾ ਘਾਣ ਹੋਇਆ ਕਿੰਨੇ ਘਰ ਉੱਜੜੇ ਆ ਉਹ ਸਿਰਫ ਇੱਕ ਜਥੇਬੰਦੀ ਕਰਕੇ ਅੱਜ ਉਸ ਇੱਕ ਜਥੇਬੰਦੀ ਤੇ ਸਵਾਲ ਹੋਣ ਲੱਗੇ ਤਾਂ ਅੱਜ ਇਹਨਾਂ ਦੀਆਂ ਚੀਕਾਂ ਨਿਕਲ ਰਹੀਆਂ ਆ ਤਾਂ ਕਰਕੇ ਵਾਰੀ ਵਾਰੀ ਕਹਿੰਦੇ ਵੀ ਰਣਜੀਤ ਸਿੰਘ ਇੱਕ ਹੀ ਸਵਾਲ ਕਿਉਂ ਕਰ ਰਿਹਾ ਨਹੀਂ ਭਾਈ ਇੱਕ ਤਾਂ ਕਰ ਰਿਹਾ ਕਿਉਂਕਿ ਬਾਕੀ ਦੀਆਂ ਲੱਤਾਂ ਜਵਾਬ ਦੇ ਗਈਆਂ ਆ ਬਾਕੀ ਦੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਗੀਆਂ ਰਣਜੀਤ ਸਿੰਘ ਚੱਲ ਰਿਹਾ ਉਸ ਗੱਲ ਨੂੰ ਇੱਦਾਂ ਬਿਲਕੁਲ ਨਾਲੇ ਹਾਂਜੀ ਜਿਹੜੀ ਇਹ ਗੱਲ ਕਰਦਾ ਨਾ ਵੀ ਭਾਈ ਸਾਹਿਬ ਨੇ ਫੋਨ ਕੀਤਾ ਸਾਰਿਆਂ ਨੂੰ ਦੇਖੋ ਜਿਹੜਾ ਇੱਕ ਜ਼ਿੰਮੇਵਾਰ ਆਗੂ ਹੁੰਦਾ ਆ ਉਹਨੇ ਕਰਨਾ ਹੀ ਕਰਨਾ ਆ ਵੀ ਮੈਂ ਮੇਰੀ ਜ਼ਿੰਮੇਵਾਰੀ ਆ ਮੈਂ ਦੇਖਾਂ ਆਲੇ ਦੁਆਲੇ ਕੀ ਹਾਲਾਤ ਆ ਕਿਉਂਕਿ ਸਾਰੀ ਗੱਲ ਨੂੰ ਲੀਡ ਉਹ ਕਰ ਰਹੇ ਆ ਹਨਾ ਜਿਹੜੀ ਇੱਕ ਹੋਰ ਗੱਲ ਆ ਨਾ ਬਈ ਟਕਸਾਲ ਦੀ ਆਪਾਂ ਗੱਲ ਕਰਦੇ ਹਾਂ ਬਈ ਇਹਨਾਂ ਨੇ ਮਤਲਬ ਭਾਈ ਸਾਹਿਬ ਨੇ ਜਿਹੜਾ ਜੜਾਂ ਨੂੰ ਹੱਥ ਪਾਇਆ ਇਹਨਾਂ ਦੀਆਂ ਨੂੰ ਰੱਬ ਜਿਹੜਾ ਸੋ ਕਾਲਡ ਜਿਹੜੀ ਇਹ ਗੱਲ ਜੇਕਰ ਤੁਸੀਂ ਦੇਖੋਗੇ ਅਸਲ ਪ੍ਰੋਬਲਮ ਤੁਹਾਨੂੰ ਇੱਥੇ ਲੱਭਣੀ ਆ ਵੀ ਭਾਈ ਸਾਹਿਬ ਨੇ ਜਿਹੜੇ ਪੈਮਾਨੇ ਆ ਉਹ ਨਵੇਂ ਸਥਾਪਿਤ ਕਰ ਦਿੱਤੇ ਹੁਣ ਉਹ ਜਦੋਂ ਕੋਈ ਗੱਲ ਹੁੰਦੀ ਆ ਉਹ ਗ੍ਰੰਥ ਨੂੰ ਲੈ ਕੇ ਗੁਰਬਾਣੀ ਨੂੰ ਲੈ ਕੇ ਵਿਚਾਰਾਂ ਕਰਦੇ ਆ ਸਤਿਕਾਰ ਵੀ ਕਰਦੇ ਆ ਪਰ ਉਹ ਪ੍ਰਾਇਓਰਿਟੀ ਨਹੀਂ ਉਹਨਾਂ ਦੀ ਪ੍ਰਾਇਓਰਿਟੀ ਆ ਜਿਹੜੀ ਉਹ ਦਿੰਦੇ ਆ ਸੰਗਤ ਨੂੰ ਨੌਜਵਾਨੀ ਨੂੰ ਉਹਨਾਂ ਦੀ ਜ਼ਿੰਦਗੀ ਨੂੰ ਜਦਕਿ ਟਕਸਾਲ ਨੇ ਪ੍ਰਾਇਓਰਟੀ ਕਿਹੜੀ ਟਕਸਾਲ ਨੇ ਤਾਂ ਮਰਵਾਈ ਨੌਜਵਾਨੀ ਟਕਸਾਲ ਨੇ ਤਾਂ ਨੌਜਵਾਨ ਮਰਵਾਏ ਪੰਜਾਬ ਦੇ ਹੁਣ ਉਹ ਬੰਦਾ ਆ ਜਿਹੜਾ ਕਹਿੰਦਾ ਨਹੀਂ ਭਾਈ ਨਹੀਂ ਠੀਕ ਆ ਗੁਰੂ ਗ੍ਰੰਥ ਸਾਹਿਬ ਸਾਨੂੰ ਦਸਾਂ ਪਾਤਸ਼ਾਹੀਆਂ ਨੇ ਦਿੱਤਾ ਆ ਬਹੁਤ ਵਧੀਆ ਗੱਲਾਂ ਇਹ ਤੋਂ ਸਿੱਖੀਆਂ ਜਾ ਸਕਦੀਆਂ ਸਤਿਕਾਰ ਦੇਈਏ ਪਰ ਨੌਜਵਾਨੀ ਪਹਿਲਾਂ ਪੰਜਾਬ ਦਾ ਬੱਚਾ ਪਹਿਲਾਂ ਪੰਜਾਬ ਦੀਆਂ ਮਾਵਾਂ ਧੀਆਂ ਭੈਣਾਂ ਪਹਿਲਾਂ ਆ ਪੰਜਾਬ ਪਹਿਲਾਂ ਆ ਉਹਨਾਂ ਦੀ ਐਜੂਕੇਸ਼ਨ ਪਹਿਲਾਂ ਆ ਉਹਨਾਂ ਦੀ ਜ਼ਿੰਦਗੀ ਪਹਿਲਾਂ ਆ ਅਤੇ ਇਹ ਗੱਲ ਦਸਾਂ ਪਾਤਸ਼ਾਹੀਆਂ ਨੇ ਕਹੀ ਸੀ ਨਹੀਂ ਤਾਂ ਤੁਸੀਂ ਆਪ ਆਪਣੇ ਦਿਮਾਗ ਦੇ ਵਿੱਚ ਕੋਮਨ ਸੈਂਸ ਨਾਲ ਸੋਚ ਕੇ ਦੇਖੋ ਗੁਰਬਾਣੀ ਦੇ ਅਖੰਡ ਪਾਠ ਦੇ ਕੀਰਤਨ ਦੇ ਕਥਾ ਦੇ ਅਰਥ ਕੀ ਆ ਕਰਦੇ ਕਿਉਂ ਆਪਾਂ ਇਹ ਸਾਰਾ ਕੁਛ ਕਿਉਂ ਕਰਦੇ ਹਾਂ ਤਾਂ ਕਿ ਜੀਵਨ ਬਿਹਤਰ ਬਣ ਸਕੇ ਜ਼ਿੰਦਗੀ ਬਿਹਤਰ ਬਣ ਸਕੇ ਸੋਝੀ ਆ ਸਕੇ ਹੁਣ ਉਹ ਜਿਹੜੀ ਸੋਝੀ ਆ ਉਹ ਆਉਣ ਦੀ ਬਜਾਏ ਸਾਨੂੰ ਇਹਨਾਂ ਨੇ ਫਸਾ ਤਾ ਬ੍ਰਾਹਮਣੀ ਚੱਕਰਾਂ ਦੇ ਵਿੱਚ ਹੁਣ ਉਹਨਾਂ ਚੱਕਰਾਂ ਦੇ ਵਿੱਚੋਂ ਕੱਢਣ ਦੇ ਲਈ ਭਾਈ ਸਾਹਿਬ ਨੂੰ ਇੰਨਾ ਜਿਹੜਾ ਪ੍ਰੈਕਟੀਕਲ ਤਰੀਕੇ ਦੇ ਨਾਲ ਆਪਣੀ ਗੱਲਬਾਤ ਆ ਜਿਹੜੀ ਉਹ ਕਰਨੀ ਪੈਂਦੀ ਆ ਅਤੇ ਜਿਹੜੇ ਉਹਨਾਂ ਨੇ ਨਵੇਂ ਪੈਮਾਨੇ ਆ ਜਿਹੜੇ ਉਹ ਰੱਖ ਦਿੱਤੇ ਆ ਹੈ ਨਾ ਨੌਜਵਾਨਾਂ ਦੇ ਅੱਗੇ ਉਦੋਂ ਉੱਚਾ ਉਦੋਂ ਵੱਡਾ ਅਤੇ ਉਦੋਂ ਸੁੱਚਾ ਪੈਮਾਨਾ ਦੁਨੀਆਂ 'ਤੇ ਨਹੀਂ ਹੈਗਾ ਭਾਈ ਮਨੁੱਖਤਾ ਹੀ ਸਭ ਤੋਂ ਉੱਪਰਲੀ ਗੱਲ ਆ ਆਪਣੇ ਆਲੇ ਦੁਆਲੇ ਬਾਰੇ ਸੋਚਣਾ ਬੱਚਿਆਂ ਬਾਰੇ ਸੋਚਣਾ ਨੌਜਵਾਨੀ ਬਾਰੇ ਸੋਚਣਾ ਇਦੋਂ ਉੱਪਰ ਨਹੀਂ ਕੋਈ ਸੋਚ ਸਕਦਾ ਤਾਂ ਹੀ ਨੌਜਵਾਨ ਉਹਨਾਂ 'ਤੇ ਜਾਨ ਦੇਣ ਲਈ ਜਾਂਦੇ ਆ ਹਾਂਜੀ ਹਾਂਜੀ ਹੈਨਾ ਤੇ ਉਦੋਂ ਫਿਰ ਨੰਗ ਸਿੰਘਾਂ ਬਾਰੇ ਕਿੰਨਾ ਕੁਝ ਬੋਲਦਾ ਕਿ ਉਹ ਬੱਕਰੇ ਵੜਦੇ ਆ ਫਲਾਣਾ ਧਮਕਾ ਇਹ ਉਹ ਠੀਕ ਹੈ ਜੀ
ਠੀਕ ਹੈ ਜੀ। ਹੁਣ ਉੱਥੇ ਇਹਨਾਂ ਦਾ ਵਿਰੋਧ ਹੋ ਰਿਹਾ, ਨੰਗ ਸਿੰਘਾਂ ਨੇ ਵੀਡੀਓ ਪਾਈ ਕਿ ਅਸੀਂ ਮਿਰਚਾਂ ਵਾਲੇ ਬੋਰੀ ਚ ਪਾ ਕੇ ਇਹਨੂੰ ਕੁੱਟਣਾ, ਤੇ ਉਹਦੇ ਵਿੱਚ ਥੋੜਾ ਜਿਹਾ ਡਰ ਕੇ ਉਹਨਾਂ ਨੇ ਵੀਡੀਓ ਪਾ ਦਿੱਤੀ ਕੱਲ ਵੀ ਮੈਨੂੰ ਤਾਂ ਜੀ ਇੱਦਾਂ ਬੋਰੀ ਦੇ ਵਿੱਚ ਪਾ ਕੇ ਕੁੱਟਣਾ ਹੈ, ਵੀ ਪ੍ਰਸ਼ਾਸਨ ਕਿੱਥੇ ਗਿਆ ਹੁਣ ਭਾਈ ਸਾਹਿਬ। ਨਹੀਂ ਹੁਣ ਜਿਹੜਾ ਆਹ ਐਟੀਟਿਊਡ ਆ, ਉਦੋਂ ਫਿਰ ਅਸੀਂ ਕਿਉਂ ਨਾ ਕਹੀਏ ਇਹ ਗੱਲ ਨੂੰ ਵੀ ਇਹ ਜਿਹੜੀ ਜਿਣਸ ਆ ਇਹ ਕੇਪੀਐਸ ਗਿੱਲ ਤੋਂ ਹੀ ਸੂਤ ਆਉਣ ਵਾਲੀ ਜਿਣਸ ਆ। ਹੁਣ ਇਹ ਬੰਦਾ ਹੁਣ ਆਪ ਅੱਗੇ ਜਾ ਕੇ ਮੈਨੂੰ ਕਹਿਣਾ ਵੀ ਉਹ ਜਵਾਬ ਲੈਣ ਆਇਆ, ਵੀ ਜਿਹੜਾ ਬੰਦਾ ਇਹ ਕਹਿ ਕੇ ਆ ਰਿਹਾ ਆ ਵੀ ਇੱਦਾਂ ਕਰਕੇ ਬੋਰੀ ਦੇ ਵਿੱਚ ਪਾ ਕੇ ਅਸੀਂ ਸੋਧਾ ਲਾਉਣਾ ਹੈ, ਕਿੱਦਾਂ ਵਿਚਾਰ ਕਰੀਏ ਉਸ ਐਟੀਟਿਊਡ ਦੇ ਨਾਲ। ਉਹ ਜਿਹੜਾ ਬੰਦਾ ਸਾਨੂੰ ਕਿਸੇ ਚੀਜ਼ ਦੇ ਆ ਕੇ ਆਹ ਕੰਮ ਕਰ ਨਹੀਂ ਤਾਂ ਮੈਂ ਇੱਦਾਂ, ਆਹ ਕੰਮ ਕਰ ਨਹੀਂ ਤਾਂ ਮੈਂ ਇੱਦਾਂ, ਕਿੱਦਾਂ ਉਸ ਬੰਦੇ ਦੇ ਨਾਲ ਐਟੀਟਿਊਡ ਦੇ, ਉਸ ਬੰਦੇ ਨਾਲ ਕਿੱਦਾਂ ਗੱਲ ਕਰ ਲਈਏ ਅਸੀਂ ਇੱਦਾਂ। ਜਿਹੜੀਆਂ ਤੁਹਾਡੀਆਂ ਨਾ ਅਸੀਂ ਕਹਿੰਦੇ ਵੀ ਜੇਕਰ ਤੁਹਾਡੀਆਂ ਮਤਲਬ ਅਸੀਂ ਕਹੀਏ ਵੀ ਚਲੋ ਬੈਨੀਫਿਟ ਆਫ ਡਾਊਟ ਕਹੀਏ, 5% ਗੱਲਾਂ ਤੁਹਾਡੀਆਂ ਠੀਕ ਵੀ ਹੋਣਗੀਆਂ ਇੱਦਾਂ, ਉਹਨਾਂ ਦੇ ਉੱਤੇ ਵੀ ਅਸੀਂ ਇੱਦਾਂ ਕਹੀਏ ਵੀ ਕਿਉਂ ਮੰਨੀਆਂ ਤੁਹਾਡੀਆਂ ਇਹ ਗੱਲਾਂ, ਕਿਉਂਕਿ ਐਟੀਟਿਊਡ ਤੁਹਾਡਾ ਕਿੱਦਾਂ ਦਾ ਇਹ ਇੱਦਾਂ। ਵੀ ਹੁਣ ਆਪਦੇ ਬਾਰੇ ਇੱਦਾਂ ਕਰਕੇ ਪ੍ਰਸ਼ਾਸਨ ਕੋਲ ਜਾ ਰਿਹਾ ਵੀ ਤੁਸੀਂ ਨਹੀਂ ਜਾਣਦੇ ਇੱਦਾਂ, ਫਲਾਨੇ ਦੇ ਉੱਤੇ 295 ਦਾ ਕੇਸ ਕਰ ਦਿਓ ਜੀ, ਫਲਾਨੇ ਦੇ ਉੱਤੇ ਕੇਸ ਪੈਣਾ ਚਾਹੀਦਾ ਜੀ, ਫਲਾਨੇ ਦੇ ਉੱਤੇ ਆਪ ਨਹੀਂ ਇਹ ਤੁਰੇ ਰਹਿੰਦੇ ਆ ਪਿੱਛੇ ਜੇ ਕਿਹਨੀ ਕਿਹੜੇ ਬੰਦਿਆਂ ਮੁੰਡਿਆਂ ਦੇ ਉੱਤੇ ਲੱਗਿਆ ਨਹੀਂ ਸੀ, ਆਹੋ ਸਰਚਾਨ ਸਿੰਘ ਕਿੱਥੇ ਗਿਆ ਸੀ ਉਹ ਇੱਦਾਂ ਜਾ ਕੇ, ਉਹ ਭਾਈ ਸਾਹਿਬ ਨੇ ਮਾੜਾ ਜਿਹਾ ਕਿਹਾ ਤੇਰੇ ਪਿਓ ਦਾ ਰਾਜਾ ਭੱਜਿਆ ਗਿਆ ਕਿ ਨਹੀਂ ਗਿਆ ਇੱਦਾਂ, ਤੁਹਾਡਾ ਗੁਰਪ੍ਰੀਤ ਇੱਦਾਂ ਉਹ ਫਤਿਹਗੜ੍ਹ ਸਾਹਿਬ ਵਾਲਾ ਇੱਦਾਂ ਰੰਧਾਵੇਲ ਦਾ ਮੁੰਡਾ ਉਹ ਨਹੀਂ ਭੱਜ ਕੇ ਗਿਆ ਪ੍ਰਸ਼ਾਸਨ ਦੇ ਕੋਲੇ, ਆਪਦੇ ਬਾਰੇ ਤੁਹਾਨੂੰ ਚੇਤਾ ਭੁੱਲ ਜਾਂਦਾ। ਡਰ ਵਾਲੀ ਫੁਕਰੀ ਮਾਰਨ ਤੋਂ ਪਹਿਲਾਂ ਸੋਚ ਤਾਂ ਲਿਆ ਕਰੋ ਵੀ ਤੁਸੀਂ ਕਹਿੰਦੇ ਆ ਵੀ ਭਾਈ ਰਣਜੀਤ ਸਿੰਘ ਨੂੰ ਕਹਿੰਦੇ ਆ ਵੀ ਤੁਹਾਡਾ ਜਵਾਬ ਦੇਣ ਲਈ ਆ ਗਏ ਨਿਹੰਗ, ਜਿੱਦਣ ਕੁਲਦੀਪ ਬਰਾੜ ਤੁਹਾਡੀ ਗੱਲ ਦਾ ਜਵਾਬ ਦੇਣ ਲਈ ਆ ਗਿਆ ਸੀ ਅੰਮ੍ਰਿਤਸਰ, ਉਦਣ ਕੀ ਹੋਇਆ ਸੀਗਾ ਦੱਸੋ ਮਾੜਾ ਜਿਹਾ ਲੋਕਾਂ ਨੂੰ, ਮੁੜ ਕੇ ਅੰਦਰੋਂ ਨਹੀਂ ਸੀ ਨਿਕਲੇ ਤੁਸੀਂ 3-4 ਦਿਨ, ਤੁਹਾਨੂੰ ਹੱਗਣਾ ਮੂਤਣਾ ਵੀ ਉੱਥੇ ਅੰਦਰ ਹੀ ਪਿਆ ਸੀਗਾ, ਕਿਉਂ ਕਿਉਂ ਆਪਣੀ ਔਕਾਤ ਤੁਸੀਂ ਚੇਤਾ ਭੁਲਾ ਦਿੰਦੇ ਆ। ਅਸੀਂ ਕਹਿੰਦੇ ਹਾਂ ਵਾਰ ਵਾਰ ਇਹ ਗੱਲਾਂ, ਪਤਾ ਇਹ ਇਹਨਾਂ ਗੱਲਾਂ ਦੇ ਨਾਲ ਉਹ ਜਿਹੜੀ ਨੌਜਵਾਨੀ ਜਿਹੜੀ ਮਤਲਬ ਜਜ਼ਬਾਤੀ ਹੋ ਕੇ ਤੁਹਾਡੇ ਮਗਰ ਲੱਗੀ ਸੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ, ਪਰ ਹਰਾਮਖੋਰੀ ਤੁਹਾਡੀ ਸੀਗੀ, ਟਕਸਾਲ ਦੀ ਸੀਗੀ, ਨਾ ਤੁਸੀਂ ਇੱਦਾਂ ਦੀਆਂ ਜ਼ਹਿਰ ਭਰੀਆਂ ਸਪੀਚਾਂ ਕਰਦੇ, ਨਾ ਉਹ ਨੌਜਵਾਨ ਤੁਹਾਡੀਆਂ ਗੱਲਾਂ ਦੇ ਵਿੱਚ ਆ ਕੇ ਉਹ ਵਿਚਾਰੇ ਆਪਣੀਆਂ ਜਾਨਾਂ ਗਵਾਉਂਦੇ, ਨਾ ਮੁੜ ਕੇ ਉਹਨਾਂ ਦੀਆਂ ਧੀਆਂ ਭੈਣਾਂ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਖੱਜਲ ਹੁੰਦੀ, ਪਰ ਇਸ ਐਟੀਚਿਊਡ ਨੇ ਹੀ ਤੁਹਾਡਾ ਜਿਹੜਾ ਇਹ ਸਾਰੀ ਕੌਮ ਦਾ ਜਿਹੜਾ ਨੁਕਸਾਨ ਆ ਉਹ ਕਰਾਇਆ। ਸ਼ਰਮ ਕਰਿਆ ਕਰੋ ਜਦੋਂ ਦਲੇਰੀ ਦੀ ਗੱਲ ਕਰਦੇ ਨੇ, ਤੁਹਾਨੂੰ ਤਾਂ ਹੱਕ ਹੀ ਨਹੀਂ ਹੋਣਾ ਚਾਹੀਦਾ ਦਲੇਰੀ ਦੀ ਗੱਲ ਕਰਨ ਦਾ, ਤੁਹਾਡੇ ਦਾ ਜੂਤ ਫੇਰਿਆ ਅਗਲੇ ਨੇ ਆ ਕੇ ਉੱਥੇ ਆ ਕੇ ਜੂਤ ਫੇਰਿਆ, ਅੱਜ ਤੱਕ ਤੁਸੀਂ ਇਨਸਾਫ ਮੰਗਦੇ ਫਿਰਦੇ ਆ, ਸਾਡੇ ਇੰਨੇ ਮਾਰ ਦਿੱਤੇ, ਸਾਡੇ ਇੰਨੇ ਮਾਰ ਦਿੱਤੇ, ਫਲਾਨੇ ਨੂੰ ਇਹਨੇ ਇੱਦਾਂ ਟੋਰਚਰ ਕਰਕੇ ਮਾਰ ਦਿੱਤਾ, ਤੁਹਾਨੂੰ ਸ਼ਰਮ ਨਹੀਂ ਆਉਂਦੀ ਇੱਦਾਂ ਦੀਆਂ ਗੱਲਾਂ ਕਰਦਿਆਂ ਨੂੰ, ਜਦੋਂ ਤੁਸੀਂ ਦੂਜੇ ਨੂੰ ਕਹਿੰਦੇ ਹੋ ਦੂਜਾ ਭੱਜ ਗਿਆ ਹੋਏ ਡਰ ਗਿਆ ਹੋਏ, ਤੁਸੀਂ ਕਿਹੜੇ ਮਤਲਬ ਇੱਦਾਂ ਦੀਆਂ ਮਿਸਾਲਾਂ ਕਾਇਮ ਕੀਤੀਆਂ ਦਲੇਰੀ ਦੀਆਂ ਜਿਹੜੀਆਂ ਤੁਸੀਂ ਇੱਦਾਂ ਦੀਆਂ ਗੱਲਾਂ ਕਰੋ। ਹਾਂਜੀ ਸੰਤ ਜੀ, ਬਾਬਾ ਜੀ, ਵੀਰ ਜੀ, ਤੁਸੀਂ ਜਦੋਂ ਇੰਨੇ ਬਖੇੜੇ ਖੜੇ ਕੀਤੇ ਆ ਪੰਥ ਦੇ ਵਿੱਚ, ਤੁਹਾਨੂੰ ਤਾਂ ਜਵਾਬ ਤਾਂ ਤੁਹਾਨੂੰ ਦੇਣਾ ਪੈਣਾ ਨਾ, ਤੁਸੀਂ ਦੂਜੇ ਬੰਦਿਆਂ ਨੂੰ ਕਹਿੰਦੇ ਕਿ ਮੇਰੀ ਗੱਲਾਂ ਦੇ ਜਵਾਬ ਦਿਓ, ਮੇਰੀਆਂ ਗੱਲਾਂ ਦੇ ਜਵਾਬ ਦਿਓ, ਹੁਣ ਅਗਲੇ ਆ ਕੇ ਜਵਾਬ ਦੇਣ ਤੇ ਉਹਨਾਂ ਨੂੰ ਬੈਠ ਕੇ ਗੱਲਬਾਤ ਕਰੋ, ਹੈਨਾ, ਬੈਠ ਕੇ ਉਹ ਹੁਣ ਜਵਾਬ ਦੇਣ ਹੀ ਆਏ ਆ ਤੁਹਾਨੂੰ, ਤੁਸੀਂ ਹੁਣ ਭੱਜਦੇ ਆ, ਇਹ ਨਹੀਂ ਨਾ ਗੱਲ ਬਣਦੀ। ਹੁਣ ਇੱਕ ਮੇਰੇ ਕਾਰਨ ਪੰਥ ਦੇ ਵੀ ਦੁਖਦਾ ਹੋਵੇ ਤਾਂ ਮੈਂ ਜਵਾਬ ਦੇ ਆ ਇਸ ਚੀਜ਼ ਦਾ, ਹੈਨਾ, ਕਰਕੇ ਸੰਗਤ ਦਾ ਮਸਲਾ ਹੋਵੇ ਤੇ ਜਦੋਂ ਕਿ ਅਸੀਂ ਪ੍ਰਚਾਰ ਕਰਦੇ ਹੋਈਏ ਸਿੱਖ ਪੰਥ ਦਾ, ਉਸ ਪ੍ਰਚਾਰ ਦਾ ਆਪਾਂ ਜਵਾਬ ਦੇ ਆ, ਠੀਕ ਹੈ ਜੀ। ਸੋ ਹੁਣ ਮਸਲਾ ਇਹ ਆ ਵੀ ਉੱਥੇ ਇੱਕ ਤਰ੍ਹਾਂ ਦਾ ਅਣਸੁਖਾਵੀ ਘਟਨਾ ਵੀ ਵਾਪਰ ਸਕਦੀ ਹੈ। ਹੁਣ ਇੱਕ ਗੱਲ ਦਿਮਾਗ ਦੇ ਵਿੱਚ ਆਉਂਦੀ ਜਿਹੜੀ ਇਹ ਗੱਲ ਕਰਦਾ ਹੈ ਨਾ ਵੀ ਜੇ ਤੁਸੀਂ ਪ੍ਰਚਾਰ ਕਰਦੇ ਆ, ਤੁਸੀਂ ਪ੍ਰਚਾਰ ਦੇ ਜਵਾਬ ਦੇ ਆ, ਜਵਾਬ ਦੇ ਆ, ਸਭ ਬਕਵਾਸ ਆ ਭਾਈ, ਕੋਈ ਵੀ ਬੰਦਾ ਜਵਾਬ ਦੇ ਨਹੀਂ ਹੈਗਾ ਆਪਣੀ ਗੱਲ ਦਾ, ਕਿਉਂ ਮਤਲਬ ਕਿਹੜੀ ਗੱਲ ਦੇ ਲਈ ਜਵਾਬ ਦੇ ਆ, ਅਸੀਂ ਰੇਡੀਓ ਤੇ ਬੈਠੇ ਹਾਂ ਆਪਣੀ ਗੱਲ ਕਰਦੇ ਹਾਂ, ਇੱਥੇ ਸਟੈਂਡਰਡ ਲਾਗੂ ਹੁੰਦੇ ਆ, ਰੇਡੀਓ ਦੇ ਸਟੈਂਡਰਡ ਆ, ਉਹਨਾਂ ਨੂੰ ਜਵਾਬ ਦੇ ਆ ਅਸੀਂ, ਜੇਕਰ ਕੋਈ ਗੱਲ ਕਰਾਂਗੇ ਹਨਾ ਕਾਨੂੰਨ ਟੁੱਟੂਗਾ, ਉਹਦੇ ਨਾਲ ਕਾਨੂੰਨ ਟੁੱਟੂਗਾ, ਤੁਹਾਨੂੰ ਲੱਗੂਗਾ ਤੁਸੀਂ ਸ਼ਿਕਾਇਤ ਕਰ ਸਕਦੇ। ਹੁਣ ਅਸੀਂ ਆਪਣੀਆਂ ਗੱਲਾਂ ਖੁਦ ਐਕਸਪਲੇਨ ਕਰਨੀਆਂ ਤੁਹਾਨੂੰ ਵੀ ਆਹ ਅਸੀਂ ਗੱਲ ਕਿਉਂ ਕਰਦੇ ਹਾਂ, ਇਹਦੇ ਕੀ ਅਰਥ ਆ, ਤੁਹਾਨੂੰ ਜਿਸ ਤਰੀਕੇ ਨਾਲ ਸਮਝ ਪੈਂਦੀ, ਜੇਕਰ ਤੁਹਾਨੂੰ ਲੱਗਦਾ ਵੀ ਉਹ ਗੱਲ ਗਲਤ ਆ, ਤੁਸੀਂ ਜਾਓ ਕਾਨੂੰਨ ਦੇ ਕੋਲ ਜਾਓ। ਹੁਣ ਭਾਈ ਰਣਜੀਤ ਸਿੰਘ ਦੀ ਗੱਲ ਆ, ਜਾਂ 30 ਦਿਨ ਤਾਂ ਤੁਸੀਂ ਜਾਂਦੇ ਆ ਕੇਸ ਕਰਨ ਅਦਾਲਤ ਦੇ ਵਿੱਚ, ਫਿਰ ਬਹਿਣ ਦੀ ਕੀ ਲੋੜ ਆ, ਜਾਂ ਤੁਸੀਂ ਜਥੇਦਾਰ ਦੇ ਕੋਲ ਭੱਜ ਜਾਂਦੇ ਆ, ਜਥੇਦਾਰ ਮੁੜ ਕੇ ਅਦਾਲਤਾਂ ਦੇ ਵਿੱਚ ਗਾਂਹ ਭੱਜ ਜਾਂਦਾ, ਕੋਈ ਤਾਂ ਹੋਵੇ। ਬਾਕੀ ਜਿੱਥੇ ਤੱਕ ਭਾਈ ਸਾਹਿਬ ਦੀ ਗੱਲ ਆ, ਉਹਨਾਂ ਦੀ ਇਕੱਲੀ ਇਕੱਲੀ ਗੱਲ ਯੂਟਿਊਬ ਦੇ ਉੱਤੇ ਆ, ਕਲੀਅਰ ਕੱਟ ਪਈ ਆ, ਤੁਸੀਂ ਅਸਲ ਦੇ ਵਿੱਚ ਇਸ ਗੱਲ ਨੂੰ ਜਸਟੀਫਾਈ ਨਹੀਂ ਕਰ ਸਕਦੇ ਵੀ ਬੈਠਣਾ ਕਿਉਂ, ਉਹ ਸਿਰਫ ਤੇ ਸਿਰਫ ਤੁਹਾਡੀ ਗੁੰਡਾਗਰਦੀ ਆ, ਤੁਸੀਂ ਆਪਣੀ ਅੜੀ ਪਗਾਉਣਾ ਚਾਹੁੰਦੇ ਆ ਵੀ ਅਸੀਂ ਹਾਂ, ਅਸੀਂ ਕਾਬਜ਼ ਧਿਰੇ ਹਾਂ,
ਸਾਡਾ ਸਦੀਆਂ ਤੋਂ ਕਬਜ਼ਾ ਆ, ਧਰਮ ਦੀ ਜਿਹੜੀ ਡੈਫੀਨੇਸ਼ਨ ਆ ਉਹ ਅਸੀਂ ਤੈਅ ਕੀਤੀ ਆ, ਅਤੇ ਉਸ ਡੈਫੀਨੇਸ਼ਨ ਦੇ ਕੋਂਟਰਡਿਕਸ਼ਨ ਦੇ ਵਿੱਚ ਕੋਈ ਬੰਦਾ ਗੱਲ ਨਹੀਂ ਕਰ ਸਕਦਾ। ਜੇ ਉਹ ਕਰੂਗਾ ਉਹਨੂੰ ਬੈਠ ਕੇ ਸਾਡੇ ਸਾਹਮਣੇ ਉਹਨੂੰ ਐਕਸਪਲੇਨ ਕਰਨੀ ਪਊਗੀ, ਉਹਨੂੰ ਜਵਾਬ ਦੇਣਾ ਪਊਗਾ। ਸਾਡੀਆਂ ਜਿਹੜੀਆਂ ਮਰਜ਼ੀ ਦੇ ਨਾਲ ਤੈਅ ਕੀਤੀਆਂ ਸ਼ਰਤਾਂ ਆ ਉਹਦੇ ਮੁਤਾਬਕ ਉਹ ਪ੍ਰਚਾਰ ਕਰ ਸਕਦਾ, ਉੱਦਾਂ ਨਹੀਂ ਕਰ ਸਕਦਾ। ਠੀਕ ਹੈ, ਉਹ ਕਰੂਗੇ ਤੁਹਾਡੇ ਜਿਹੜੇ ਮੰਗ ਖਾਣੇ ਭਾਟੜੇ ਆ, ਰਣਜੀਤ ਸਿੰਘ ਵਰਗਾ ਸੂਰਮਾ ਨਹੀਂ ਕਰੂਗਾ। ਉਹਨੇ ਤਾਂ ਸਿਸਟਮ ਹੀ ਬਦਲ ਦਿੱਤਾ। ਮੈਂ ਤਾਂ ਤੁਹਾਨੂੰ ਅੱਗੇ ਦੱਸਿਆ ਸੀ ਤੁਹਾਡਾ ਤਾਂ ਰੱਬ ਢਾ ਲਿਆ ਉਹਨੇ, ਤੁਹਾਡਾ ਪਿੱਛੇ ਕੀ ਛੱਡਿਆ ਉਹਨੇ, ਕੀ ਰਹਿ ਗਿਆ ਤੁਹਾਡੇ ਪੱਲੇ ਕੀ ਰਹਿ ਗਿਆ। ਉਹ ਤਾਂ ਕਹਿੰਦਾ ਰੱਬੇ ਹੈ ਹੀ ਨਹੀਂ, ਜਦੋਂ ਹੈਗਾ ਕੁਦਰਤ ਦੇ ਵਿੱਚ ਹੀ ਆ ਸਾਰਾ ਕੁਛ। ਤੁਸੀਂ ਗਾਈ ਜਾਓ ਰਾਗ ਆਪਣੇ ਰੱਬ ਦਾ, ਜਿੰਨਾ ਮਰਜ਼ੀ ਗਾਓ, ਨਜ਼ਾਰੇ ਲਓ, ਤੁਹਾਨੂੰ ਨਹੀਂ ਕੋਈ ਰੋਕਣ ਜਾਊਗਾ, ਤੁਹਾਨੂੰ ਨਹੀਂ ਰੋਕਣਾ ਕਿਸੇ ਨੇ। ਤੁਸੀਂ ਆਪਣਾ ਨੁਕਸਾਨ ਕਰੋ, ਜਿਹੜੇ ਤੁਹਾਡੇ ਨਾਲ ਜੁੜੇ ਆ ਹੈ ਨਾ, ਸਾਲ ਦੋ ਸਾਲ ਪੰਜਾਂ ਸਾਲਾਂ ਦੇ ਵਿੱਚ ਇਹਨਾਂ ਨੇ ਜੁੱਤੀਆਂ ਮਾਰਨੀਆਂ ਤੁਹਾਡੇ, ਇਹਨਾਂ ਨੇ ਜੁੱਤੀਆਂ ਮਾਰਨੀਆਂ ਤੁਹਾਡੇ, ਉਹਨਾਂ ਨੇ ਦੱਸ ਦੇਣਾ ਵੀ ਆਹ ਜਿਹੜੀ ਬਕਵਾਸ ਆ ਤੁਸੀਂ ਵੀ ਸਾਨੂੰ ਪੜ੍ਹਾ ਰਹੇ ਹਾਂ ਸਿਖਾ ਰਹੇ ਹਾਂ, ਤੁਹਾਡੇ ਬੱਚੇ ਕਿਉਂ ਬਾਗੀ ਹੋ ਜਾਂਦੇ ਆ, ਵੱਡੇ ਹੋ ਕੇ ਕਿਉਂ ਦਮਾਲੇ ਲਾ ਦਿੰਦੇ ਆ, ਕਿਉਂ ਮਤਲਬ ਅੰਮ੍ਰਿਤ ਛਕਿਆ ਛੱਡ ਦਿੰਦੇ ਆ। ਉਹਦਾ ਕਾਰਨ ਇਹ ਹੀ ਆ, ਜਦੋਂ ਤਾਂ ਬੱਚੇ ਹੁੰਦੇ ਲੋੜ ਹੁੰਦੀ ਆ ਉਹਨੂੰ ਮਾਪੇ ਦੀ, ਉਹ ਤੁਰਿਆ ਰਹਿੰਦਾ। ਜਿੱਦਣ ਤੁਹਾਡੀ ਬਕਵਾਸ ਆ ਉਹਦੇ ਕੋਈ ਗੇਟ ਦੇ ਵਿੱਚ ਆਉਂਦੀ ਨਹੀਂ ਹੈ ਨਾ, ਜਸਟੀਫਾਈ ਨਹੀਂ ਕਰ ਪਾਉਂਦਾ, ਉੱਦਣ ਫਿਰ ਬਾਗੀ ਹੋ ਜਾਂਦਾ। ਜਾਓ ਤਾਂ ਭਾਈ ਰਣਜੀਤ ਸਿੰਘ ਦੀ, ਜਿਹੜਾ ਬੱਚਾ ਗੱਲ ਸੁਣਦਾ ਆ ਉਹਨੂੰ ਪੁੱਛੋ ਵੀ ਕੋਈ ਗੱਲ ਨਹੀਂ ਖਾਣੇ ਪੈਂਦੀ। ਜਿੰਨੀ ਉਮਰ ਦਾ ਮਰਜ਼ੀ ਆ ਉਹਦੇ ਨਾਲ ਗੱਲਬਾਤ ਕਰਕੇ ਦੇਖ ਲਿਓ ਭਾਈ ਰਣਜੀਤ ਸਿੰਘ ਦੇ ਵਿਚਾਰਾਂ ਬਾਰੇ, ਕਿੱਦਾਂ ਕਹੂਗਾ ਵੀ ਮੈਨੂੰ ਆਹ ਗੱਲ ਦੇ ਵਿੱਚ ਪ੍ਰੋਬਲਮ ਆ। ਸਾਰਾ ਕੁਛ ਪ੍ਰੈਕਟੀਕਲ ਆ, ਸਾਰਾ ਕੁਛ ਨੈਚੁਰਲ ਆ। ਆਪਣੀ ਜ਼ਿੰਦਗੀ ਜੀਣ ਦੀ ਆਜ਼ਾਦੀ ਆ, ਆਪਣੀ ਜ਼ਿੰਦਗੀ ਜ਼ਿੰਦਗੀ ਖੋਲ੍ਹਿਆ ਪੂਰੀ, ਆਪਣੇ ਫੈਸਲੇ ਕਰਨ ਦੀ ਆਜ਼ਾਦੀ ਆ, ਉਹਨੂੰ ਕਿਉਂ ਲੱਗੂਗਾ। ਜਦੋਂ ਸਾਰੀ ਗੱਲ ਉਹਨੂੰ ਸਮਝਾਇਆ ਹੀ ਕੌਮੀ ਤੌਰ ਦੇ ਉੱਤੇ ਆ, ਜਦੋਂ ਧਰਮ ਨੂੰ ਬੋਝ ਬਣਾ ਕੇ ਸਿਰ ਦੇ ਉੱਤੇ ਪਾਇਆ ਹੀ ਨਹੀਂ, ਤਾਂ ਪ੍ਰੋਬਲਮ ਆਊਗੀ ਕਿਉਂ? ਇਹ ਪ੍ਰੋਬਲਮ ਤਾਂ ਤੁਹਾਨੂੰ ਹੀ ਆਉਣੀ ਆ ਭਾਈ। ਹਾਂਜੀ, ਕਿਹਦੇ ਹੱਥ ਵਿੱਚ ਰੋਕਣਾ ਇਹ ਕੰਮ? ਹੁਣ ਜਾਂ ਤਾਂ ਪ੍ਰਸ਼ਾਸਨ ਰੋਕੂਗਾ, ਪ੍ਰਸ਼ਾਸਨ ਜੇ ਰੋਕੂਗਾ ਤਾਂ ਉੱਥੇ ਕੁਝ ਵੀ ਹੋ ਸਕਦਾ, ਮਤਲਬ ਕਿ ਲਾਠੀਚਾਰਜ ਹੋ ਗਿਆ, ਖੂਨ ਖਰਾਬਾ ਹੋਊਗਾ, ਉਹਦੇ ਮਾਰ ਕਟਾਈ ਹੋਊਗੀ, ਕੋਈ ਮਰ ਵੀ ਸਕਦਾ। ਠੀਕ ਹੈ, ਤੇ ਦੂਜਾ ਜੇ ਕੋਈ ਰੋਕ ਸਕਦਾ ਇਹਨੂੰ ਤਾਂ ਉਹ ਖੁਦ ਭਾਈ ਰਣਜੀਤ ਸਿੰਘ ਢੱਡਰੀਆਂ ਰੋਕ ਸਕਦੇ। ਠੀਕ ਹੈ ਜੀ, ਹੁਣ ਮਸਲਾ ਇਹ ਬਣਦਾ, ਇਹ ਕਹਿੰਦੇ ਵੀ ਮੇਰੇ ਦੀਵਾਨ ਰੋਕਣ ਆਏ ਆ, ਤੇਰੇ ਦੀਵਾਨ ਕਿਸੇ ਨੇ ਨਹੀਂ ਰੋਕਣੇ, ਤੂੰ ਉਹਨਾਂ ਨੂੰ ਬੈਠ ਕੇ ਵਿਚਾਰ ਕਰ ਲਾ ਲੈ ਆਪਣੇ ਦੀਵਾਨ ਤੇ ਲੋਕਾਂ ਨੂੰ ਪਤਾ ਲੱਗੇ ਤੇਰਾ। ਆਹ ਤਾਂ ਜਿਹੜੀ ਦੋਨਾਂ ਪੱਖਾਂ ਤੋਂ ਦਬਾਉਣ ਦੀ ਗੱਲ ਆ, ਬਈ ਜਿਹੜੀ ਕੋਈ ਮਾਰ ਕੁਟਾਈ ਹੋ ਸਕਦੀ ਆ, ਕੋਈ ਨੁਕਸਾਨ ਹੋ ਸਕਦਾ ਆ, ਉਹ ਗੱਲ ਜਿੱਦਾਂ ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਕਹਿੰਦੇ ਸੀ ਨਾ, ਜਿਹੜਾ ਜ਼ਿੰਮੇਵਾਰ ਆਗੂ ਆ ਉਹਨੂੰ ਇਹ ਗੱਲਾਂ ਸਾਰੀਆਂ ਉਹਨੂੰ ਸੋਚਣੀਆਂ ਪੈਣੀਆਂ। ਇਸ ਕਤੀੜ ਨੂੰ ਮਤਲਬ ਇਹਨਾਂ ਨੂੰ ਜਿੰਦ ਬਡਾਲੀ ਆ, ਉਹਨਾਂ ਨੂੰ ਕਿਉਂ ਸੋਚਣੀ ਪਊਗੀ ਵੀ ਕੋਈ ਉੱਥੇ ਨੁਕਸਾਨ ਹੋ ਜਾਊਗਾ? ਉਹ ਜਿਹੜੇ 15-20 ਭਾਟੜੇ ਜੇ ਗਏ ਆ ਇਹਨਾਂ ਦੇ, ਉਹ ਤਾਂ ਗਏ, ਉਹ ਤਾਂ ਜਾਂਦੇ ਹੀ ਨਾ ਕੰਮਾਂ ਦੇ ਲਈ ਆ, ਲੜਨ ਲਈ ਜਾਂਦੇ। ਅੱਛਾ, ਸਤਿਕਾਰ ਕਮੇਟੀ ਹੋਰ ਕੀ ਕਰਨ ਜਾਂਦੀ ਆ, ਲੋਕਾਂ ਦੇ ਨਾਲ ਕੀ ਕਰਨ ਜਾਂਦੀ ਆ ਉੱਥੇ? ਜੇ ਤਾਂ ਉਹਨਾਂ ਦੇ ਪੈ ਗਈਆਂ, ਉਹ ਪਿੱਛੇ ਜਿਹੇ ਨਿੰਗਾ ਨੇ, ਚਲੋ ਉਹ ਤਾਂ ਉਹਨਾਂ ਦਾ ਆਪਣੇ ਬੰਦੇ ਨੇ ਕੁੱਟ ਦਿੱਤਾ। ਤੁਸੀਂ ਇੱਦਾਂ ਦੇਖਿਓ, ਜਿੱਦਣ ਕਿਤੇ ਹੈ ਨਾ ਕਿਸੇ ਹੋਰ ਪਿੰਡ ਪੁੰਡ ਵਾਲਿਆਂ ਨੇ ਵੀ ਉਹਨਾਂ ਨੂੰ ਕੁੱਟ ਦਿੱਤਾ, ਉੱਦਣ ਵੀ ਉਹਨਾਂ ਦੀ ਮੌਜ ਆ, ਉੱਦਣ ਵੀ ਉਹਨਾਂ ਨੇ ਅਗਰਾਹੀਆਂ ਕਰ ਲੈਣੀਆਂ। ਆ ਹੁਣ ਬੁੱਤਾਂ ਵਾਲਿਆਂ ਲਈ ਜਮਾਨਤਾਂ ਦੇ ਲਈ ਇੱਕ ਦਿਨ ਅਰਜੀ ਪਾਈ ਹੋ ਸੀਗੀ, ਕਹਿੰਦੇ ਵੀ ਜਿਹੜੇ ਸਿੰਘਾਂ ਨੇ ਬੁੱਤ ਤੋੜੇ ਆ ਉਹਨਾਂ ਦੇ ਉੱਤੇ ਕੇਸ ਹੋ ਗਿਆ, ਅਤੇ ਉਹਨਾਂ ਦੀ ਜਮਾਨਤ ਦੇ ਲਈ ਜ਼ਮੀਨ ਹੈ ਨਹੀਂ, ਅਤੇ ਜਿਹੜੇ ਵੀਰਾਂ ਦੇ ਕੋਲ ਜ਼ਮੀਨ ਹੈਗੀ ਆ ਉਹ ਜਮਾਨਤਾਂ ਕਰਵਾਉਣ ਮੋਹਰੇ ਆ। ਆਹ ਔਕਾਤ ਆ ਤੁਹਾਡੀ। ਇਹ ਤਾਂ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਲੋਕੀ ਚੰਗੇ ਆ ਭਾਈ, ਲੋਕਾਂ ਦੇ ਦਿਮਾਗਾਂ ਦੇ ਵਿੱਚ ਹਲੇ ਜਿਹੜਾ ਛੋੜਾ ਆ ਨਾ ਉਹ ਬਣਿਆ ਆ, ਉਸ ਕਰਕੇ ਮੰਨ ਲਓ ਤੁਹਾਡਾ ਬਚਾਅ ਹੋਈ ਜਾਂਦਾ, ਨਹੀਂ ਤਾਂ ਜਿੰਦ ਬਡਾਲੀ ਜਿੱਦਾਂ ਦੀ ਗੱਲ ਕਰਕੇ ਹਟਿਆ ਹੈ ਨਾ, ਜਿੱਦਾਂ ਲੋਕਾਂ ਨੂੰ ਅਕਲ ਆ ਗਈ, ਥੱਲੇ ਲੈਣਾ ਬਿਠਾਲ ਉਹਨਾਂ ਨੇ, ਜੁੱਤੀਆਂ ਮਾਰ ਮਾਰ ਸਿਰ ਤੋਂ ਬਾਲ ਗਾਇਬ ਕਰ ਦੇਣੇ ਉਹਨਾਂ ਨੇ। ਆਹ ਗੱਲ ਬਹੁਤ ਖਤਰਨਾਕ ਆ ਜਿਹੜੀ ਇਹ ਕਰ ਰਿਹਾ, ਬਈ ਉੱਥੇ ਕੋਈ ਹਾਦਸਾ ਹੋ ਸਕਦਾ, ਇਹਨੂੰ ਪਤਾ ਆ ਵੀ ਉੱਥੇ ਹਜ਼ਾਰਾਂ ਲੱਖਾਂ ਦਾ ਇਕੱਠ ਹੁੰਦਾ, ਇਹਨਾਂ ਦਾ ਕੰਜਰਾਂ ਦਾ ਕੀ ਆ, ਜਾ ਕੇ 2-4 ਬੰਦੇ ਵੀ ਉੱਥੇ ਜਾ ਕੇ ਕੋਈ ਛੇੜਖਾਨੀ ਕਰੂਗੇ, ਉਹਦੇ ਵਿੱਚ ਨਾ ਤਾਂ ਭਾਈ ਰਣਜੀਤ ਸਿੰਘ ਦਾ ਹੀ ਲੱਗਣਾ ਹੈ ਨਾ ਇਹਨਾਂ ਦੀ ਤਾਂ, ਤੇ ਗਾਂ ਫਿਊਚਰ ਦੇ ਵਿੱਚ ਵੀ ਜਿਹੜੇ ਸਾਰੇ ਵੀਰ ਸੁਣ ਲੈਣ ਵੀ ਜਦੋਂ ਵੀ ਕੋਈ ਇਦਾਂ ਦੀ ਗੱਲ ਹਰਾਮਜਦਗੀ ਹੋਈ ਇਹਨਾਂ ਵੱਲੋਂ ਹੀ ਹੋਣੀ ਆ। ਕਾਟਾਵੱਡੀ ਦੀ ਗੱਲ ਆ ਜਾਂ ਮਾਰਨ ਦੀ ਗੱਲ ਆ, ਉਹ ਤਾਂ ਇਹਨਾਂ ਦੇ ਹੱਥ ਦੇ ਵਿੱਚ ਇਹ ਆਏ ਆ ਭਾਈ ਸਾਹਿਬ, ਤਾਂ 10-15 ਮਤਲਬ ਮੈਨੂੰ ਲੱਗਦਾ 20 ਸਾਲ ਹੋ ਗਏ ਹੋਣੇ ਉਹਨਾਂ ਨੂੰ ਦੀਵਾਨ ਕਰਦੇ ਨੂੰ, ਕਦੇ ਅੱਜ ਤੱਕ ਉਹਨਾਂ ਦੇ ਦੀਵਾਨ ਦੇ ਵਿੱਚ ਘਟਨਾ ਨਹੀਂ ਕਦੇ ਕਿਸੇ ਨੇ ਸੁਣੀ ਹੈਗੀ, ਇੰਨੇ ਵਧੀਆ ਤਰੀਕੇ ਨਾਲ ਉਹ ਪੁਖਤਾ ਜਿਹੜੇ ਇੰਤਜ਼ਾਮ ਆ ਉਹ ਕਰਕੇ ਰੱਖਦੇ ਆ। ਪ੍ਰੋਬਲਮ ਤੁਹਾਡੀ ਆ ਭਾਈ, ਤੁਹਾਨੂੰ ਪਤਾ ਆ ਵੀ ਜੇਕਰ ਤੁਹਾਡੇ ਦੇ ਨਾਲ ਕੋਈ ਨਾ ਬੈਠਾ, ਪਹਿਲੀ ਗੱਲ ਤਾਂ ਤੁਸੀਂ ਬੈਠਣਾ ਨਹੀਂ ਹੈਗਾ ਭਰਾਵੋ, ਇਹ ਵੀ ਐਵੇਂ ਗੱਲਾਂ ਹੀ ਆ, ਤੁਹਾਡਾ ਮਸਲਾ ਹੈਗਾ ਪੈਸਿਆਂ ਦੇ ਨਾਲ ਵੀ ਕਿੱਦਾਂ ਇੱਦਾਂ ਦੀ ਸਿਚੁਏਸ਼ਨ ਕ੍ਰੀਏਟ ਕੀਤੀ ਜਾਵੇ ਜਿੱਥੇ ਤੁਹਾਡੇ ਲਈ ਮਤਲਬ ਪੈਸਿਆਂ ਦਾ ਇੰਤਜ਼ਾਮ ਹੋ ਸਕੇ। ਹੁਣ ਇੰਨੇ ਸਾਲਾਂ ਦੇ ਤਾਂ ਲੋਕੀ ਤੁਹਾਨੂੰ
ਨੂੰ ਦੇਖਦੇ ਆ, ਦਾਦੂਵਾਲ ਨੂੰ, ਮੰਡ ਨੂੰ, ਮਾਣ ਨੂੰ, ਆ ਤੁਹਾਨੂੰ ਜਿੱਥੇ ਵੀ, ਆ ਜਨਾਲੇ ਨੂੰ, ਜਿੱਥੇ ਵੀ ਤੁਸੀਂ ਇਕੱਠੇ ਹੁੰਦੇ ਹੁੰਦੇ ਕਾਹਦੇ ਲਈ ਆ, ਪੈਸਿਆਂ ਦੇ ਲਈ ਇਕੱਠੇ ਹੁੰਦੇ ਆ। ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜਾ ਇੱਕ ਬੈਨੀਫਿਟ ਆਫ ਡਾਊਟ ਹੈ ਨਾ ਤੁਹਾਨੂੰ ਮਿਲ ਰਿਹਾ ਆ, ਉਹੀ ਤੁਹਾਡੀ ਮਦਦ ਕਰ ਰਿਹਾ। ਉਹਨਾਂ ਨੂੰ ਲੱਗਦਾ ਆ ਵੀ ਕਿਤੇ ਨਾ ਕਿਤੇ ਹੱਲੇ ਵੀ ਤੁਹਾਡਾ ਦੂਰ ਕਿਤੇ ਇੱਕ ਧਰਮ ਦੇ ਨਾਲ ਰਿਸ਼ਤਾ ਆ। ਉਹ ਜਿਹੜਾ ਜਿੱਦਣ ਹੈ ਨਾ ਉਹ ਡਾਊਟ ਆ, ਜਿਹੜਾ ਉੱਦਣ ਜਿਹੜੀ ਮਾੜੀ ਮੋਟੀ ਰਿਸਪੈਕਟ ਆ, ਉਹ ਨਿਕਲ ਗਈ ਦਿਮਾਗ ਦੇ ਵਿੱਚੋਂ, ਤੁਹਾਨੂੰ ਲੋਕਾਂ ਨੇ ਟੈਂਟ ਟੁੰਟ ਦੇ ਲਾਗੇ ਵੀ ਨਹੀਂ ਆਉਣ ਦਿਆ ਕਰਨਾ। ਪਤਾ ਲੱਗ ਜਾਣਾ ਲੋਕਾਂ ਨੂੰ ਵੀ ਤੁਸੀਂ ਕਤੀੜ ਜਿਹੜੀ ਆ ਇਸ ਕੰਮ ਲਈ ਆ। ਲੱਗ ਗਈ ਆ ਤੁਸੀਂ ਤਾਂ ਲਾਗ ਲੈਣ ਵਾਲੀ ਗੱਲ ਆ, ਉਹ ਨੱਚ ਕੇ ਲੈਂਦੇ ਆ ਤੁਹਾਡੇ ਕੋਲ, ਬਸ ਇਹ ਤਰੀਕੇ ਆ ਵੀ ਕੋਈ ਕੰਟਰੋਵਰਸੀ ਕ੍ਰੀਏਟ ਕਰ ਦਿਓ। ਨਹੀਂ ਤਾਂ ਜਿਸ ਤਰੀਕੇ ਦੇ ਨਾਲ ਨੌਜਵਾਨੀ ਪਿਆਰ ਕਰਦੀ ਆ ਭਾਈ ਸਾਹਿਬ ਨੂੰ, ਸਾਰੀ ਗੱਲ ਇਹਨੇ ਪਿਆਰ ਨਾਲ ਸੁਣਦੀ, ਉੱਥੇ ਤਾਂ ਰੌਲੇ ਵਾਲੀ ਕੋਈ ਗੁੰਜਾਇਸ਼ ਹੀ ਨਹੀਂ ਹੈਗੀ, ਕੋਈ ਗੱਲ ਹੀ ਨਹੀਂ ਹੈਗੀ, ਉਹ ਤਾਂ ਸਿਰਫ ਤੁਹਾਡਾ ਪਾਇਆ ਹੋਇਆ। ਹਾਂਜੀ, ਸਭ ਦੇ ਸਾਹਮਣੇ ਆ ਜਾਣਾ ਸੱਚ ਤਾਂ, ਹੈ ਨਾ, ਤੁਹਾਡੇ ਕੋਲ ਮੌਕਾ ਇਸ ਚੀਜ਼ ਦਾ। ਅਤੇ ਜੇ ਤੁਸੀਂ ਦੀਵਾਨ ਨਹੀਂ ਰੋ ਨਹੀਂ ਜੇ ਨਹੀਂ ਲਾਉਂਦੇ ਦੀਵਾਨ ਤਾਂ ਵੀ ਇਹ ਰੋਕ ਸਕਦਾ ਹੈ, ਹੁਣ ਤੁਸੀਂ ਦੀਵਾਨ ਲਾਉਣੇ ਵੀ ਆ, ਠੀਕ ਆ। ਅਤੇ ਇੱਕ ਝਗੜਾ ਵੀ ਤੁਸੀਂ ਨਹੀਂ ਚਾਹੁੰਦੇ, ਇੱਦਾਂ ਤਾਂ ਹੋ ਨਹੀਂ ਸਕਦਾ, ਹੈ ਨਾ, ਝਗੜਾ ਤਾਂ ਹੋਣਾ ਹੀ ਹੋਣਾ ਉੱਥੇ, ਜੇ ਲੈ ਤਾਂ ਮਤਲਬ ਕਿ ਉਹ ਨਾ ਰੁਕੇ, ਹੈ ਨਾ, ਤਾਂ ਪ੍ਰਸ਼ਾਸਨ ਕੁਛ ਕਰੂਗਾ ਜਾਂ ਠੀਕ ਹੈ ਤੁਹਾਡੇ ਬੰਦੇ ਕੁਛ ਕਰਨਗੇ ਲੁੱਟਬਾਜੀ ਜਾਂ ਉਹ ਕਰਨਗੇ, ਇਹ ਇੱਕ ਵੱਖਰੀ ਗੱਲ ਆ ਜਾਂਦੀ ਹੈ। ਪਰ ਹੁਣ ਇਹ ਕਿਹਦੇ ਹੱਥ ਵਿੱਚ ਰੋਕਣਾ, ਤੁਹਾਡੇ ਹੱਥ 'ਚ, ਜਦੋਂ ਤੁਸੀਂ ਸਾਰੀਆਂ ਸੰਪਰਨਾਮਾ ਉੱਤੇ ਉਂਗਲੀ ਚੁੱਕੀ, ਠੀਕ ਆ, ਤੁਸੀਂ ਨਾਨਕ ਸਿੰਘਾਂ ਉੱਤੇ ਉਂਗਲੀ ਚੁੱਕੀ, ਟਕਸਾਲ ਉੱਤੇ ਤੁਸੀਂ ਰੋਜ਼ ਉਂਗਲੀਆਂ ਚੁੱਕਦੇ ਹੋ, ਇਹ ਆ ਜੀ ਉਹ ਆ ਫਲਾਣਾ ਧਮਕਾ, ਮੇਰੀਆਂ ਗੱਲਾਂ ਦੇ ਜਵਾਬ ਨਹੀਂ ਦਿੰਦੇ, ਹੁਣ ਅਗਲੇ ਦੇਣ ਆਏ ਆ ਜਵਾਬ, ਹੁਣ ਲੈ ਲਓ ਜਵਾਬ, ਭੱਜਦੇ ਕਰਦੇ ਆ, ਹੈ ਨਾ। ਸੋ ਇਹ ਜਿਹੜੀ ਅਣਸਖਾਵੀ ਘਟਨਾ ਨੂੰ ਰੋਕਣਾ, ਇਹ ਸਾਰਾ ਤੁਹਾਡੇ ਹੱਥ ਵਿੱਚ ਆ, ਇਹਨੂੰ ਰੋਕੋ ਜਾਂ ਉਹਨਾਂ ਨੂੰ ਬੈਠ ਕੇ ਵਿਚਾਰ ਕਰੋ, ਆਪਣੇ ਸਵਾਲ ਰੱਖੋ, ਉਹਨਾਂ ਦੇ ਜਵਾਬ ਲਓ, ਉਹਨਾਂ ਦੇ ਸਵਾਲ ਸੁਣੋ, ਤੁਸੀਂ ਜਵਾਬ ਦਿਓ। ਸਿੰਪਲ ਗੱਲ ਹੈ ਯਾਰ, ਜਦੋਂ ਮਹਾਰਾਜ ਨੇ ਕਿਹਾ ਵੀ ਸਭਾ ਵਿਛਾ ਕੇ, ਜਦੋਂ ਗੁਰਮੁਖ ਕੋਈ ਦੁਬਧਾ ਪੈ ਜਾਵੇ ਤਾਂ ਸਭਾ ਵਿਛਾ ਕੇ ਬੈਠੋ, ਸਫਾ ਵਿਛਾ ਕੇ ਬਹਿਣ ਦੀ ਗੱਲ ਉਹਨਾਂ ਨੇ ਗੁਰਮੁਖ ਵਾਸਤੇ ਲਿਖੀ ਆ, ਡੰਗਰਾਂ ਨਾਲ ਨਹੀਂ ਲਿਖੀ ਵਾਸਤੇ ਨਹੀਂ ਹੈ, ਡੰਗਰਾਂ ਦੇ ਨਾਲ ਵੀ ਬਹਿ ਕੇ ਤੁਸੀਂ ਵਿਚਾਰ ਕਰਨੀ ਆ। ਮਤਲਬ ਤੁਹਾਡੇ ਨਾਲ ਯਾਰ ਇੱਕ ਹਰੇਕ ਐਟੀਟਿਊਡ ਦੇ ਉੱਤੇ ਤੁਸੀਂ ਬੰਦਾ ਇਹ ਆ ਕੇ ਗੱਲ ਕਰਦੇ ਇੱਦਾਂ ਵੀ ਅਸੀਂ ਆ ਕੇ ਇੱਦਾਂ ਕਰਦੇ ਨਾ, ਉੱਥੇ ਅਣਸਖਾਵੀ ਘਟਨਾ ਹੋਈ, ਡਰਾਵੇ ਪਹਿਲਾਂ ਇੱਦਾਂ ਦੇ ਡਰਾਵੇ ਡਰਾਵੇ ਇੱਦਾਂ ਦੇਣੇ ਆ, ਮੁੜ ਕੇ ਕਹਿੰਦੇ ਵੀ ਸਫਾ ਵਿਛਾ ਕੇ ਗੱਲਬਾਤ ਕਰਨੀ, ਵੀ ਜਵਾਬ ਦੇਣਾ ਆ। ਰਣਜੀਤ ਸਿੰਘ ਤੁਹਾਡੇ ਘਰੇ ਜਾ ਕੇ ਇੱਦਾਂ ਸਵਾਲ ਕਰਕੇ ਆਏ ਸੀਗੇ ਵੀ ਇੱਦਾਂ ਜਿਹੜੇ ਤਰੀਕੇ ਨਾਲ ਤੁਸੀਂ ਆਏ ਹੋ ਉੱਠ ਕੇ ਇੱਦਾਂ, ਉਹਨਾਂ ਨੇ ਤਾਂ ਤੁਹਾਨੂੰ ਇੱਥੋਂ ਤੱਕ ਵੀ ਔਫਰ ਦੇ ਤੀ ਵੀ ਪਰਮੇਸ਼ਰ ਦੁਆਰ ਦੇ ਸਾਹਮਣੇ ਬਿਲਕੁਲ ਟੈਂਟ ਲਾ ਲਓ, ਦੱਸ ਦਿਓ ਲੋਕਾਂ ਨੂੰ ਤੁਸੀਂ ਜਿਹੜਾ ਤੁਹਾਡੇ ਪੱਲੇ ਸੱਚ ਆ, ਕਰੋ ਤੁਸੀਂ ਇੱਦਾਂ ਨਾ ਵੀ ਅੱਜ ਰਣਜੀਤ ਸਿੰਘ ਦਾ ਇਸ ਪਿੰਡ ਦੇ ਵਿੱਚ ਦੀਵਾਨ ਆ, ਨਾਲ ਦੇ ਪਿੰਡ ਤੁਸੀਂ ਆਪਣਾ ਦੀਵਾਨ ਰੱਖ ਲਓ, ਤੁਸੀਂ ਲੋਕਾਂ ਨੂੰ ਸੱਚਾਈ ਦੱਸੋ ਵੀ ਜਿਹੜੀਆਂ ਆਹ ਪ੍ਰਚਾਰ ਕਰ ਰਿਹਾ ਨਾ, ਜਿਹੜੀਆਂ ਆਹ ਗੱਲਾਂ ਕਰ ਰਿਹਾ ਆ, ਨਹੀਂ ਭਾਈ ਇਹਦੇ ਨਾਲ ਇਹ ਮਨਮਤ ਦੀਆਂ ਗੱਲਾਂ ਕਰ ਰਿਹਾ, ਆਹ ਅਸਲ ਗੁਰਮਤ ਆਇਓ, ਅਸੀਂ ਤੁਹਾਨੂੰ ਦੇਖ ਲਓ ਤੁਹਾਨੂੰ ਕਿੰਨੇ ਕੁ ਨੌਜਵਾਨ, ਕਿੰਨੀ ਕੁ ਜਵਾਨੀ, ਹੋਰ ਬੰਦੇ ਕਿੰਨੇ ਕੁ ਤੁਹਾਨੂੰ ਸੁਣ ਜਾਂਦੇ ਆ, ਤੁਸੀਂ ਕਦੇ ਉਸ ਤਰੀਕੇ ਨਾਲ ਜਵਾਬ ਇੱਦਾਂ। ਹੁਣ ਜਿਹੜਾ ਰਣਜੀਤ ਸਿੰਘ ਨੇ ਵੀ ਤਾਂ ਮਾਈਕ ਤੇ ਬੋਲ ਕੇ ਵੀਡੀਓ ਬਣਾ ਕੇ ਦੀਵਾਨ ਲਾ ਕੇ ਉਸੇ ਤਰੀਕੇ ਨਾਲ ਗੱਲ ਰੱਖੀ ਆਪਣੀ, ਉਹਨਾਂ ਨੇ ਕਿਹੜਾ ਤੁਹਾਡੇ ਸਾਹਮਣੇ ਆ ਕੇ ਤੁਹਾਨੂੰ ਸਵਾਲ ਕੀਤਾ ਸੀਗਾ, ਜਿੱਦਣ ਤੁਹਾਡੇ ਸਾਹਮਣੇ ਆ ਕੇ ਸਵਾਲ ਕੀਤਾ ਤੁਸੀਂ ਦੇ ਦਿਓ ਜਵਾਬ ਇੱਦਾਂ, ਉਹਨਾਂ ਨੇ ਆਪਣੇ ਦੀਵਾਨ 'ਚ ਗੱਲ ਕੀਤੀ ਆ ਤੁਹਾਡੇ ਕੋਲੇ, ਇੰਨੇ ਤੁਸੀਂ ਤੂੰ ਅੱਗੇ ਜਾ ਕੇ ਦੱਸਣਾ ਵੀ ਇਹਨੇ ਵੀ ਸਾਡੇ ਕੋਲੇ ਇੱਦਾਂ ਕੁਲਵੰਤ ਸਿੰਘ, ਪਿੰਦਰਪਾਲ, ਜੀਵਾ ਸਿੰਘ, ਬੰਤਾ ਸਿੰਘ ਵਰਗੇ ਮਹਾਨ ਪ੍ਰਚਾਰਕ, ਕਹਿੰਦਾ ਉਹ ਦੱਸੋ ਤੁਸੀਂ ਵਾਰੀ ਵਾਰੀ ਨਾਲ ਕਰ ਲਓ ਗੱਲਬਾਤ, ਇੱਦਾਂ ਦੱਸੀ ਚਲੋ ਲੋਕਾਂ ਨੂੰ ਇੱਦਾਂ ਵੀ ਇਹਦੇ ਨਾਲ ਦੇਖੋ ਜੀ ਆਹ ਗੱਲ ਜਿਹੜੀ ਇੱਕ ਇੱਕ ਗੱਲ ਦਾ ਤੁਹਾਡੇ ਕੋਲ ਤਾਂ ਇੰਨੇ ਪ੍ਰਚਾਰਕ ਆ, ਹੁਣ ਤਾਂ ਤੁਹਾਡੇ ਨਾਲ ਯਾਰ ਜਾਗਰੂਕ ਵੀ ਆ, ਵੰਡ ਲਿਆ ਕਰੋ, ਇੱਕ ਦੀਵਾਨ ਹੁੰਦਾ ਇੱਕ ਕਲਿੱਪ ਕੱਢ ਕੇ ਵੰਡ ਲਿਆ ਕਰੋ ਵੀ ਇਹਦਾ ਜਵਾਬ ਪੰਥ ਵੀ ਦਊਗਾ, ਇਹਦਾ ਧੁੰਦਾ ਦਊਗਾ, ਇਹਦਾ ਬੰਤਾ, ਇਹਦਾ ਜੀਵਾ, ਸਾਰਿਆਂ ਨੂੰ ਇੱਦਾਂ ਵੰਡ ਕੇ ਤੁਸੀਂ ਤਾਂ ਝੜੀ ਲਾ ਦਿਓ ਵੀਡੀਓ ਬਣਾਉਣ ਵਾਲੀ ਇੱਦਾਂ। ਪਰ ਗੱਲ ਉਹਦੇ ਨਾਲ ਇਹ ਹੈ ਵੀ ਲੋਕਾਂ ਨੂੰ ਕਨਵਿੰਸ ਕਿਹੜੀ ਗੱਲ ਨੇ ਕਰ ਲੈਣਾ, ਕਿਉਂਕਿ ਜਿਹੜਾ ਤੁਹਾਡਾ ਜਿਹੜਾ ਡਰ ਸੀਗਾ ਉਹ ਨਿਕਲ ਚੁੱਕਿਆ ਲੋਕਾਂ ਦੇ ਦਿਮਾਗਾਂ ਦੇ ਵਿੱਚੋਂ। ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਟੈਕਨੀਕਲ ਜ਼ਮਾਨਾ ਆ, ਲੋਕ ਬਹੁਤ ਅਗਾਂਹ ਦੀ ਸੋਚਣ ਲੱਗ ਗਏ, ਹੁਣ ਤਾਂ ਅਗਲੇ ਸਵਾਲ ਕਰਨਗੇ ਇਕੱਤਰ ਹੋ ਕੇ ਦੋ ਦਾਣਾ ਦੂਰ ਕਰੋ, ਗੱਲ ਤਾਂ ਯਾਰ ਦੋ ਟਕੇ ਦੀ ਆ, ਠੀਕ ਆ, ਦੋ ਟੂਕ ਦੀ ਉਹ ਗੱਲ ਆ ਵੀ ਇੱਕ ਨਾ ਤੁਸੀਂ ਆਪਣਾ ਜੇ ਮਸਲੇ ਆਪਣੇ ਹੱਲ ਕਰੋ, ਗੱਲ ਮੁੱਕੀ। ਪਰ ਹੁਣ ਤੁਸੀਂ ਆਪਣੀ ਗੱਲ ਰੱਖੀ ਜਾਣੀ, ਅਗਲੇ ਦੀ ਗੱਲ ਸੁਣਨੀ ਨਹੀਂ, ਫਿਰ ਤਾਂ ਨਹੀਂ ਨਾ ਹੋਏ ਕਰਦਾ। ਅਤੇ ਹੁਣ ਇਹ ਸਾਰਾ ਕੁਝ ਤੁਹਾਡੇ ਹੱਥ ਵਿੱਚ ਹੈ, ਉੱਥੇ ਰੋਕਣਾ ਜਾਂ ਤਾਂ ਵਿਚਾਰ ਕਰ ਲਓ ਜਾਂ ਆਪਣੇ ਦੀਵਾਨ ਲੋਕ ਤੋਂ ਗੱਲਾਂ ਹੀ ਦੋਵਾਂ, ਠੀਕ ਹੈ ਜੀ। ਸੋ ਮੈਂ ਤਾਂ ਸ਼ਰੇਆਮ ਸ਼ਰੇਆਮ ਇਹਨੂੰ ਗੁੰਡਾਗਰਦੀ ਕਹਿੰਦੇ ਆ ਵੀ ਜਾਂ ਤਾਂ ਵਿਚਾਰ ਕਰ ਲਓ ਜਾਂ ਆਪਣੇ ਦੀਵਾਨ ਰੋਕ ਦਿਓ। ਹਾਲਾਂਕਿ
ਵਿੱਚ ਜੇਕਰ ਤੁਸੀਂ ਕਹਿੰਦੇ ਆ ਬਈ ਇੱਕ ਨਿੱਕੇ ਪੈਸੇ ਦੀ ਵੀ ਕੋਈ ਡਾਊਟ ਨਹੀਂ ਹੈਗਾ ਕਿਸੇ ਨੂੰ, ਜਿਹੜਾ ਬੰਦਾ ਤੁਹਾਨੂੰ ਇੰਨੀ ਦਿਆਨਤਦਾਰੀ ਦੇ ਨਾਲ ਇੰਨੇ ਕੌਨਫੀਡੈਂਸ ਨਾਲ ਕਹਿ ਰਿਹਾ ਵੀ ਜਿਹੜੀ ਤੁਹਾਡੀ ਗੱਲ ਆ ਉਹ ਤੁਸੀਂ ਪਰਮੇਸ਼ਰ ਦੁਆਰ ਜਿਹੜਾ ਬਾਹਰ ਥਾਂ ਆ ਉੱਥੇ ਟੈਂਟ ਲਾ ਕੇ ਤੁਸੀਂ ਕਰ ਲਓ ਆਪਣੀ, ਲੰਗਰ ਵੀ ਤੁਹਾਨੂੰ ਪਰਮੇਸ਼ਰ ਦੁਆਰ ਤੋਂ ਮਤਲਬ ਮੁਹੱਈਆ ਕਰਾ ਦਿਆਂਗੇ, ਤੁਸੀਂ ਉਸ ਬੰਦੇ ਨੂੰ ਕਹਿ ਰਹੇ ਆ ਮਤਲਬ ਆਹ ਗੱਲ ਜਿਹੜੀ ਕਹਿ ਰਹੇ ਆ ਵੀ ਜਾਂ ਤਾਂ ਸਾਡੇ ਨਾਲ ਵਿਚਾਰ ਕਰ ਜਾਂ ਫਿਰ ਨਹੀਂ। ਇਹ ਬੰਦਾ ਕਿੱਦਾਂ ਕਹਿ ਸਕਦਾ ਵੀ ਆਪਣੀ ਕਹਿ ਰਹੇ ਆ ਸਾਡੇ ਨਹੀਂ ਸੁਣ ਰਿਹਾ, ਸੁਣੀ ਜਾਂਦੇ ਨਾ ਤੇਰੀਆਂ ਗੱਲਾਂ, ਸੁਣਦੀ ਸਾਰੇ ਸੁਣੀ ਜਾਂਦੇ ਤੇਰੀਆਂ ਗੱਲਾਂ, ਜੀਵੇ ਬੰਤ ਸਾਰੇ ਦੀਆਂ ਗੱਲਾਂ ਸੁਣੀ ਦੀਆਂ ਆ, ਅਜਨਾਲੀ ਦੀਆਂ ਜਿੰਨੀਆਂ ਵੀਡੀਓ ਆਈਆਂ ਸਾਰੀਆਂ ਸੁਣੀਆਂ ਉਹ, ਜਿਹੜੇ ਤਰੀਕੇ ਨਾਲ ਉੱਥੇ ਆ ਤੁਸੀਂ ਉੱਥੇ ਉਹਨਾਂ ਗੱਲਾਂ ਦੇ ਜਵਾਬ ਦੇ ਦਿਓ ਨਾ, ਇੱਥੇ ਰੇਡੀਓ ਤੋਂ ਗੱਲ ਕਰਦੇ ਆ ਸਵਾਲ ਚੱਕੀ ਦੇ ਆ, ਇੱਥੇ ਤੁਹਾਨੂੰ ਸੁਣਾ ਇੱਦਾਂ ਤਹਿਲ ਤੇ ਜਿੱਦਾਂ ਤੇ ਜਿਹੜੀ ਜਿੱਦਾਂ ਤੂੰ ਸ਼ੁਰੂ ਕੀਤਾ ਆ ਉੱਦਾਂ ਹੀ ਸੁਣਾ ਕੇ ਲੋਕਾਂ ਨੂੰ ਦੱਸ ਰਹੇ ਤੇਰੇ ਬਾਰੇ, ਇੱਦਾਂ ਵੀ ਆਹ ਦੇਖ ਲਓ ਇਹਨਾਂ ਦਾ ਐਟੀਟਿਊਡ ਕਿੱਦਾਂ ਦਾ ਆ, ਤੁਸੀਂ ਦੱਸ ਲਓ ਰਣਜੀਤ ਸਿੰਘ ਬਾਰੇ ਇੱਦਾਂ, ਤੁਸੀਂ ਚਲਾਈਆਂ ਸੀ ਭਿੰਦੇ ਭਾਜੀ ਵਰਗਿਆਂ ਦੀਆਂ ਦੋ ਤਿੰਨ ਪਹਿਲਾਂ ਪ੍ਰੋਗਰਾਮ ਕੀਤੇ ਉਹਨਾਂ ਦੇ ਵਿੱਚ ਤੁਸੀਂ ਆਡੀਓ ਵੀਡੀਓ ਚਲਾਈ, ਉੱਦਾਂ ਚਲਾ ਚਲਾ ਕੇ ਦੱਸੀ ਚਲੋ ਲੋਕਾਂ ਨੂੰ, ਇੱਦਾਂ ਦਿਓ ਜਵਾਬ ਜਿੰਨੇ ਦੇ ਸਕਦੇ, ਇੱਦਾਂ ਦਿਖਾ ਦਿਓ ਲੋਕਾਂ ਨੂੰ ਵੀ ਇਹ ਬੰਦੇ ਗਲਤ ਕਰ ਰਹੇ ਤੇ ਅਸੀਂ ਆ ਜਿਹੜੇ ਅਸੀਂ ਗੁਰਮਤ ਦਾ ਸਹੀ ਪ੍ਰਚਾਰ ਕਰ ਰਹੇ ਹਾਂ। ਆਹੋ ਨਾਲੇ ਉਹ ਜਿਹੜੀ ਵੀਡੀਓ ਚਲਾਈ ਵੀ ਸੀ ਇਹਨਾਂ ਨੇ ਉਹ ਤਾਂ ਕਾਫੀ ਜਿੱਦਾਂ ਉਹ ਪੰਜਾਬ ਦੇ ਨੌਜਵਾਨਾਂ ਬਾਰੇ ਸੀਗੀ ਗੱਲ ਚੱਲਦੀ ਸੀ ਵੀ ਉਹਨਾਂ ਨੂੰ ਆਪਣੀ ਖੁੱਲ ਹੋਣੀ ਚਾਹੀਦੀ ਆ, ਕੀ ਮਤਲਬ ਉਹਦੇ ਵਿੱਚ ਤੁਸੀਂ ਕੀ ਕੀ ਵਿਗਾੜ ਲਿਆ ਚਲਾ ਕੇ, ਬੱਚੇ ਚਾਹੁੰਦੇ ਆ ਭਾਈ, ਬੱਚੇ ਆਪਣੀ ਜ਼ਿੰਦਗੀ ਜੀਣੀ ਚਾਹੁੰਦੇ ਆ, ਇੱਦਾਂ ਨਹੀਂ ਉਹਨਾਂ ਨੇ ਇੱਦਾਂ ਤੁਹਾਡੀਆਂ ਕਈਆਂ ਗੱਲਾਂ ਦੇ ਨਾਲ ਅਸਰ ਨਹੀਂ ਪੈਣਾ, ਠੀਕ ਆ ਉਹ ਜਿਹੜਾ ਮਾਹੌਲ ਆ ਮਾਹੌਲ ਦੇ ਅਨੁਕੂਲ ਪੰਜਾਬ ਦੇ ਵਿੱਚ ਗੱਲ ਕਰਨੀ ਪੈਂਦੀ ਆ, ਉਹ ਗੱਲ ਵੱਖਰੀ ਆ, ਸ਼ਬਦਾਵਲੀ ਉਸ ਤਰੀਕੇ ਦੀ ਵਰਤਣੀ ਪੈਂਦੀ ਆ ਉੱਥੇ ਵਿਦਵਾਨਾਂ ਨੂੰ, ਪਰ ਕਿਤੇ ਨਾ ਕਿਤੇ ਗੱਲ ਇਹ ਹੀ ਆ ਵੀ ਆਜ਼ਾਦੀ ਹੋਣੀ ਚਾਹੀਦੀ ਆ, ਅਤੇ ਤੁਸੀਂ ਜਿਹੜੇ ਬੰਦੇ ਆ ਉਹ ਆਜ਼ਾਦੀ ਖੋ ਰਹੇ ਆ ਉਹਨਾਂ ਦੇ ਕੋਲੋਂ, ਤਾਂ ਹੀ ਤੁਹਾਡਾ ਕਿਸੇ ਗੱਲੋਂ ਵੀ ਭਾਈ ਸਾਹਿਬ ਦੇ ਨਾਲ ਮੁਕਾਬਲਾ ਨਹੀਂ ਹੈਗਾ, ਤੁਸੀਂ ਤਾਂ ਦੂਰ ਦੂਰ ਤੱਕ ਵੀ ਕਿਤੇ ਨਜ਼ਰ ਨਹੀਂ ਆਉਂਦੇ ਹੈਗੇ, ਕਦੇ ਬਰਾਬਰ ਕਰਕੇ ਤਾਂ ਦੇਖੋ ਉਹਨਾਂ ਦੇ ਗੱਲ ਬਰਾਬਰ ਪਹਿਲੀ ਗੱਲ ਤਾਂ ਤੁਹਾਡੀ ਬੈਠਣ ਦੀ ਤੁਸੀਂ ਕਹੀ ਤਾਂ ਜਾਂਦੇ ਆ ਬਈ ਸਾਨੂੰ ਨਾਲ ਬਿਠਾ ਲਓ, ਤੁਹਾਡੀ ਔਕਾਤ ਹੈਗੀ ਆ ਭਾਈ ਸਾਹਿਬ ਦੇ ਨਾਲ ਬੈਠਣ ਦੀ, ਦੇਖਣ ਵਾਲੇ ਨੂੰ ਕਿੰਨਾ ਬੁਰਾ ਲੱਗੂਗਾ ਜਦੋਂ ਤੁਸੀਂ ਉਹਨਾਂ ਦੇ ਕੋਲ ਬੈਠੋਗੇ, ਦੇਖਣ ਵਾਲੇ ਨੂੰ ਸ਼ਰਮ ਨਾ ਆਊਗੀ ਵੀ ਆ ਜਿੰਦ ਬਡਾਲੀ ਹੁਣਾਂ ਨੂੰ ਮਤਲਬ ਬਿਠਾਲ ਦਿੱਤਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੇ ਕੋਲ, ਇਹ ਗੱਲਾਂ ਅੱਕੜਦੀਆਂ ਨਹੀਂ ਹੈਗੀਆਂ ਭਾਈ, ਉਸ ਬੰਦੇ ਦੇ ਸਟੇਟਸ ਦੀਆਂ ਆ, ਬਿਲਕੁਲ ਤੁਹਾਡੀ ਤੁਹਾਡੀ ਔਕਾਤ ਹੀ ਹੈ ਨਹੀਂ ਉਹਦੇ ਸਾਹਮਣੇ ਬੈਠ ਕੇ ਗੱਲ ਕਰਨ ਦੀ। ਆ ਤੁਹਾਡਾ ਕੱਲ ਅਜਨਾਲਾ ਗਿਆ ਸੀਗਾ ਉੱਥੇ ਟੈਲੀਵਿਜ਼ਨ ਦੇ ਵਿੱਚ, ਉਹ ਜਦੋਂ ਕੋਈ ਹੈ ਨਾ ਅੰਗਰੇਜ਼ੀ ਦਾ ਸ਼ਬਦ ਬੋਲਣ ਤਾਂ ਉਹ ਡੈਂਬਰਿਆਂ ਵਾਂਗੂ ਆਲਾ ਦੁਆਲਾ ਦੇਖੇ, ਮਤਲਬ ਮੈਂ ਨਹੀਂ ਕਹਿੰਦਾ ਚਲੋ ਅੰਗਰੇਜ਼ੀ ਗੱਲ ਕੱਲੀ ਅੰਗਰੇਜ਼ੀ ਦੀ ਨਹੀਂ ਹੈਗੀ, ਉਹਨੂੰ ਡੰਗਰ ਨੂੰ ਗੱਲੇ ਹੀ ਨਹੀਂ ਕਰਨੀ ਆਉਂਦੀ, ਉਹ ਬਸ ਬਸ ਇਹ ਜੀ ਗੁਰਮ ਇਹ ਕਿੰਤੂ ਕਰਦਾ ਆ, ਇਹ ਕਿੰਤੂ ਪ੍ਰੰਤੂ ਕਰਦਾ ਆ, ਸਿੱਖ ਇਤਿਹਾਸ ਤੇ ਕਿੰਤੂ ਪ੍ਰੰਤੂ ਕਰਦਾ, ਪੁਰਾਤਨ ਇਤਿਹਾਸ ਤੇ ਕਿੰਤੂ ਪ੍ਰੰਤੂ ਕਰਦਾ, ਹਾਂ ਭਾਈ ਹੈਗੇ ਆ ਕਿੰਤੂ, ਕਿਉਂਕਿ ਉਹਨਾਂ ਇਤਿਹਾਸ ਦੇ ਸਿਰ ਤੇ ਹੀ ਤਾਂ ਤੁਸੀਂ ਰੋਟੀਆਂ ਖਾ ਰਹੇ ਆ ਸਦੀਆਂ ਤੋਂ, ਉਹੀ ਝੂਠ ਸੱਚ ਬੋਲ ਕੇ ਜਦੋਂ ਤਾਂ ਕੋਈ ਮਤਲਬ ਮਿਸ਼ਨਰੀ ਗੱਲ ਕਰ ਦਿੰਦਾ ਵੀ ਦੇਖੋ ਵੀ ਜੀਸਸ ਦਾ ਜਿਹੜਾ ਜਨਮ ਆ ਉਹ ਕੁਵਾਰੀ ਕੁੱਖ ਦੇ ਵਿੱਚੋਂ ਨਹੀਂ ਹੋ ਸਕਦਾ, ਉਹ ਤਾਂ ਤੁਹਾਨੂੰ ਤੁਹਾਡਾ ਪ੍ਰਚਾਰਕ ਦੱਸਣ ਲੱਗ ਪੈਂਦਾ ਸਟੇਜਾਂ ਦੇ ਉੱਤੇ ਚੜ੍ਹ ਕੇ, ਅਤੇ ਜਦੋਂ ਮਾਤਾ ਗੰਗਾ ਦੀ ਗੱਲ ਆਉਂਦੀ ਆ ਉਦੋਂ ਨਹੀਂ ਤੁਹਾਨੂੰ ਪਤਾ ਵੀ ਉਦੋਂ ਢਿੱਡ ਦੇ ਵਿੱਚ ਹਵਾ ਕਿੱਦਾਂ ਭਰ ਗਈ, ਆਪਣੀਆਂ ਗੱਲਾਂ ਕਿੱਦਾਂ ਤੁਹਾਡੇ ਮਤਲਬ ਤੁਸੀਂ ਆਪਣੀਆਂ ਗੱਲਾਂ ਕਿੱਦਾਂ ਇਗਨੋਰ ਕਰ ਦਿੰਦੇ ਆ, ਗੱਲਾਂ ਤਾਂ ਤੁਹਾਨੂੰ ਦੋਨੇ ਪਾਸੇ ਸੋਚਣੀਆਂ ਪੈਣੀਆਂ ਆ, ਬੈਲੈਂਸ ਰੱਖ ਕੇ ਗੱਲ ਹੋਣੀ ਆ। ਹਾਂਜੀ ਸਤਨਾਮ ਭਾਅ ਜੀ ਆ ਜੀ, ਆਪਣੇ ਇੱਕ ਮਿੰਟ ਰੁਕੇ ਤੁਸੀਂ, ਆਪਣੇ ਨਾਲ ਸਤਨਾਮ ਭਾਅ ਜੀ ਆਪਾਂ ਉਹਨਾਂ ਦੀ ਗੱਲ ਸੁਣ। ਹਾਂਜੀ ਭਾਅ ਜੀ ਸਵਾਗਤ ਹੈ ਜੀ ਤੁਹਾਡਾ। ਹਾਂਜੀ ਹਾਂਜੀ ਭਾਅ ਜੀ ਕਿੱਦਾਂ ਹਾਲ ਜੀ? ਹਾਂਜੀ ਹਾਂਜੀ ਵੀਰੇ, ਬਸ ਇੱਕੋ ਮਿੰਟ, ਸੌਰੀ ਆ ਤੁਹਾਡੇ ਤੋਂ ਵੀ ਤੇ ਸਰੋਤਿਆਂ ਤੋਂ ਵੀ, ਬਸ ਇਹਦੇ ਨਾਲ ਅਟੈਚ ਗੱਲ ਕਰਨੀ ਸੀਗੀ ਜ਼ਰੂਰੀ। ਹੁਣ ਤਾਂ ਇਹਦੇ ਅੱਗੇ ਚਲਾਉਣ ਵਾਲਾ ਵੀ ਕੁਛ ਹੈ ਨਹੀਂਗਾ, ਇੱਦਾਂ ਠੀਕ ਆ। ਨਹੀਂ ਉਹ ਗੱਲ ਇੱਦਾਂ ਸੀਗੀ ਨਾ, ਜਦੋਂ ਭਿੰਡਰਾਂ ਵਾਲੇ ਦੀ ਨਾ ਚੰਦੋਕਲਾ ਤੋਂ ਬਾਅਦ ਗ੍ਰਿਫਤਾਰੀ ਹੋਈ ਆ, ਮਹਿਤ ਚੌਂਕ, ਮੈਂ ਅੱਗੇ ਗੱਲ ਕੀਤੀ ਹੋਈ ਆ ਮਹਿਤ ਚੌਂਕ ਤੋਂ, ਹਾਂਜੀ ਉਹ ਪ੍ਰਸ਼ਾਸਨ ਨੇ ਪੂਰਾ ਇੰਤਜ਼ਾਮ ਕੀਤਾ ਸੀਗਾ, ਇਹੋ ਜਿਹੇ ਕੰਜਰ ਨੇ ਨਾ ਉਹਦੇ ਵਿੱਚ ਢੀਮਾਂ ਮਾਰੀਆਂ ਪੁਲਿਸ ਦੇ, ਇਹੋ ਜਿਹਾ ਕੰਜਰ ਵਿੱਚ ਬੈਠ ਖੜਾ ਸੀਗਾ ਹੈ ਨਾ, ਠੀਕ ਹੈ। ਫਿਰ ਕੀ ਹੋਇਆ, ਅਗਲੇ ਨੇ 18 ਬੰਦੇ ਭੁੰਨ ਕੇ ਰੱਖਤੇ ਉੱਤੇ, ਕਿਸੇ ਦਾ ਕੀ ਗਿਆ, ਅੱਜ ਤੱਕ ਪਿੱਟਦੇ ਰਹੇ ਆ, ਪੁੱਛ ਉਹਦਾ ਜ਼ਿੰਮੇਵਾਰ ਕੌਣ ਆ, ਭਿੰਡਰਾਂ ਵਾਲਾ ਵੀ ਆ ਇਹ ਮੰਨ ਕੇ ਬਾਅਦ ਚ ਮੰਨਣਾ ਪਿਆ ਉਹਨੂੰ ਇਹ ਗੱਲ ਵੀ ਹਾਂ ਉਹ ਕਿਸੇ ਨੇ ਸ਼ਰਾਰਤ ਕੀਤੀ ਸੀ, ਇਹ ਕੰਜਰ ਇਦਾਂ ਦੇ ਵਿੱਚ ਬੈਠੇ ਸੀ ਉਹਦੇ, ਕਿਸੇ ਦੇ ਮਾਂ ਦੇ ਪੁੱਤ ਮਰਿਆ ਇਹਨਾਂ ਦਾ ਕੀ ਗਿਆ ਹੈ ਨਾ। ਉਹ ਤੇ ਬਾਅਦ ਫਿਰ ਉਸ 18 ਦਾ ਕੋਰਟ ਕਚਹਿਰੀਆਂ ਚ ਕੇਸ ਚੱਲਿਆ, ਕੇਸ ਦੀ ਪੇਸ਼ੀ ਭੁਗਤਣ ਸੁਣਵਾਈ ਲਈ ਅਮਰੀਕ ਸਿੰਘ ਆਪਣੇ ਜਿਹੜਾ ਫੈਡਰੇਸ਼ਨ ਦਾ ਪ੍ਰਧਾਨ ਸੀਗਾ ਹੈ ਨਾ, ਭਾਈ ਅਮਰੀਕ ਸਿੰਘ ਨੂੰ, ਤੇ 18 ਸਿੰਘ ਅੰਮ੍ਰਿਤਸਰ ਕਚਹਿਰੀਆਂ ਚ ਗਏ, ਉੱਥੋਂ ਨੀ ਗ੍ਰਿਫਤਾਰ, ਉੱਥੇ ਵੀ ਫਿਰ ਆਕੜ ਖੋੜ ਦਿਖਾਈ, ਉਹਨੀ ਗ੍ਰਿਫਤਾਰ ਕੀਤੇ, ਮੁੜ ਕੇ ਆ ਮੋਰਚੇ ਲੱਗੇ ਅੱਜ ਦਾ ਦਿਨ ਉਹਨਾਂ ਦੇ ਕਰਕੇ ਆ, ਉੱਥੋਂ ਚੱਲਿਆ ਉੱਥੋਂ ਸ਼ੁਰੂ ਹੋਇਆ ਕੰਮ। ਹਾਂ ਕਿਹਨੇ ਮਤਲਬ ਜ਼ਿੰਮੇਵਾਰ ਕੌਣ ਆ, ਉਹਨਾਂ ਨੂੰ ਪੁੱਛ ਕੇ ਤਾਂ ਦੇਖੋ, ਕੰਜਰੋ ਜਿਹਨਾਂ ਦੇ ਤੁਸੀਂ 18 ਮੁੰਡੇ ਕਿਸੇ ਅੱਗ ਲਾ ਕੇ ਤੁਹਾਡੀਆਂ ਅੱਗਾਂ ਲਾਈਆਂ ਮਰਵਾ ਤੇ, 2 ਲੱਖ ਤੁਸੀਂ ਮੁੰਡਾ ਮਰਵਾ ਕੇ, ਤੁਹਾਨੂੰ ਸਬਰ ਨੀ ਆਇਆ, ਹਲੇ ਹੋਰ ਕੁਛ ਲਵਾਉਣਾ ਖਾਣਾ ਚਾਹੁੰਦੇ ਆ,
ਬਹੁਤ ਬਹੁਤ ਕੰਜਰ ਹੈ ਜੀ। ਚਲੋ ਬਸ ਇੰਨਾ ਮੈਂ ਐਡ ਹੀ ਕਰਨਾ ਸੀਗਾ ਵੀ ਏਦਾਂ ਦੇ ਕੰਜਰਾਂ ਨੇ ਪਹਿਲਾਂ ਵੀ ਬਹੁਤ ਮਰਵਾਈ ਹੈ ਦੁਨੀਆ। ਬਿਲਕੁਲ ਜੀ ਬਿਲਕੁਲ, ਇਹਨਾਂ ਦੇ ਸਿਰੇ ਜਾਂਦੀਆਂ ਇਹ ਗੱਲਾਂ ਜੋ ਪੰਜਾਬ ਦੇ ਵਿੱਚ ਜਿੰਨਾ ਵੀ ਗੰਦ ਪਾਇਆ ਉਹ ਇਹਨਾਂ ਦੇ ਕਰਕੇ ਹੀ ਪਿਆ। ਨਹੀਂ ਜਾਣੀਆਂ ਜੀ ਸਾਰਾ ਲੋਕਾਂ ਨੇ ਲੇਖਾ ਜੋਖਾ ਕਰਨਾ ਆ ਉਹ, ਚਲੋ ਉਹ ਗੱਲ ਵੱਖਰੀ ਹੈ ਕਿ ਆਪਾਂ ਉਹ ਢਿੱਲੋਂ ਵਾਲੀ ਵੀ ਵੀਡੀਓ ਵਿਚਾਰਾਂਗੇ ਜਿੱਦਾਂ ਉਹਨੂੰ ਸ਼ਹੀਦੀ ਦਾ ਬਹੁਤ ਚਾਅ ਚੜਿਆ ਵਾ ਉਹਨੂੰ ਪੜ੍ਹ ਲਿਖ ਕੇ ਵੀ ਯਾਰ ਇਹਨਾਂ ਲੋਕਾਂ ਨੂੰ ਹਜੇ ਤੱਕ ਡੈਮੋਕਰੇਸੀ ਬਾਰੇ ਸਮਝ ਨਹੀਂ ਹੈਗੀ। ਅੱਛਾ ਇੱਕ ਗੱਲ ਆ ਸਤਨਾਮ ਵੀਰੇ, ਜਦੋਂ ਢਿੱਲੋਂ ਮਤਲਬ ਏਦਾਂ ਦੀਆਂ ਡੰਗਰਾਂ ਵਾਲੀਆਂ ਗੱਲਾਂ ਕਰਦਾ ਤਾਂ ਇਹਨਾਂ ਡੇਰਿਆਂ ਦੇ ਵਿੱਚ ਜਿਹੜੇ ਪੜ੍ਹ ਲਿਖ ਕੇ ਵੱਡੇ ਹੋਏ ਇਹਨਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਕੀ ਆਸ ਕਰੂੰਗੇ ਮੈਂ, ਯਕੀਨ ਕਹਿੰਦਾ ਰੇਡੀਓ ਦੇ ਆਉਣ ਦੇ ਕਹਿੰਦਾ ਢਿੱਲੋਂ ਦੀ ਗੱਲ ਸੁਣ ਕੇ ਨਾ ਮੈਨੂੰ ਕਿਸੇ ਨਾ ਕਿਸੇ ਜਗ੍ਹਾ ਅਜਨਾਲਾ ਉਹਦੇ ਨਾਲੋਂ ਚੰਗਾ ਲੱਗਣ ਲੱਗ ਪਿਆ ਸੀ, ਸੱਚੀ ਕਹਿੰਦਾ ਮੈਂ। ਠੀਕ ਹੈ, ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ। ਹਾਂਜੀ ਉਹ ਇੱਕ ਅਜਨਾਲਾ ਤੇ ਸੋਰੀ ਇੱਕ ਢਿੱਲੋਂ ਤੇ ਜਿਹੜਾ ਇੱਕ ਉਹਦੇ ਨਾਲ ਬੈਠਾ ਸੀ ਹਰਮੀਤ ਸਿੰਘ ਜੀ, ਉਹ ਤਾਂ ਸੀਗਾ ਹੀ ਉਹਨਾਂ ਦਾ, ਉਹ ਤਾਂ ਹੈਗਾ ਹੀ ਹਰਾਮੀ ਨਾ, ਉਹ ਪਤਾ ਹੀ ਆ। ਅਜਨਾਲੇ ਦੇ ਨਾਲੋਂ ਦੋਈ ਉਹ ਜ਼ਿਆਦਾ ਖਤਰਨਾਕ ਆ, ਅਜਨਾਲੇ ਨਾਲੋਂ ਉਹ ਜ਼ਿਆਦਾ ਖਤਰਨਾਕ ਸੀਗਾ। ਅਜਨਾਲਾ ਦਾ ਯਾਰ ਬੇਵਕੂਫ ਆ, ਉਹ ਸੱਚੀ ਗੱਲ ਆ। ਮੈਂ ਕਹਿੰਦਾ ਵੀ ਜੇ ਮੈਨੂੰ ਦੋ ਚੋਇਸ ਮਿਲੇ ਵੀ ਢਿੱਲੋਂ ਤੇ ਅਜਨਾਲੇ ਨਾਲ, ਤੂੰ ਕਿਹਦੇ ਨਾਲ ਮਿਲਣਾ ਚ ਬੈਠਣਾ ਚਾਹੂੰਗਾ? ਮੈਂ ਅਜਨਾਲੇ ਨੂੰ ਪਹਿਲ ਦੇ ਦੂੰਗਾ, ਇਹ ਕੰਜਰਾਂ ਦੇ ਕੋਲ ਨਹੀਂ ਜਾਊਂਗਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਚਲੋ ਭਾਜੀ ਰਹਿੰਦਾ ਟਾਈਮ ਕਰ ਲਓ ਤੁਸੀਂ ਗੱਲ ਬਾਤ। ਠੀਕ ਹੈ, ਥੈਂਕ ਯੂ। ਬਾਕੀ ਜਿਹੜੀ ਗੱਲਬਾਤ ਸੀ ਆਪਾਂ ਕਰਨੀ ਸੀ ਉਹ ਕਰ ਲਈ ਆ। ਮੁੜ ਕੇ ਗੱਲ ਤਾਂ ਦੇਖੋ ਘੁੰਮ ਘੁੰਮ ਕੇ ਇਹ ਹੀ ਆਉਂਦੀ ਆ ਬਈ ਜਿਹੜਾ ਕੱਲ ਜਿਸ ਤਰੀਕੇ ਨਾਲ ਵੀ ਜਿਹੜੀਆਂ ਵੀ ਘਟਨਾਵਾਂ ਹੋਈਆਂ ਉਹਦੇ ਵਿੱਚ ਜੇਕਰ ਤੁਸੀਂ ਦੇਖੋਗੇ ਇੰਨੇ ਧਿਆਨ ਦੇ ਨਾਲ, ਇੰਨੀ ਇਮਾਨਦਾਰੀ ਦੇ ਨਾਲ, ਇੰਨੀ ਸੁਹਿਰਦਤਾ ਦੇ ਨਾਲ ਭਾਈ ਸਾਹਿਬ ਨੇ ਸਾਰੀ ਗੱਲਬਾਤ ਹੈਂਡਲ ਵੀ ਕੀਤੀ, ਇੰਨੀ ਗੱਲਬਾਤ ਬਾਅਦ ਦੇ ਵਿੱਚ ਸਟੇਜ 'ਤੇ ਵੀ ਬਹੁਤ ਵਧੀਆ ਕੀਤੀ। ਉਦੋਂ ਵੀ ਪਰੇ ਵੀ ਜਿਹੜੇ ਪੁਲਿਸ ਵਾਲੇ ਵੀ ਸੀਗੇ ਉਹਨਾਂ ਦਾ ਵੀ ਦੁੱਖ ਮੰਨ ਰਹੇ ਸੀਗੇ ਬਈ ਇਹ ਵੀ ਮਾਵਾਂ ਦੇ ਪੋਤੇ ਆ, ਡੇਢ ਦਿਨ ਇਹਨਾਂ ਨੂੰ ਖੜਿਆਂ ਨੂੰ ਹੋ ਗਿਆ ਭੁੱਖਿਆਂ ਥਿਆਇਆਂ ਨੂੰ, ਅਤੇ ਮੁੜ ਕੇ ਚਲੋ ਜੇ ਆਪਾਂ ਅਗਲੇ ਦੋ ਦਿਨ ਨਾ ਵੀ ਕਰਾਂਗੇ ਤਾਂ ਭਾਈ ਸਾਹਿਬ ਕਹਿੰਦੇ ਵੀ ਜਿਹੜੇ ਉਹ ਅਜਨਾਲੇ ਹੁਣੀ ਆਏ ਇਹ ਵੀ ਖੁਸ਼ ਹੋ ਲੈਣ। ਹੁਣ ਇੱਕ ਪਾਸੇ ਉਹ ਆਗੂ ਆ, ਇੱਕ ਪਾਸੇ ਇਹ ਬੰਦਾ ਆ, ਇੱਕ ਪਾਸੇ ਉਹ ਆਗੂ ਸੀਗੇ ਸਾਡੇ 84 ਦੇ ਵਿੱਚ ਜਿਨ੍ਹਾਂ ਨੇ ਸਾਡੇ ਲੱਖਾਂ ਨੌਜਵਾਨ ਮਰਾ ਤੇ ਆਪਣੀ ਹਉਮੈ ਕਰਕੇ। ਅੱਜ ਜਸਵੰਤ ਕਮਲ ਜਿਹੜੀ ਡੈਥ ਹੋਈ ਆ 2-4 ਕੁ ਦਿਨ ਪਹਿਲਾਂ, ਇਹਦੀ ਕਿਤਾਬ ਦੇ ਵਿੱਚੋਂ ਹੀ ਇੱਕ ਵੀਰੇ ਨੇ ਇੱਕ ਆਰਟੀਕਲ ਲਿਖ ਕੇ ਪਾਇਆ ਸੀਗਾ, ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਰਨੈਲ ਸਿੰਘ ਨੂੰ ਬਈ ਇਹ ਹੱਲ ਨਹੀਂ ਹੈਗਾ ਇਸ ਤਰੀਕੇ ਨਾਲ, ਨਾ ਮਤਲਬ ਜਿਹੜੀ ਤੂੰ ਅੜੀ ਕਰ ਰਿਹਾ। ਤਾਂ ਮੂਹਰੇ ਉਹਦਾ ਇਹ ਜਵਾਬ ਸੀਗਾ ਵੀ ਮੈਂ ਆਹ ਬੇਅਦਬੀ ਨਹੀਂ ਝੱਲ ਸਕਦਾ, ਮੈਂ ਗੁਰੂ ਸਾਹਿਬ ਦੀ ਬੇਅਦਬੀ ਨਹੀਂ, ਗੁਰਬਾਣੀ ਦੀ ਬੇਅਦਬੀ ਨਹੀਂ ਝੱਲ ਸਕਦਾ। ਜਿਸ ਕੌਮ ਦੇ ਪੈਮਾਨੇ ਇਹ ਹੋਣਗੇ ਹੈ ਨਾ ਵੀ ਮੈਂ ਗੁਰਬਾਣੀ ਦੀ ਬੇਅਦਬੀ ਨਹੀਂ ਝੱਲ ਸਕਦਾ, ਗ੍ਰੰਥ ਦੀ ਜਾਂ ਮੈਂ ਇਮਾਰਤ ਦੀ ਬੇਅਦਬੀ ਨਹੀਂ ਝੱਲ ਸਕਦਾ, ਉਸ ਕੌਮ ਦਾ ਬੇੜਾ ਬੈਠਣ ਤੋਂ ਕੋਈ ਨਹੀਂ ਰੋਕ ਸਕਦਾ, ਕੋਈ ਵੀ ਨਹੀਂ ਰੋਕ ਸਕਦਾ। ਸਾਨੂੰ ਇਹ ਸੋਚ ਆਪਣੇ ਦਿਮਾਗਾਂ ਦੇ ਵਿੱਚੋਂ ਕੱਢਣੀ ਪੈਣੀ ਆ, ਇਹ ਕੋਈ ਧਰਮ ਨਹੀਂ ਹੈਗਾ। ਇੱਕ ਦਿਨ ਮੈਂ ਛੋਟੀ ਜਿਹੀ ਪੋਸਟ ਪਾਈ ਸੀ ਵੀ ਧਰਮ ਦੀ ਰੱਖਿਆ ਕਿਸੇ ਇਮਾਰਤ ਜਾਂ ਗ੍ਰੰਥ ਦੀ ਰੱਖਿਆ ਨਹੀਂ ਹੈਗੀ, ਧਰਮ ਦੀ ਰੱਖਿਆ ਹੈ ਜ਼ਿੰਦਗੀ ਜਿਉਣ ਦੇ ਅਧਿਕਾਰ ਦੀ ਰੱਖਿਆ, ਤੇ ਉਹ ਸਾਡੀ ਭਾਈ ਰਣਜੀਤ ਸਿੰਘ ਅੱਜ ਕਰ ਰਹੇ ਆ। ਠੀਕ ਹੈ ਜੀ, ਆਪਾਂ ਇੰਨੀਆਂ ਹੀ। ਹਾਂਜੀ, ਗੱਲ ਹੋਰ ਜਿਹੜੀ ਬਾਤ ਜਾਂਦੇ ਜਾਂਦੇ ਕਰਨੀ ਸੀਗੀ, ਜਿਹੜੇ ਆਮ ਲੋਕ ਹੈ ਨਾ ਜਿਹੜੀ ਆਪਾਂ ਹੁਣ ਸਤਨਾਮ ਭਾਜੀ ਗੱਲ ਕਰਕੇ ਗਏ ਆ ਵੀ ਅਜਨਾਲਾ ਓਨਾ ਖਤਰਨਾਕ ਨਹੀਂ ਹੈਗਾ ਜਿੰਨਾ ਢਿੱਲੋਂ ਤੇ ਉਹ ਜਗਿਆਸੂ ਵਰਗੇ ਬੰਦੇ ਖਤਰਨਾਕ। ਹੁਣ ਜਿਹੜੇ ਬੰਦੇ ਤਾਂ ਨਿਊਟਰਲ ਸਮਝਦੇ ਆਪਣੇ ਆਪ ਨੂੰ, ਜਿੱਦਾਂ ਕਈਆਂ ਨੂੰ ਫਤੂਰ ਹੁੰਦਾ ਇਸ ਗੱਲ ਦਾ ਵੀ ਅਸੀਂ ਬਹੁਤੇ ਸਿਆਣੇ ਹਾਂ ਜੀ, ਅਸੀਂ ਤਾਂ ਨਾ ਉਸ ਧੜੇ ਦੇ ਹਾਂ ਨਾ ਉਸ ਧੜੇ ਦੇ ਹਾਂ, ਤਾਂ ਘੱਟੋ ਘੱਟ ਉਹ ਬੰਦੇ ਇਸ ਗੱਲ ਦਾ ਖਿਆਲ ਰੱਖਣ ਵੀ ਜਿਹੜੀ ਵੀ ਤੁਸੀਂ ਹਰਕਤ, ਜਿਹੜਾ ਵੀ ਕਮੈਂਟ, ਜਿਹੜੀ ਵੀ ਬਕਵਾ, ਕੁਛ ਵੀ ਤੁਸੀਂ ਲਿਖਣਾ ਬੋਲਣਾ ਹੈ ਨਾ, ਉਹ ਜਾਂਦਾ ਕਿਹਦੇ ਹੱਕ ਦੇ ਵਿੱਚ ਆ, ਮਤਲਬ ਉਸ ਚੀਜ਼ ਦੇ ਨਾਲ ਬੈਨੀਫਿਟ ਕਿਹੜੀ ਧਿਰ ਨੂੰ ਹੋ ਰਿਹਾ ਆ। ਹੁਣ ਜਿੱਦਾਂ ਉਹ ਢਿੱਲੋਂ ਵਰਗੇ ਬੰਦੇ ਗੱਲਾਂ ਕਰਦੇ ਸੀਗੇ ਵੀ ਇੱਦਾਂ ਕਰਕੇ ਹੋਣਾ ਚਾਹੀਦਾ ਆ, ਸ਼ਹੀਦੀਆਂ ਇੱਦਾਂ ਹੁੰਦੀਆਂ ਫਲਾਣਾ, ਇਨਡਾਇਰੈਕਟਲੀ ਉਹ ਟਕਸਾਲ ਦੇ ਹੱਕ ਦੇ ਵਿੱਚ ਵੀ ਭੁਗਤ ਰਹੇ ਕਿਸੇ ਤਰੀਕੇ ਦੇ ਨਾਲ ਜਾ ਕੇ। ਹੁਣ ਜਦੋਂ ਜਿਹੜੇ ਬੰਦੇ ਨੂੰ ਇਸ ਗੱਲ ਦੀ ਸਮਝ ਵੀ ਆਉਂਦੀ ਹੈ ਵੀ ਨਾ ਰਣਜੀਤ ਸਿੰਘ ਸਹੀ ਵੀ ਕਰ ਰਿਹਾ ਵੀ ਜਿਹਨੂੰ ਡਰ ਲੱਗਦਾ ਹੋਵੇ ਉਹ ਘੱਟੋ ਘੱਟ ਇਹਨਾਂ ਬੰਦਿਆਂ ਨੂੰ ਸ਼ਾਇਦ ਨਹੀਂ ਬੰਦ ਕਰ ਦੇਣ, ਤੁਸੀਂ ਨਹੀਂ ਇੱਦਾਂ ਬੋਲ ਸਕਦੇ, ਨਹੀਂ ਤੁਹਾਡੇ 'ਚ ਹਿੰਮਤ ਹੈਗੀ ਵੀ ਤੁਸੀਂ ਇੱਦਾਂ ਆਪਣੇ ਓਪਨਲੀ ਤਰੀਕੇ ਦੇ ਨਾਲ ਤੁਸੀਂ ਕਹਿ ਸਕੋ ਵੀ ਅਸੀਂ ਰਣਜੀਤ ਸਿੰਘ ਦੇ ਨਾਲ ਸਹਿਮਤ ਹਾਂ ਜਾਂ ਇੱਦਾਂ ਲਿਖ ਬੋਲ ਕੇ ਕਹਿ ਸਕੋ ਇੱਦਾਂ, ਤਾਂ ਘੱਟੋ ਘੱਟ ਇਹਨਾਂ ਬੰਦਿਆਂ ਨੂੰ ਸ਼ਹਿਦ ਦੇਣ ਵਾਲਾ ਕੰਮ ਨਾ ਕਰੋ। ਹੁਣ ਬਹੁਤੇ ਬੰਦੇ ਕਹਿਣਗੇ ਮੈਂ 90% ਜਿਹੜੀਆਂ ਰਣਜੀਤ ਸਿੰਘ ਦੀਆਂ ਗੱਲਾਂ ਦੇ ਨਾਲ ਸਹਿਮਤ ਆ, ਪਰ ਆਹ ਜਿਹੜੀਆਂ 10% ਆ ਨਾ ਉਹਦੇ ਉੱਤੇ ਉਹ ਬੰਦੇ ਆਰਟੀਕਲ ਤੱਕ ਲਿਖਣ ਤੱਕ ਜਾਂਦੇ ਆ। ਕਾਰਨ ਕੀ ਹੈ ਵੀ ਉਹ ਆਰਟੀਕਲ ਲੈ ਕੇ ਕਿਤੇ ਨਾ ਕਿਤੇ ਸੁਨੇਹਾ ਦੇਣਾ ਚਾਹੁੰਦੇ ਆ ਵੀ ਅਸੀਂ ਟਕਸਾਲੀ ਉਹ ਰਣਜੀਤ ਸਿੰਘ ਦੇ ਹੱਕ ਦੇ ਵਿੱਚ ਨਹੀਂ ਹੈਗੇ। ਹੁਣ ਜਦੋਂ ਜਿਹੜੀਆਂ ਗੱਲਾਂ ਦੇ ਉੱਤੇ ਆਪਣੇ ਧੁੰਦੇ ਪੰਥਪਰੀ ਤਰਗੇ ਬਹੁਤੀਆਂ ਗੱਲਾਂ ਆ, ਜਿੱਦਾਂ ਦਸਮ ਗ੍ਰੰਥ ਆ, ਨਹੀਂ ਮੰਨਦੇ ਉਹ ਬੰਦੇ, ਕਦੇ ਸੁਣਿਆ ਵੀ ਉਸ ਗੱਲ ਦੇ ਉੱਤੇ ਕਮੈਂਟ ਕਰਦੇ ਹੋਣ ਉਹ ਇੱਦਾਂ ਚੁੱਪ ਐਨ ਜਿਵੇਂ ਸ਼ਾਂਤ ਬੈਠੇ ਹਨ ਉਹ, ਪਰ ਜਦੋਂ ਰਣਜੀਤ ਸਿੰਘ ਦੇ ਨਾ ਮਾੜਾ ਜਿਹਾ ਵੀ ਕੋਈ ਉਹਨਾਂ ਨੂੰ ਲੱਗਦਾ ਵੀ ਇਸ ਗੱਲ ਦੇ ਉੱਤੇ ਕਮੈਂਟ ਕਰ ਦਈਏ ਅਸੀਂ,
ਤੇ ਉਹ ਕਮੈਂਟ ਏਦਾਂ ਦਾ ਕਰਨਗੇ ਵੀ ਟਕਸਾਲੀਆਂ ਨੂੰ ਏਦਾਂ ਲੱਗੇ ਵੀ ਇਹ ਰਣਜੀਤ ਸਿੰਘ ਦੇ ਬੰਦੇ ਨਹੀਂ ਹੈਗੇ, ਤੁਹਾਡੇ ਨਾਲ ਖੜੇ ਹੋਏ ਆ, ਤਾਂ ਹੀ ਤਾਂ ਅਗਲੇ ਕਹਿ ਰਹੇ ਵੀ ਅੱਜ ਇਹ ਬੰਦੇ ਸਾਡੇ ਨਾਲ ਹੈਗੇ ਆ। ਤਾਂ ਘੱਟੋ ਘੱਟ ਤੁਸੀਂ ਉਦਾਂ ਦਾ ਕੰਮ ਨਾ ਕਰੋ ਵੀ ਜਿਹਦੇ ਨਾਲ ਆ ਦੂਸਰੀ ਧਿਰ ਜਿਹੜੀ ਹੈਗੀ ਆ ਟਕਸਾਲੀ ਵਾਲੀ, ਇਹਨਾਂ ਨੂੰ ਹੱਲਾਸ਼ੇਰੀ ਮਿਲੇ। ਉਹਨਾਂ ਵੀਰਾਂ ਦਾ ਵੀ ਧੰਨਵਾਦ ਆ ਜਿਹੜੇ ਬੰਦਿਆਂ ਨੇ ਕੱਲ੍ਹ ਇੱਦਾਂ ਉੱਥੇ ਜਾ ਕੇ ਇੱਦਾਂ ਕੀਤਾ ਆ, ਸਮਾਗਮਾਂ ਦੇ ਵਿੱਚ ਲਾਈਵ ਹੋਇਆ, ਭਾਈ ਸਾਹਿਬ ਹੋਰਾਂ ਦਾ ਸਾਥ ਦਿੱਤਾ ਆ। ਉਹ ਟਾਈਮ ਦੂਰ ਵੀ ਨਹੀਂ ਹੈਗਾ, ਡਰ ਜਿਹੜਾ ਇੱਦਾਂ ਲੱਗਦਾ ਸੀਗਾ ਵੀ ਇੱਦਾਂ ਮੌਤ ਨਾ ਕਰ ਮਾ ਜਾਵੇ, ਇੱਦਾਂ ਡਰ ਨਾ ਹੋਵੇ ਵੀ ਕੁੱਟ ਨਾ ਦੇਣ ਮਾਰਨ ਦੇਣ, ਉਹਦੇ ਉੱਤੇ ਕਿਸੇ ਬੰਦੇ ਦਾ ਕੋਈ ਕੰਟਰੋਲ ਨਹੀਂ ਹੈਗਾ। ਜਦੋਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਰਫ ਇੱਕ ਸਾਹ ਦਾ ਇੱਦਾਂ ਵਿਸ਼ਵਾਸ ਦਵਾਇਆ ਆ ਵੀ ਇੱਕ ਸਾਹ ਦੀ ਹੋਈ ਗਰੰਟੀ ਆ ਨਾ। ਇਹ ਚਾਈਨਾ ਦੇ ਵਿੱਚ ਅਸੀਂ ਦੇਖ ਨਹੀਂ ਰਹੇ ਹੈਗੇ ਕਿਹੜੇ ਤਰੀਕੇ ਦੇ ਨਾਲ ਹੋਇਆ ਵੀ ਇੱਕ ਸਾਹ ਦੀ ਆ, ਬਸ ਕਿੰਨੇ ਬੰਦੇ ਆ ਜਿਹੜਾ 300-400 ਕਹਿੰਦੇ ਉਹਨਾਂ ਦੀ ਡੈਥ ਹੋ ਗਈ ਆ। ਕਿਹੜੇ ਰੱਬ ਨੂੰ ਕਿਹੜੀ ਚੀਜ਼ ਨੂੰ ਉਹਨਾਂ ਨੇ ਨਿੰਦਿਆ ਹੋਣਾ ਆ, ਕਿ ਇਹਨਾਂ ਦੇ ਟਕਸਾਲੀਆਂ ਦੇ ਕਿਸੇ ਧਰਮ ਦੇ ਬਾਰੇ ਆ ਕੇ ਬੋਲ ਗਏ ਹੋਣੇ ਉਹ ਬੰਦੇ। ਬਸ ਇੱਕ ਸਾਹ ਦੀ ਗੱਲ ਸੀ, ਇੱਦਾਂ ਕੋਈ ਵਾਇਰਸ ਆਇਆ ਆ 400-500 ਨੂੰ ਰੋੜ ਕੇ ਲੈ ਗਿਆ। ਆ ਪਿੱਛੇ ਜੇ ਆਪਣੇ ਅੱਗ ਲੱਗੀ ਸੀ ਆਸਟ੍ਰੇਲੀਆ ਦੇ ਵਿੱਚ, 500 ਮਿਲੀਅਨ ਜਾਨਵਰ ਮਰ ਗਿਆ ਆ ਉਹਦੇ ਵਿੱਚ, 25-30 ਬੰਦੇ ਵੀ ਮਰੇ ਆ। ਇੱਦਾਂ ਕੋਈ ਵਿਸ਼ਵਾਸ ਨਹੀਂ ਹੈਗਾ ਵੀ ਕਿਹੜੀ ਚੀਜ਼ ਨੇ ਆ ਕੇ ਸਾਨੂੰ ਇੱਦਾਂ ਹੋ ਜਾਣਾ ਆ। ਤਾਂ ਜਿੰਨੇ ਵੀ ਸਾਹ ਹੈਗੇ ਆ, ਜਿੰਨੀ ਵੀ ਹੈਗੀ ਆ ਗੱਟਸ ਦੇ ਨਾਲ, ਅਣਖ ਦੇ ਨਾਲ, ਇਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਕੱਢੀ ਅਸੀਂ, ਕੁਛ ਨਹੀਂ ਹੋਣ ਲੱਗਾ। ਉਹ ਇੱਕ ਡਾਇਲੋਗ ਨਹੀਂ ਹੈਗਾ ਸੀ ਚਾਰ ਸਾਹਿਬਜ਼ਾਦਿਆਂ ਵਾਲੀ ਮੂਵੀ ਦਾ, ਵੱਧ ਤੋਂ ਵੱਧ ਮਾਰ ਹੀ ਦੇਣਗੇ, ਇਹਦੂ ਤਾਂ ਨਹੀਂ ਕੁਛ ਕਰ ਸਕਦੇ। ਪਰ ਯਕੀਨ ਰੱਖਿਓ ਅੱਜ ਇਹਨਾਂ ਇਤਿਹਾਸ ਦੇ ਵਿੱਚ ਉਹ ਵੀ ਨਹੀਂ ਹੈਗਾ ਆ, ਮਰਨਾ ਜਿਉਣਾ ਸਾਰਾ ਕੁਛ ਉਸ ਰੱਬ ਦੇ ਹੱਥ ਦੇ ਵਿੱਚ ਵੀ ਨਹੀਂ, ਉਹ ਬੰਦੇ ਦੇ ਹੱਥ ਵਿੱਚ ਆਉਣ ਆ ਗਿਆ ਹੈ ਅੱਜ ਦੇ ਟਾਈਮ ਦੇ ਵਿੱਚ। ਸੰਭਾਲ ਰੱਖਾਂਗੇ ਅਸੀਂ ਆਪਣੇ ਸਰੀਰ ਦੀ, ਲੰਮਾ ਟਾਈਮ ਜੋੜਾਂਗੇ ਨਹੀਂ ਰੱਖਾਂਗੇ। ਤਾਂ ਕਿੰਨੇ ਹੀ ਅੱਜ ਤੁਸੀਂ ਆ ਤੁਹਾਡੇ ਹਰੇਕ ਪਿੰਡ ਦੇ ਵਿੱਚ ਦੇਖ ਲਓ ਕਿੰਨੇ ਹੀ ਆ ਜਿਹੜੇ ਇੱਦਾਂ ਜਵਾਨਾਂ ਦੇ ਵਿੱਚ, ਜਵਾਨੀ ਦੇ ਵਿੱਚ ਇੱਦਾਂ ਚੱਲ ਗਏ ਆ ਉਹ, ਇੱਦਾਂ ਕੋਈ 20 ਸਾਲਾਂ ਦਾ, ਕੋਈ 25 ਦਾ, ਕੋਈ 30 ਦਾ। ਪਰ ਸਾਡੀ ਜਿੰਨੀ ਅਸੀਂ ਹੈਗੀ ਆ, ਕਿੰਨਾ ਕੁ ਟਾਈਮ ਅਸੀਂ ਇੱਦਾਂ ਕੱਟ ਕੱਟ ਕੇ ਕੱਢ ਲੈਣਾ ਆ। ਇੱਦਾਂ ਕਿੰਨੀਆਂ ਹੀ ਕੁੜੀਆਂ ਆ ਜਿਨ੍ਹਾਂ ਨੇ ਦੁਮਾਲੇ ਬੰਨ ਕੇ ਇਹਨਾਂ ਦੇ ਸਾਰਾ ਕੁਛ ਇਹਨਾਂ ਦਾ ਕੀਤਾ ਹੈ, ਪਰ ਜਿੱਦਣ ਉਹਨਾਂ ਨੇ ਮਾੜੀ ਜਿਹੀ ਵੀ ਕੰਨੀ ਕੱਟੀ ਨਾ, ਇੱਦਾਂ ਨਾਲ ਦੀ ਨਾਲ ਡਾਂਗਾਂ ਲੈ ਕੇ ਪਹੁੰਚ ਗਏ ਉਹ। ਇੱਕ ਕੁੜੀ ਨਹੀਂ ਹੈਗੀ ਵਿਚਾਰੀ, ਉਹ ਜਿਹੜੇ ਮੰਨ ਲਾ 16-17 ਸਾਲਾਂ ਦੀ ਹੋਣੀ, ਉਹਨੇ ਇੱਕ ਗਾਣੇ ਦੇ ਉੱਤੇ ਟਿਕਟੋਕ ਦੇ ਉੱਤੇ ਵੀਡੀਓ ਬਣਾ ਤੀ, ਉਹ 16-17 ਸਾਲਾਂ ਦੀ ਕੁੜੀ, ਉਸ ਕੁੜੀ ਤੋਂ ਵੀ ਇਹਨਾਂ ਬੰਦਿਆਂ ਨੇ ਮਾਫ਼ੀ ਮੰਗਾ ਲਈ। ਇੱਦਾਂ ਇਹ ਗੱਲ ਹੈ ਨੀ ਕਿ ਵੀ ਇਕੱਲਾ ਕਰਨਜੀਤ ਸਿੰਘ ਦੇ ਨਾਲ ਮਸਲਾ ਇਹਨਾਂ ਦਾ, ਇਹਨਾਂ ਦਾ ਮਸਲਾ ਆਪਣੀ ਹੋਮੇ ਦਾ ਆ, ਬਿਲਕੁਲ ਆਪਣੀ ਇੱਦਾਂ ਵੀ ਹਰੇਕ ਥਾਂ ਤੇ ਆਪਣੀ ਜਿੱਦ ਪਗਾਉਣ ਦਾ ਆ। ਜਿੱਦਣ ਜੀ ਕੀਤਾ ਇਹਨਾਂ ਨੇ ਬੁੱਤ ਲਵਾ ਦਿੱਤੇ ਅੰਮ੍ਰਿਤਸਰ ਦੇ ਵਿੱਚ, 4 ਸਾਲ ਜਿੱਦਣ ਜੀ ਕੀਤਾ ਉਹਦੇ ਉੱਤੇ ਤੋੜ ਭੰਨ ਕੇ ਵੀ ਸਿਆਸੀਕਰਨ ਕਰਨ ਲੱਗ ਗਏ। ਉਹਦਾ ਲਵਾਉਣ ਦੇ ਵਿੱਚ ਅਕਾਲੀ ਦਲ ਸੀਗਾ, ਧੁੰਮੇ ਅਰਗੇ ਨਾਲ ਸੀ, ਉਸੇ ਜਿੱਦਣ ਇਹਨਾਂ ਦਾ ਉਸ ਬੁੱਤਾਂ ਦਾ ਉਦਘਾਟਨ ਕੀਤਾ ਸੀ, ਉਸੇ ਦਿਨ ਹੀ ਧੁੰਮੇ ਦੀ ਸਪੀਚ ਸੀਗੀ ਵੀ ਕਹਿੰਦਾ ਇਸ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ। ਤੇ ਅੱਜ 4 ਸਾਲਾਂ ਬਾਅਦ ਲੱਗਣ ਲੱਗ ਗਿਆ ਵੀ ਨਹੀਂ, ਇਹ ਬੁੱਤ ਸਾਡੀ ਪਰੰਪਰਾ ਨੂੰ ਢਾਲ ਆ ਰਿਹਾ, ਫਲਾਨਾ ਕਰ ਰਿਹਾ, ਧਮਕਾਨਾ ਕਰ ਰਿਹਾ। ਗੱਲ ਇਹਨਾਂ ਦੀ ਬਾਦਸ਼ਾਹੀ ਦੀ, ਗੱਲ ਇਹਨਾਂ ਦੇ ਕਬਜ਼ੇ ਦੀ, ਗੱਲ ਇਹਨਾਂ ਦੇ ਐਟੀਟਿਊਡ ਨੂੰ ਬਦਲਣ ਦੀ। ਉਹ ਐਟੀਟਿਊਡ ਤਾਂ ਬਦਲਣਾ ਆ ਜੇ ਅਸੀਂ ਆਪਣਾ ਐਟੀਟਿਊਡ ਉੱਤਾ ਚੁੱਕ ਲਈਏ। ਕੁਛ ਨਹੀਂ ਹੈਗਾ ਇਹਨਾਂ ਦੇ ਪੱਲੇ, ਆਪਣੇ ਅੰਦਰ ਅਣਖ ਭਰੀਏ, ਹਿੰਮਤ ਭਰੀਏ, ਉਹ ਉਬਦਿਨ ਦੂਰ ਨਹੀਂ ਹੈਗਾ ਜਿੱਦਣ ਇਹਨਾਂ ਦਾ ਗਲਬਾ ਲੈ ਜਾਣਾ। ਬਹੁਤੇ ਵੀਰਾਂ ਦਾ ਲੈ ਵੀ ਚੁੱਕਿਆ ਆ ਜਿਹਨਾਂ 'ਚ ਆ ਰਹੀ ਹੈ ਹਿੰਮਤ ਇਹ ਗੱਲ, ਅਤੇ ਉਹਨਾਂ ਦਾ ਵੀ ਤੁਸੀਂ ਆਸੇ ਪਾਸੇ ਦੇਖ ਲਓ ਵੀ ਉਹਨਾਂ ਬੰਦਿਆਂ ਦਾ, ਇਹਨਾਂ ਬੰਦਿਆਂ ਨੇ ਜਾ ਕੇ ਕਿਹੜਾ ਨੁਕਸਾਨ ਕਰਤਾ ਆ। ਇਹ ਸਿਰਫ ਡਰਦੇ ਨੂੰ ਡਰਾਉਣਾ ਚਾਹੁੰਦੇ ਆ ਇਹ, ਜਿਹੜੇ ਬੰਦੇ ਨੂੰ ਇਹਨਾਂ ਨੂੰ ਲੱਗਦਾ ਨਾ ਵੀ ਇੱਦਾਂ ਕਰਕੇ ਵੀ ਉਸ ਬੰਦੇ ਕੋਲ ਜਾਈਏ ਤਾਂ ਉਹਨੇ ਜਾ ਕੇ ਮਾਫ਼ੀ ਮੰਗ ਲੈਣੀ ਆ। ਉਹ ਪਿੱਛੇ ਜੇ ਇੱਕ ਜਿਹੜੀ ਇੱਦਾਂ ਕਿ ਇੱਦਾਂ ਭਾਬੀ ਕਰਕੇ ਮਸ਼ਹੂਰ ਆ ਟਿਕਟੋਕ ਵਾਲੀ, ਈਸ਼ਵਰ ਉਹਦੇ ਘਰੇ ਗਿਆ, ਉਹ ਤੋਂ ਜਾ ਕੇ ਮਾਫ਼ੀ ਮੰਗਾਇਆ ਆ, ਮੁੜ ਕੇ ਉਹਨੇ ਵੀਡੀਓ ਬਣਾ ਕੇ ਆ ਵੀ ਮੈਨੂੰ 2900 ਵੀਡੀਓ ਭੇਜਤੀ ਇਹਨੂੰ ਵੀ ਆਹ ਵੀ ਤਾਂ ਕਰੀ ਜਾਂਦੇ ਆ, ਆਹ ਵੀ ਤਾਂ ਕਰੀ ਜਾਂਦੇ ਆ, ਆਹ ਵੀ ਤਾਂ ਕਰੀ ਜਾਂਦੇ, ਇਹਨਾਂ ਨੂੰ ਕਿਉਂ ਨਹੀਂ ਕਹਿੰਦੇ? ਪਤਾ ਸੀਗਾ ਅੱਗੇ ਉੱਥੇ ਜਾ ਕੇ ਇੱਦਾਂ ਕਹਿ ਦਾਂਗੇ ਤਾਂ ਕੋਈ ਗੜਬੜ ਨਾ ਹੋ ਜਾਵੇ। ਡਰਦੇ ਨੂੰ ਡਰਾਉਣ ਵਾਲੇ ਆ, ਜਿੱਦਣ ਇਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਹਿਣ ਵਾਲੇ ਆ ਗਏ ਨਾ, ਉਹਦੇ ਤੁਹਾਡੇ ਸਾਹਮਣੇ ਸਾਰਾ ਕੁਛ ਇੱਦਾਂ ਲਿਲਕੜੀਆਂ ਦੇ ਉੱਤੇ ਇਹਨਾਂ ਬੰਦਿਆਂ ਨੇ ਆਉਣਾ ਆ। ਡਰ ਇਹਨਾਂ ਨੂੰ ਸਿਰਫ ਆਪਣੇ ਕਬਜ਼ੇ ਦਾ, ਕੋਈ ਇਹਨਾਂ ਦਾ ਗੁਰੂ ਨਾਲ ਪਿਆਰ ਨਹੀਂ, ਕੋਈ ਇਹਨਾਂ ਦਾ ਧਰਮ ਦੇ ਨਾਲ ਪਿਆਰ ਨਹੀਂ, ਵੀ ਕੋਈ ਇਹਨਾਂ ਨੂੰ ਗੁਰੂ ਦਾ ਧਰਮ ਦਾ ਆਹ ਸਾਰੀਆਂ ਹਰਕਤਾਂ ਤੋਂ ਪਤਾ ਨਹੀਂ ਲੱਗ ਰਿਹਾ ਇਹਨਾਂ ਨੂੰ, ਕੋਈ ਸਿੱਖ ਧਰਮ ਦੇ ਸਿੱਖ ਨੌਜਵਾਨੀ ਨਾਲ ਕੋਈ ਫਿਕਰ ਨਹੀਂ ਹੈਗਾ ਇਹਨਾਂ ਬੰਦਿਆਂ ਨੂੰ, ਇਹਨਾਂ ਬੰਦਿਆਂ ਨੂੰ ਸਿਰਫ ਆਪਣੀ ਅੜੀ ਪਕਾਉਣ ਦਾ ਫਿਕਰ ਆ। ਕਈ ਵੀ ਜਾਂਦੇ ਆ ਵੀ ਇੱਦਾਂ ਅਣਸਖਾਵੀ ਘਟਨਾ ਹੋ ਜਾਂਦੀ ਆ, ਵੀ ਕਿਉਂ ਜਾ ਰਹੇ ਹੋ ਤੁਸੀਂ ਉੱਥੇ ਜੇ ਅਣਸਖਾਵੀ ਘਟਨਾ ਹੋ ਜਾਣੀ ਆ? ਸਤਨਾਮ ਭਾਜੀ ਇੱਕ ਐਗਜਾਮਪਲ ਦੇ ਕੇ ਗਿਆ ਵੀ ਇੱਕ ਇੱਦਾਂ ਦੇ ਕਿਸੇ ਕਮੀਨੇ ਬੰਦੇ ਨੇ ਸ਼ਰਾਰਤ ਕੀਤੀ ਤਾਂ 18 ਮਾਵਾਂ ਦੇ ਪੁੱਤੋ ਚੰਦੋਕਲਾਂ ਦੇ ਵਿੱਚ ਮਰ ਗਏ। ਇੱਦਾਂ ਅੱਜ ਵੀ ਇੱਦਾਂ ਕਿਸੇ ਕੋਈ ਹੁੰਦੀ ਆ ਹਰਕਤ, ਕੋਈ ਇੱਦਾਂ ਦਾ ਬੰਦਾ ਕਰਦਾ ਆ ਫਿਰ ਉਹਦੇ ਵਿੱਚ ਨਿਰਦੋਸ਼ ਵੀ ਮਰਨੇ ਆ, ਹੋ ਸਕਦਾ ਮੈਂ ਹੋਵਾਂ, ਹੋ ਸਕਦਾ ਤੁਸੀਂ ਹੋਵੋ, ਉਹ ਕਿਸੇ ਦਾ ਵੀ ਨੰਬਰ ਲੱਗ ਸਕਦਾ ਆ। ਪਰ ਜੇ ਚਾਹੁੰਦੇ ਹਾਂ ਅਸੀਂ, ਪਹਿਲਾਂ ਦੇ ਨਾਲੋਂ ਬਹੁਤ ਫਰਕ ਆ, ਬਹੁਤ ਨੌਜਵਾਨ ਇਹਨਾਂ ਦੇ, ਇੱਦਾਂ ਹੁਣ ਕਿੰਨੇ ਕੁ ਬੰਦੇ ਗਏ ਸੀ ਕੱਲ੍ਹ ਕਿਤੇ, ਉਹਨਾਂ ਦੇ ਧਰਨਿਆਂ ਨੂੰ ਕਿੰਨਾ ਕੁ ਰਿਸਪੋਂਸ ਮਿਲ ਰਿਹਾ, ਸਮਝ ਰਹੇ ਆ। ਪਰ ਜਿਹੜੇ ਹਜੇ ਵੀ ਮਾੜੇ ਮੋਟੇ ਹੈਗੇ ਆ ਵੀ ਜਿਹੜੇ ਵੀ ਇਹਨਾਂ ਨੂੰ ਸ਼ਾਇਦ ਦੇ ਰਹੇ, ਉਹ ਬੰਦ ਕਰੀਏ ਤਾਂ ਬਿਲਕੁਲ ਜਿਹੜਾ ਅਸੀਂ ਵੀ ਸੋਚ ਸਕੀਏ, ਅਸੀਂ ਵੀ ਆ ਸਮਾਜ ਦੇ, ਅਸੀਂ ਇਹਨਾਂ ਮੁਲਕਾਂ ਦੇ ਹਾਣੀ ਬਣ ਸਕੀਏ, ਅਸੀਂ ਵੀ ਕਹਿ ਸਕੀਏ ਵੀ ਨਹੀਂ
ਆਪਣਾ ਜੀਵਨ ਵਧੀਆ ਬਣਾਈਏ, ਆਰਥਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਮਜ਼ਬੂਤ ਕਰੀਏ। ਅਗਲੇ ਮੰਗਲਵਾਰ ਮਿਲਾਂਗੇ ਜੀ ਆਪਾਂ ਤੁਹਾਨੂੰ ਇਸੇ ਤਰੀਕੇ ਦੇ ਨਾਲ। ਕੱਲ੍ਹ ਨੂੰ ਪ੍ਰੋਗਰਾਮ ਸਿੱਖ ਪਾਤਸ਼ਾਹੀ ਅਤੇ ਪਰਸੋਂ ਜਿਹੜਾ ਪ੍ਰੋਗਰਾਮ ਚਿੱਟੀ ਸਿਉਂਕ, ਐਂ ਤੋਂ ਸ਼ਨੀਵਾਰ ਨੂੰ ਦਸਮ ਗ੍ਰੰਥ ਦਾ ਸੱਚ ਅਤੇ ਐਤਵਾਰ ਨੂੰ ਭਖ ਦੇ ਮਸਲੇ, ਮੰਗਲਵਾਰ ਨੂੰ ਤੁਹਾਨੂੰ 6 ਵਜੇ ਆਪਾਂ ਦੁਬਾਰਾ ਇਸੇ ਤਰੀਕੇ ਨਾਲ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।